ਟਿਵਾਣਾ ਰੇਡੀਓ ਦੇ ਸਤਿਕਾਰ ਸਰੋਤਿਓ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਲਸਾਨੀ ਜੰਗਾਂ ਜਿੱਤਾਂ, ਜਿਨ੍ਹਾਂ 'ਚੋਂ ਉਹਨਾਂ ਦੀ ਬਹੁਤੀ ਲਸਾਨੀ ਜਿੱਤ ਰਹੀ ਜਾਂ ਕੁਛ ਕੁ ਜਗ੍ਹਾ 'ਤੇ ਉਹਨਾਂ ਦੀ ਟੀਮ ਨੂੰ ਨਵੋਸ਼ੀ ਵੀ ਝੱਲਣੀ ਪਈ, ਉਹਨਾਂ ਦਾ ਵਿਵਰਣ ਆਪਾਂ ਕਰਦੇ ਹਾਂ। ਅਤੇ ਅਸਲ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ 1792 ਦੇ ਵਿੱਚ ਮਹਾਂ ਸਿੰਘ ਦੀ ਮੌਤ ਦੇ ਪਿੱਛੋਂ ਜਿਸ ਤਰ੍ਹਾਂ ਸਾਰੀ ਕਮਾਂਡ ਮਹਾਂ ਸਿੰਘ ਦੀ ਪਤਨੀ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਰਾਜ ਕੌਰ ਨੇ ਸੰਭਾਲੀ, ਅਤੇ 1796 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਵਿਆਹ ਹੁੰਦਾ ਅਤੇ ਉਸ ਦੀ ਸੱਸ ਜਿਹੜੀ ਸਦਾ ਕੌਰ ਸੀ ਉਹ ਵੀ ਸ਼ਾਸਨ ਪ੍ਰਬੰਧ ਵਿੱਚ ਭਾਗ ਲੈਣ ਲੱਗੀ, ਅਤੇ ਤੀਸਰਾ ਇਹਨਾਂ ਦਾ ਮਿਸਲ ਸੀਗਾ ਉਹ ਇਸ ਪ੍ਰਬੰਧ ਦੇ ਵਿੱਚ ਹੱਥ ਬਣਾਉਣ ਲੱਗਿਆ, ਦੀਵਾਨ ਸੀਗਾ ਲਖਪਤ ਰਾਏ। ਸੋ ਰਾਜ ਕੌਰ, ਦੀਵਾਨ ਲਖਪਤ ਰਾਏ ਅਤੇ ਸਦਾ ਕੌਰ ਇਸ ਨੂੰ ਵਕਤ ਨੂੰ 92 ਤੋਂ 96 ਤੱਕ ਦੇ ਵਕਤ ਨੂੰ ਤਿਕੜੀ ਦਾ ਕਾਲ ਕਿਹਾ ਜਾਂਦਾ, ਜਾਣੀ ਤਿੰਨ ਇਸ ਤੋਂ ਬਾਅਦ, ਜਾਣੀ 96 ਤੋਂ ਬਾਅਦ ਹੀ ਤਕਰੀਬਨ, ਕਿਉਂਕਿ 96 'ਚ ਜਾ ਕੇ ਤਾਂ ਉਹਦਾ ਵਿਆਹ ਹੁੰਦਾ, ਫਿਰ ਸਦਾ ਕੌਰ ਸ਼ਾਮਿਲ ਹੋ ਜਾਂਦੀ ਹੈ। ਪਹਿਲਾਂ ਰਾਜ ਕੌਰ ਅਤੇ ਦੀਵਾਨ ਲਖਪਤ ਰਾਏ ਹੀ ਸਾਰਾ ਕੰਮ ਸੰਭਾਲਦੇ ਸੀਗੇ ਇਸ ਸ਼ੁਕਰ ਚੱਕੀ ਆ ਮਿਸਲ ਦਾ। ਅਤੇ ਇਸ ਜਿਸ ਦੌਰਾਨ ਜਦੋਂ 1797 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ 17 ਦਾ ਵਰਿਆਂ ਦਾ ਹੋਇਆ ਅਤੇ ਵਿਆਹ ਉਸਦਾ ਹੋ ਗਿਆ, ਅਤੇ ਫਿਰ ਉਸ ਨੂੰ ਆਪਣੀ ਮਾਤਾ ਰਾਜ ਕੌਰ ਅਤੇ ਦੀਵਾਨ ਲਖਪਤ ਰਾਏ ਦੇ ਕੁਝ ਆਪਸੀ ਸੰਬੰਧਾਂ ਦੇ ਕਾਰਨ ਕੁਛ ਸ਼ੰਕਾ ਜਾਂ ਗੁੱਸਾ ਚੜ੍ਹਿਆ, ਇਹਨਾਂ ਦੋਨਾਂ ਦੀ ਮੌਤ ਹੋਈ, ਰਾਜ ਕੌਰ ਦੀ ਵੀ ਅਤੇ ਦੀਵਾਨ ਲਖਪਤ ਰਾਏ ਦੀ। ਹਾਲਾਂਕਿ ਕੁਛ ਦੋਸ਼ ਕੁਝ ਲੋਕਾਂ ਨੇ ਲਾਏ ਨੇ ਕਿ ਉਹਨਾਂ ਦੇ ਆਪਸੀ ਤਾਲੁਕਾਤ ਸੀ, ਪਰ ਐਸ ਕੇ ਸਿਨਹਾ, ਸੀਤਾਰਾਮ ਕੋਹਲੀ, ਖੁਸ਼ਵੰਤ ਸਿੰਘ ਆਦਿ ਇਤਿਹਾਸਕਾਰਾਂ ਨੇ ਆਖਿਆ ਕਿ ਇਹ ਦੋਸ਼ ਨਿਰਆਧਾਰ ਨੇ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਮਾਂ ਜਾਂ ਦੀਵਾਨ ਲਖਪਤ ਰਾਏ ਦਾ ਕਤਲ ਕੀਤਾ। ਖੈਰ, ਇਸ ਤੋਂ ਬਾਅਦ ਕੁਛ ਵੀ ਹੈ, ਫਿਰ ਸਦਾ ਕੌਰ ਕਿਉਂਕਿ ਜ਼ਿਆਦਾ ਕਮਾਂਡ ਕਰਦੀ ਸੀ, ਫਿਰ ਇਹਨਾਂ ਤਿੰਨਾਂ ਨੂੰ ਹਟਾ ਕੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸੱਸ ਨੂੰ ਵੀ ਲਾਂਭੇ ਕੀਤਾ, ਫਿਰ ਆਪਣੇ ਪਿਤਾ ਦੇ ਮਾਮੇ ਜਾਣੀ ਕਿ ਮਹਾਂ ਸਿੰਘ ਦੇ ਮਾਮੇ ਦਲ ਸਿੰਘ ਨੂੰ ਆਪਣਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ, ਜੋ ਬਿਰਧ ਅਤੇ ਆਦਰਯੋਗ ਅਵਸਥਾ ਦੇ ਵਿੱਚ ਸੀ, ਅਤੇ ਉਸ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਿਰ 'ਤੇ ਸਰਦਾਰੀ ਦੀ ਪੱਗ ਬੰਨ੍ਹੀ। 1797 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਸਾਰੀ ਵਾਗਡੋਰ ਸੰਭਾਲਦਾ ਹੈ 17 ਕੁ ਵਰਿਆਂ ਦੀ ਉਮਰ ਦੇ ਵਿੱਚ। ਉਦੋਂ ਉਸ ਦੇ ਅਧੀਨ ਕੇਵਲ ਗੁਜਰਾਂਵਾਲਾ, ਵਜ਼ੀਰਾਬਾਦ, ਪਿੰਡ ਦਾਦਨ ਖਾਂ ਆਦਿ ਪ੍ਰਦੇਸ਼ ਸਨ। ਇੰਨੇ ਕੁ ਤੋਂ ਸੰਤੁਸ਼ਟ ਨਹੀਂ ਸੀ, ਉਸਨੇ ਆਪਣੇ ਸੁਪਨੇ ਸਾਕਾਰ ਕਰਨ ਵਾਸਤੇ ਸਿੱਖ ਮਿਸਲਾਂ ਅਤੇ ਅਫਗਾਨਾਂ ਦੇ ਪ੍ਰਦੇਸ਼ਾਂ 'ਚ ਜਾ ਕੇ ਜਿੱਤ ਦਾ ਕੰਮ ਆਰੰਭਿਆ, ਅਤੇ ਉਹ ਇਹ ਵੀ ਦੇਖਦਾ ਸੀ ਕਿ ਜਿਹੜੀਆਂ ਸਿੱਖ ਮਿਸਲਾਂ ਨੇ, ਭਾਵੇਂ ਉਹਦੇ ਸਹੁਰਿਆਂ ਦੀਆਂ ਨੇ ਜਾਂ ਹੋਰ ਨੇ, ਇਹਨਾਂ ਨੇ ਉਸਨੂੰ ਤੰਗ ਕਰਨਾ। ਸੋ ਉਸਨੇ ਸਿੱਖ ਸਰਦਾਰਾਂ ਨੂੰ ਵੀ ਆਪਣੇ ਕਾਬੂ 'ਚ ਕਰਨ ਦੀ ਕਵਾਇਦ ਵਿੱਢੀ। ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਪਹਿਲੀ ਮਹੱਤਵਪੂਰਨ ਸਫਲਤਾ ਲਾਹੌਰ ਦੀ ਜਿੱਤ ਸੀ 1799 ਦੀ, ਜਿਸ ਦੌਰਾਨ 1799 ਦੇ ਵਿੱਚ, ਕਿਉਂਕਿ ਲਾਹੌਰ ਸੈਂਕੜੇ ਵਰਿਆਂ ਤੋਂ ਪੰਜਾਬ ਦੀ ਰਾਜਧਾਨੀ ਸੀ, ਹਾਲਾਂਕਿ ਪੰਜਾਬ ਦੀ ਇਹ ਤੀਜੀ ਰਾਜਧਾਨੀ ਸੀਗੀ, ਚੌਥੀ, ਪਹਿਲੀ ਬਠਿੰਡਾ, ਬਿਕਰਮਗੜ੍ਹ, ਫਿਰ ਦੂਸਰੀ ਮੁਲਤਾਨ, ਸਿਆਲਕੋਟ, ਅਤੇ ਚੌਥੀ ਬਣੀ ਲਾਹੌਰ, ਫਿਰ ਸਰਹੰਦ ਵੀ ਰਹੀ, ਅਤੇ ਫਿਰ ਚੰਡੀਗੜ੍ਹ ਵੀ ਕੁਛ ਦੇਰ ਰਹੀ, ਅਤੇ ਅੱਜ ਕੱਲ੍ਹ ਸ਼ਿਮਲਾ ਵੀ ਰਹੀ ਅੰਗਰੇਜ਼ਾਂ ਵਾਲੇ, ਅਤੇ ਫਿਰ ਚੰਡੀਗੜ੍ਹ, ਇਹ ਛੇਵੀਂ ਰਾਜਧਾਨੀ ਹੁਣ। ਖੈਰ, ਲਾਹੌਰ ਸੈਂਕੜਾ ਸਾਲ ਦੇ ਕਰੀਬ ਵਰਿਆਂ ਤੱਕ ਇਹ ਪੰਜਾਬ ਦੀ ਰਾਜਧਾਨੀ ਰਹੀ। 1765 ਤੋਂ ਲਾਹੌਰ 'ਤੇ ਭੰਗੀ ਸਰਦਾਰਾਂ ਦਾ ਕਬਜ਼ਾ ਸੀ, ਭੰਗੀਆਂ ਦੀ ਤੋਪ ਬੜੀ ਮਸ਼ਹੂਰ ਸੀ। ਇਹ ਭੰਗੀ ਸਰਦਾਰ ਕੋਈ ਕਹਿੰਦਾ ਕਿ ਭੰਗ ਪੀਂਦੇ ਸੀ, ਇਸ ਕਰਕੇ ਇਹਨਾਂ ਨੂੰ ਭੰਗੀ ਕਹਿੰਦੇ ਸੀ, ਆ ਲਾਹੌਰੀ ਤਾਂ ਬਹੁਤ ਛੇੜਦੇ ਨੇ। ਖੈਰ, ਇਹਨਾਂ ਨੂੰ ਭੰਗੀ ਕਹਿੰਦੇ ਸੀ, ਮਿਸਲ ਵੀ ਇਹਨਾਂ ਦੀ ਭੰਗੀਆਂ ਦੇ ਨਾਂ 'ਤੇ ਹੀ ਵੱਜਦੀ ਸੀ, ਬੜੇ ਸਟਰੋਂਗ ਲੋਕ ਸੀਗੇ ਵੈਸੇ। ਅਤੇ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਲਾਹੌਰ ਜਿੱਤਣ ਦਾ ਫੈਸਲਾ ਕੀਤਾ ਤਾਂ ਉਸ ਵਕਤ ਚੇਤ ਸਿੰਘ, ਸਾਹਿਬ ਸਿੰਘ ਅਤੇ ਮੋਹਰ ਸਿੰਘ
ਤਿੰਨੇ ਦੁਰਾਚਾਰੀ, ਅਯੋਗ ਅਤੇ ਲੋਭੀ ਭੰਗੀ ਸਰਦਾਰ ਸੀ, ਜਾਣੀ ਕੋਈ ਬਹੁਤੀ ਬਿਹਤਰ ਨਹੀਂ ਸੀ, ਥੋੜ੍ਹਾ ਜਿਹਾ ਧਾਕੜ ਸੀ, ਗੁੰਡਾਗਰਦੀ ਟਾਈਪ। ਚੇਤ ਸਿੰਘ, ਸਾਹਿਬ ਸਿੰਘ ਅਤੇ ਮੋਹਰ ਸਿੰਘ ਭੰਗੀ, ਇਹ ਦੁਰਾਚਾਰੀ ਸਨ, ਅਯੋਗ ਸਨ ਅਤੇ ਲੋਭੀ ਸਨ। ਲਾਹੌਰੀ ਵੀ ਇਹਨਾਂ ਤੋਂ ਦੁਖੀ ਸਨ, ਲਾਹੌਰ ਦੇ ਸ਼ਹਿਰੀ ਇਹਨਾਂ ਭੰਗੀ ਸਰਦਾਰਾਂ ਤੋਂ ਅੱਤ ਦੇ ਦੁਖੀ ਸਨ, ਇਸ ਲਈ ਉਹ ਵੀ ਇਹਨਾਂ ਤੋਂ ਕੋਈ ਨਜਾਤ ਚਾਹੁੰਦੇ ਸਨ। ਇਸ ਲਈ ਲਾਹੌਰ ਦੇ ਪ੍ਰਮੁੱਖ ਜਿਹੜੇ ਸ਼ਹਿਰੀ ਸੀਗੇ, ਵੱਡੇ ਕਾਰੋਬਾਰੀ ਸੀਗੇ, ਜਿਨ੍ਹਾਂ ਦੇ ਵਿੱਚ ਹਕੀਮ ਹਾਕਮ ਰਾਏ, ਗੁਰਬਖਸ਼ ਸਿੰਘ, ਮੀਆਂ ਆਸ਼ਕ ਮੁਹੰਮਦ ਅਤੇ ਮੀਆਂ ਮੇਕਉਦੀਨ ਅਤੇ ਮੁਹੰਮਦ ਤਾਹਰ ਅਤੇ ਮੀਰ ਸ਼ਾਦੀ, ਜਾਣੀ ਸਾਰੇ ਹਿੰਦੂ, ਸਿੱਖ ਅਤੇ ਮੁਸਲਮਾਨ, ਇਹਨਾਂ ਸਾਰੇ ਅਮੀਰ ਲਾਹੌਰੀਆਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਪੱਤਰ ਲਿਖਿਆ ਕਿ ਉਹ ਲਾਹੌਰ 'ਤੇ ਆ ਕੇ ਕਬਜ਼ਾ ਕਰੇ, ਅਸੀਂ ਤੁਹਾਡੀ ਮਦਦ ਕਰਾਂਗੇ। ਜੇ ਰਣਜੀਤ ਸਿੰਘ ਲਾਹੌਰ 'ਤੇ ਹਮਲਾ ਕਰੇ ਤਾਂ ਉਹ ਕਿਲ੍ਹੇ ਦੇ ਦਰਵਾਜ਼ੇ ਖੁਲਵਾ ਦੇਣਗੇ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸੱਸ ਸੌਦਾ ਕੌਰ ਦੀ ਸਹਾਇਤਾ ਦੇ ਨਾਲ ਝੱਟ ਲਾਹੌਰ 'ਤੇ ਚੜ੍ਹਾਈ ਕਰ ਦਿੱਤੀ। ਜਦੋਂ ਭੰਗੀ ਸਰਦਾਰਾਂ ਨੂੰ ਪਤਾ ਲੱਗਿਆ ਕਿ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਤਾਂ ਲਾਹੌਰ 'ਚ ਆ ਗਈ, ਉਹ ਡਰ ਗਏ ਅਤੇ ਭੰਗੀ ਸਰਦਾਰ ਸਾਹਿਬ ਸਿੰਘ ਅਤੇ ਮੋਹਰ ਸਿੰਘ ਸ਼ਹਿਰ ਛੱਡ ਕੇ ਨੱਸ ਗਏ। ਅਤੇ ਚੇਤ ਸਿੰਘ ਸੀ ਜਿਹੜਾ ਤੀਜਾ ਭੰਗੀ ਸਰਦਾਰ, ਉਸਨੇ ਆਪਣੇ ਆਪ ਨੂੰ ਕਿਲ੍ਹੇ 'ਚ ਬੰਦ ਕਰ ਲਿਆ ਅਤੇ ਕਿਲ੍ਹੇ ਦੇ ਅੰਦਰ ਰਸਦ ਪਾਣੀ ਕਾਫੀ ਨਾ ਹੋਣ ਕਰਕੇ ਅਗਲੇ ਦਿਨ ਇਹ ਜਿਹੜਾ ਤੀਸਰਾ ਸੀਗਾ ਚੇਤ ਸਿੰਘ, ਇਹ ਵੀ ਜਿਹੜਾ ਹਥਿਆਰ ਛੱਡ ਗਿਆ, ਸਰੰਡਰ ਕਰ ਗਿਆ। ਅਤੇ ਇਸ ਦੌਰਾਨ ਹਾਰੇ ਹੋਏ ਦੁਸ਼ਮਣ ਦੀ ਨਾ ਕੇਵਲ ਮਹਾਰਾਜਾ ਰਣਜੀਤ ਸਿੰਘ ਨੇ ਜਾਨ ਬਖਸ਼ੀ, ਸਗੋਂ ਉਸਨੂੰ ਉਸਦੀ ਜ਼ਿੰਦਗੀ ਦੇ ਨਿਰਵਾਹ ਦੇ ਲਈ ਵਧੀਆ ਸਲੂਕ ਕੀਤਾ ਅਤੇ ਜਾਗੀਰ ਦਿੱਤੀ। ਜਾਣੀ ਕਿ ਇਹ ਠੀਕ ਹੈ ਕਿ ਮਹਾਰਾਜਾ ਰਣਜੀਤ ਸਿੰਘ ਇਹਨਾਂ ਨੂੰ ਕਾਬੂ ਕਰਦਾ ਸੀ, ਪਰ ਜਲੀਲ ਨਹੀਂ ਸੀ ਕਰਦਾ, ਕਿਉਂਕਿ ਜਲਾਲਤ ਹੀ ਫਿਰ ਬਦਲਾ ਲੈਣ ਲਈ ਘਸਾਉਂਦੀ ਹੈ। ਹਾਲਾਂਕਿ ਦੋ ਫਰਾਰ ਹੋ ਗਏ ਸਨ ਭੰਗੀ, ਭੰਗੀਆਂ ਦੀ ਜਿਹੜੀ ਤੋਪ ਸੀ ਉਹ ਬੜੀ ਖਾਸ ਤੋਪ ਸੀਗੀ, ਉਹ ਵੀ ਫਿਰ ਇਹਨੇ ਕਬਜ਼ੇ 'ਚ ਲਈ। 7 ਜੁਲਾਈ 1799 ਨੂੰ ਫਿਰ ਲਾਹੌਰ 'ਤੇ ਕਬਜ਼ਾ ਹੋ ਗਿਆ। ਲਾਹੌਰ ਦੇ ਸ਼ਹਿਰੀਆਂ ਨੇ ਮਹਾਰਾਜ ਦਾ ਸਵਾਗਤ ਕੀਤਾ। ਸੈਨਿਕਾਂ ਨੂੰ ਹੁਕਮ ਸੀ ਮਹਾਰਾਜ ਦਾ ਕਿ ਸ਼ਹਿਰ 'ਚ ਕੋਈ ਲੁੱਟਮਾਰ ਨਾ ਕੀਤੀ ਜਾਵੇ, ਨਾ ਸ਼ਹਿਰੀਆਂ ਨਾਲ ਬਦਸਲੂਕੀ ਹੋਵੇ। ਲਾਹੌਰ ਦੀ ਜਿੱਤ ਮਹਾਰਾਜਾ ਰਣਜੀਤ ਸਿੰਘ ਦੀ ਮਹਾਨ ਸੈਨਿਕ ਸਫਲਤਾ ਹੀ ਨਹੀਂ, ਸਗੋਂ ਉਸਦੇ ਜੀਵਨ ਦਾ ਇੱਕ ਖਾਸ ਉਭਾਰ ਸੀ। ਉਸਦੀ ਮਹੱਤਤਾ ਬਹੁਤ ਵੱਧ ਗਈ, ਕਿਉਂਕਿ ਇੱਕ ਤਾਂ ਸਿੱਖ ਰਾਜ ਕਾਇਮ ਸੀ ਇੱਥੇ ਭਾਵੇਂ, ਪਰ ਭੰਗੀ ਸਰਦਾਰ ਬੜੇ ਅਯੋਗ ਸਨ, ਦੂਸਰਾ ਰਾਜਧਾਨੀ ਸੀ, ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਲਈ ਇਹ ਇੱਕ ਸ਼ੁਭ ਕੰਮ ਸੀ ਕਿ ਉਹ ਸਦੀਆਂ ਪੁਰਾਣੀ ਰਾਜਧਾਨੀ ਦਾ ਮਾਲਕ ਬਣਿਆ। ਲਾਹੌਰ ਦੇ ਵਿੱਚ ਵੱਡੀ ਤਾਦਾਦ 'ਚ ਮੁਸਲਿਮ ਵੀ ਰਹਿੰਦੇ ਸਨ, ਇਸ ਲਈ ਉਸਨੂੰ ਸੱਦਾ ਦੇਣ ਵਾਲਿਆਂ ਦੇ ਵਿੱਚ ਵੀ ਮੁਸਲਿਮ ਚੌਧਰੀ ਮੁੱਖ ਸਨ, ਜਿਸ ਕਰਕੇ ਮਹਾਰਾਜਾ ਰਣਜੀਤ ਸਿੰਘ ਸਿੱਖਾਂ ਹਿੰਦੂਆਂ ਦੇ ਨਾਲ ਨਾਲ ਮੁਸਲਮਾਨਾਂ 'ਚ ਵੀ ਹਰਮਨ ਪਿਆਰਾ ਹੋ ਗਿਆ। ਸਭ ਤੋਂ ਪਹਿਲਾਂ ਉਸਨੇ ਬਾਦਸ਼ਾਹੀ ਮਸਜਿਦ ਅਤੇ ਵਜ਼ੀਰ ਖਾਂ ਦੀ ਮਸਜਿਦ ਦੇ ਵਿੱਚ ਜਾ ਕੇ ਆਪਣੀ ਸ਼ਰਧਾਂਜਲੀ ਭੇਟ ਕੀਤੀ। ਹਾਲਾਂਕਿ ਕੁਛ ਤੁਸੀਂ ਵੇਖੋ ਕਿ ਆ ਮੁਹੰਮਦ ਰਿਜ਼ਵੀ ਵਰਗੇ ਮੁਲਾਣੇ ਹੁਣ ਤਾਂ ਦੁਨੀਆ ਤੋਂ ਚੱਲਿਆ ਗਿਆ ਹੋ, ਇਹ ਮਹਾਰਾਜਾ ਰਣਜੀਤ ਸਿੰਘ ਨੂੰ ਭੰਡਦੇ ਵੀ ਬਹੁਤ ਨੇ। ਅਤੇ ਇਸ ਦੌਰਾਨ ਫਿਰ ਦੂਸਰੀ ਹੁੰਦੀ ਹੈ ਬੈਟਲ ਆਫ ਭਸੀਨ ਦੀ ਲੜਾਈ। ਲਾਹੌਰ ਦੀ ਜਿੱਤ ਦੇ ਕਾਰਨ ਗੁਆਂਢੀ ਸਰਦਾਰਾਂ ਅਤੇ ਕਸੂਰ ਦੇ ਪਠਾਨ ਹਾਕਮ ਸਿੰਘ ਉਸ ਤੋਂ ਈਰਖਾ ਕਰਨ ਲੱਗੇ ਅਤੇ ਉਹਨਾਂ ਨੇ ਮਿਲ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਕੁਚਲਣ ਦਾ ਫੈਸਲਾ ਕੀਤਾ। ਅਤੇ ਇਸ ਲਈ ਰਾਮਗੜੀਆ ਸਰਦਾਰ ਜੱਸਾ ਸਿੰਘ, ਅੰਮ੍ਰਿਤਸਰ ਦੇ ਗੁਲਾਬ ਸਿੰਘ ਭੰਗੀ ਜਿਹੜਾ ਸੀਗਾ, ਅਤੇ ਗੁਜਰਾਤ ਦੇ ਸਾਹਿਬ ਸਿੰਘ ਭੰਗੀ, ਅਤੇ ਵਜ਼ੀਰਾਬਾਦ ਦੇ ਜੋਤ ਸਿੰਘ ਅਤੇ ਕਸੂਰ ਦੇ ਨਿਜ਼ਾਮੋਦੀਨ, ਇਹਨਾਂ ਸਾਰਿਆਂ ਨੇ ਮਿਲ ਕੇ ਉਸ ਦੇ ਖਿਲਾਫ਼ ਇੱਕ ਗੁੱਟ ਬਣਾ ਲਿਆ। ਜਾਣੀ ਤੁਸੀਂ ਵੇਖੋ ਕਿ ਜੱਸਾ ਸਿੰਘ, ਰਾਮਗੜੀਆ, ਜਿਨ੍ਹਾਂ ਲੋਕਾਂ ਨੇ ਦਿੱਲੀ ਫਤਿਹ ਕੀਤੀ, ਉਹਨਾਂ ਦੇ ਨਾਲ ਵੀ ਮਹਾਰਾਜਾ ਰਣਜੀਤ ਸਿੰਘ ਦੇ ਤਾਲੁਕ ਕਿਹੋ ਜਿਹੇ ਰਹੇ, ਉਹ ਵੀ ਇਸ ਦੇ ਵਿਰੁੱਧ ਹੋਏ, ਕਿਉਂਕਿ ਬਖਸ਼ਿਆ ਮਹਾਰਾਜਾ ਰਣਜੀਤ ਸਿੰਘ ਨੇ ਕਿਸੇ ਨੂੰ ਨਹੀਂ। ਹਾਲਾਂਕਿ ਜੇ ਕੰਟਰੀਬਿਊਸ਼ਨ ਵੇਖਿਆ ਜਾਵੇ, ਜੱਸਾ ਸਿੰਘ ਓਹਲੂ ਵਾਲੀਆਂ ਹੋਰਾਂ ਦਾ ਜਾਂ ਬਘੇਲ ਸਿੰਘ ਹੋਰਾਂ ਦਾ ਘੱਟ ਥੋੜ੍ਹੀ ਸੀਗਾ, ਮਿਸਲਾਂ ਸੀਗੀਆਂ ਇਹ, ਇਹਨਾਂ ਨੇ ਦਿੱਲੀ 'ਚ ਕਿਵੇਂ ਮਤਲਬ ਡਿਵੈਲਪਮੈਂਟ ਕੀਤੀ ਸੀ ਸਿੱਖ ਧਰਮ ਦੀ। ਖੈਰ, ਗੁਲਾਬ ਸਿੰਘ ਭੰਗੀ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਅੰਮ੍ਰਿਤਸਰ ਤੋਂ ਲਾਹੌਰ ਵੱਲ ਕੂਚ ਕੀਤਾ।
ਲਾਹੌਰ ਦੇ ਪੂਰਬ ਵੱਲ 16 ਕਿਲੋਮੀਟਰ ਦੂਰੀ 'ਤੇ ਸਥਿਤ ਭਸੀਨ ਨਾਂ ਦੇ ਸਥਾਨ 'ਤੇ ਇਹਨਾਂ ਨੇ ਡੇਰੇ ਲਾ ਲਏ। ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਿਆ, ਉਸਨੇ ਵਿਸ਼ਾਲ ਸੈਨਾ ਆਪਣੀ ਇਕੱਠੀ ਕੀਤੀ ਅਤੇ ਇਹਨਾਂ ਦੇ ਟਾਕਰੇ ਲਈ ਉੱਥੇ ਪਹੁੰਚ ਗਿਆ। ਭਸੀਨ ਦੇ ਥਾਂ 'ਤੇ ਦੋਵਾਂ ਪੱਖਾਂ ਦੀਆਂ ਸੈਨਾਵਾਂ ਲਗਭਗ 2 ਮਹੀਨੇ ਤੱਕ ਆਪੋ ਨੂੰ ਸਾਹਮਣੇ ਡਟੀਆਂ ਰਹੀਆਂ, ਪਰ ਕਿਸੇ ਵੀ ਧਿਰ ਨੇ ਇੱਕ ਦੂਸਰੇ 'ਤੇ ਹਮਲਾ ਨਾ ਕੀਤਾ, ਕਿਉਂਕਿ ਉਹ ਇੱਕ ਦੂਜੇ ਦੀ ਸ਼ਕਤੀ ਨੂੰ ਸਮਝਦੇ ਸੀ, ਪਤਾ ਸੀ ਕਿ ਕਾਣ ਹੋਵੇਗਾ। ਜੱਸਾ ਸਿੰਘ ਰਾਮਗੜੀਆ ਵੀ ਬਿਮਾਰੀ ਦੇ ਬਹਾਨੇ ਆਪਣੇ ਸਾਥੀਆਂ ਦਾ ਸਾਥ ਛੱਡ ਗਿਆ। ਫਿਰ ਅਚਾਨਕ ਗੁਲਾਬ ਸਿੰਘ ਭੰਗੀ ਦੀ ਜ਼ਿਆਦਾ ਸ਼ਰਾਬ ਪੀਣ ਕਾਰਨ ਮੌਤ ਹੋ ਗਈ, ਕਿਉਂਕਿ ਭੰਗੀ ਨਸ਼ੇ ਪੱਤੇ ਜ਼ਿਆਦਾ ਕਰਦੇ ਸੀ। ਇਸ ਲਈ ਜਿਹੜੇ ਭੰਗੀ ਮਿਸਲ ਦੇ ਸੈਨਿਕ ਸੀ ਉਹਨਾਂ 'ਚ ਭਾਜੜ ਪੈ ਗਈ। ਛੇਤੀ ਹੀ ਦੂਜੇ ਸਰਦਾਰ ਵੀ ਸੈਨਾਵਾਂ ਸਮੇਤ ਰਣ ਖੇਤਰ 'ਚੋਂ ਭੱਜਣ ਲੱਗੇ, ਟਿੱਬਣ ਲੱਗੇ। ਇਸ ਤਰ੍ਹਾਂ ਰਣਜੀਤ ਸਿੰਘ ਨੂੰ ਬਿਨਾਂ ਯੁੱਧ ਕੀਤਿਆਂ ਹੀ ਇਹ ਜਿੱਤ ਪ੍ਰਾਪਤ ਹੋਈ ਭਸੀਨ ਦੀ। ਭਸੀਨ ਦੀ ਲੜਾਈ ਮਹਾਰਾਜ ਰਣਜੀਤ ਸਿੰਘ ਦੀ ਤਾਕਤ ਨੂੰ ਹੋਰ ਉਭਾਰਦੀ ਹੈ ਕਿ ਬਿਨਾਂ ਖੋਰ ਖਰਾਬੇ ਤੋਂ ਹੀ ਉਹ ਇਹਨਾਂ ਸਿੱਖ ਸਰਦਾਰਾਂ ਨੂੰ ਕਾਬੂ ਕਰਨ ਦੇ ਵਿੱਚ ਸਫਲ ਹੋਇਆ। ਜਾਣੀ ਕਿ ਬਿਮਾਰੀ ਦੇ ਬਹਾਨੇ ਜੱਸਾ ਸਿੰਘ ਰਾਮਗੜੀਆ ਵੀ ਉਸ ਜੰਗ 'ਚੋਂ ਭਸੀਨ ਦੇ ਸਥਾਨ ਤੋਂ ਪਿੱਛੇ ਹਟ ਗਿਆ। ਗੁਲਾਬ ਸਿੰਘ ਭੰਗੀ ਦੀ ਮੌਤ ਹੋਣ ਪਿੱਛੋਂ ਫਿਰ ਅੰਮ੍ਰਿਤਸਰ ਦੀ ਜਿੱਤ ਹੁੰਦੀ 1805 ਦੇ ਵਿੱਚ। ਗੁਲਾਬ ਸਿੰਘ ਭੰਗੀ ਦਾ ਪੁੱਤਰ ਗੁਰਦਿੱਤ ਸਿੰਘ ਅੰਮ੍ਰਿਤਸਰ ਦਾ ਹਾਕਮ ਬਣਿਆ, ਕਿਉਂਕਿ ਇਹਨਾਂ ਦਾ ਲਾਹੌਰ ਅਤੇ ਅੰਮ੍ਰਿਤਸਰ 'ਤੇ ਕਬਜ਼ਾ ਸੀਗਾ। ਮਹਾਰਾਜਾ ਰਣਜੀਤ ਸਿੰਘ ਦਾ ਤਾਂ ਕਬਜ਼ਾ ਥੋੜ੍ਹੇ ਜਿਹੇ ਇਲਾਕੇ 'ਚ ਸੀਗਾ। ਜਦੋਂ ਇਸਨੇ 17 ਵਰਿਆਂ ਦੀ ਉਮਰ 'ਚ ਕਮਾਂਡ ਸੰਭਾਲੀ ਸੀ ਤਾਂ ਇਸ ਕੋਲ ਕੋਈ ਬਹੁਤਾ ਨਹੀਂ ਸੀ। ਇਸ ਕੋਲ ਉਸ ਵਕਤ ਗੁਜਰਾਂਵਾਲਾ ਸੀਗਾ, ਵਜ਼ੀਰਾਬਾਦ ਸੀ ਜਾਂ ਦਾਦਨ ਸੀਗਾ, ਇੰਨਾ ਕੁ ਇਲਾਕਾ ਸੀਗਾ। ਲਾਹੌਰ 'ਤੇ ਅਤੇ ਅੰਮ੍ਰਿਤਸਰ 'ਤੇ ਭੰਗੀਆਂ ਦਾ ਕਬਜ਼ਾ ਸੀ। 1805 ਦੇ ਵਿੱਚ ਫਿਰ ਇਹ ਅੰਮ੍ਰਿਤਸਰ ਜਿੱਤਦਾ ਮਹਾਰਾਜਾ ਰਣਜੀਤ ਸਿੰਘ। ਗੁਲਾਬ ਸਿੰਘ ਦਾ ਪੁੱਤਰ ਉਸਦੀ ਮੌਤ ਤੋਂ ਬਾਅਦ ਗੁਲਾਬ ਸਿੰਘ ਦੀ ਮੌਤ ਤੋਂ ਬਾਅਦ ਉਸਦਾ ਪੁੱਤਰ ਗੁਰਦਿੱਤ ਸਿੰਘ ਅੰਮ੍ਰਿਤਸਰ ਦਾ ਹਾਕਮ ਬਣਿਆ। ਉਹ ਨਾਬਾਲਗ ਸੀ, ਇਸ ਲਈ ਰਾਜ ਪ੍ਰਬੰਧ ਉਸਦੀ ਮਾਂ ਮਾਈ ਸੁੱਖਾਂ, ਜੋ ਗੁਲਾਬ ਸਿੰਘ ਦੀ ਵਿਧਵਾ ਸੀ, ਉਹਦੇ ਹੱਥ 'ਚ ਸੀਗਾ, ਕਿਉਂਕਿ ਗੁਲਾਬ ਸਿੰਘ ਆਪ ਨਾਬਾਲਗ ਸੀਗਾ, ਗੁਰਦਿੱਤ ਸਿੰਘ ਸੋਰੀ। ਅਤੇ 1805 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਜਿੱਤਣ ਦਾ ਫੈਸਲਾ ਕੀਤਾ ਅਤੇ ਉਸਨੇ ਅੰਮ੍ਰਿਤਸਰ 'ਤੇ ਹਮਲਾ ਕੀਤਾ ਅਤੇ ਉਸਨੇ ਗੁਲਾਬ ਸਿੰਘ ਦੀ ਵਿਧਵਾ ਨੂੰ ਮਾਈ ਸੁੱਖਾਂ ਨੂੰ ਸੁਨੇਹਾ ਭੇਜਿਆ ਕਿ ਉਹ ਜਮਜਮਾਂ ਤੋਪ ਹੈ ਜਿਹੜੀ ਨਾ ਉਹ ਹਵਾਲੇ ਕਰ ਦੇਵੇ, ਕਿਉਂਕਿ ਸ਼ੱਕਰ ਚੁੱਕੀਆਂ ਅਤੇ ਭੰਗੀ ਸਰਦਾਰਾਂ ਨੇ ਮਿਲ ਕੇ 1764 ਦੇ ਅਫਗਾਨ ਯੁੱਧ ਕੀਤਾ ਸੀ, ਜਿਸ ਦੇ ਫਲਸਰੂਪ ਇਹ ਭੰਗੀ ਮਿਸਲ ਦੇ ਸਰਦਾਰ ਇਹ ਤੋਪ ਆਪਣੇ ਕਬਜ਼ੇ 'ਚ ਲੈ ਗਏ ਸੀ, ਜਿਹਨੂੰ ਭੰਗੀਆਂ ਦੀ ਤੋਪ ਕਹਿੰਦੇ ਆ, ਜਮਜਮਾਂ ਤੋਪ। ਇਸ ਕਰਕੇ ਇਹ ਸਾਡੇ ਹਿੱਸੇ ਦੀ ਆ, ਹੁਣ ਤੱਕ ਤੁਸੀਂ ਰੱਖ ਲਈ, ਹੁਣ ਸਾਨੂੰ ਦਿਓ। ਕਿਉਂਕਿ ਠੀਕ ਹੈ, ਤੁਹਾਡੀ ਮਿਸਲ ਨੇ ਅਤੇ ਸਾਡੀ ਮਿਸਲ ਨੇ ਇਕੱਠਿਆਂ 1764 ਦੇ ਵਿੱਚ ਅਫਗਾਨਾਂ ਤੋਂ ਇੱਕ ਹੋਈ ਸੀ ਜਮਜਮਾਂ ਤੋਪ, ਜਿਹਦਾ ਨਾਂ ਬਾਅਦ 'ਚ ਭੰਗੀ ਤੋਪ ਆ। ਇਹ ਮੇਰੇ ਖਿਆਲ ਅੱਜ ਵੀ ਲਾਹੌਰ ਦੇ ਵਿੱਚ ਖੜ੍ਹੀ ਹੈ ਸ਼ਾਇਦ। ਸੋ ਮਾਈ ਸੁੱਖਾਂ ਨੇ, ਜੋ ਵਿਧਵਾ ਸੀਗੀ ਭੰਗੀ ਗੁਲਾਬ ਸਿੰਘ ਦੀ, ਅਤੇ ਉਸਨੇ ਮਹਾਰਾਜੇ ਦੀਆਂ ਇਹਨਾਂ ਮੰਗਾਂ ਨੂੰ ਨਾਮਨਜ਼ੂਰ ਕਰ ਦਿੱਤਾ, ਜਿਸ 'ਤੇ ਰਣਜੀਤ ਸਿੰਘ ਨੇ ਤੁਰੰਤ ਅੰਮ੍ਰਿਤਸਰ 'ਤੇ ਹੱਲਾ ਬੋਲਿਆ ਅਤੇ ਲੋਹਗੜ ਕਿਲ੍ਹੇ ਨੂੰ ਘੇਰ ਲਿਆ। ਰਣਜੀਤ ਸਿੰਘ ਦੀ ਸੱਸ ਸਦਾ ਕੌਰ ਅਤੇ ਫਤਿਹ ਸਿੰਘ ਆਹਲੂਵਾਲੀਆ ਵੀ ਉਸਦੇ ਸਾਥ ਸਨ। ਕਿਹਾ ਜਾਂਦਾ ਕਿ ਮਾਈ ਸੁੱਖਾਂ ਅਤੇ ਉਸਦਾ ਛੋਟਾ ਬੇਟਾ ਜੋ ਅੰਮ੍ਰਿਤਸਰ ਦਾ ਹਾਕਮ ਸੀ ਗੁਰਦਿੱਤ ਸਿੰਘ, 2-3 ਘੰਟੇ ਤੱਕ ਹੀ ਮਹਾਰਾਜਾ ਰਣਜੀਤ ਸਿੰਘ ਨਾਲ ਲੜੇ ਅਤੇ ਅੰਤ ਦੋਵੇਂ ਲੋਹਗੜ ਦਾ ਕਿਲ੍ਹਾ ਛੱਡ ਕੇ ਨੱਸ ਗਏ। ਰਣਜੀਤ ਸਿੰਘ ਨੇ ਲੋਹਗੜ ਦਾ ਕਿਲ੍ਹਾ ਅਤੇ ਅੰਮ੍ਰਿਤਸਰ ਸ਼ਹਿਰ 'ਤੇ ਕਬਜ਼ਾ ਕਰ ਲਿਆ, ਪਰ ਉਸਨੇ ਫਿਰ ਵੀ ਮਾਈ ਸੁੱਖਾਂ ਅਤੇ ਉਸਦੇ ਬੇਟੇ ਜੋ ਅੰਮ੍ਰਿਤਸਰ ਦਾ ਹਾਕਮ ਸੀਗਾ ਬੱਚਾ ਗੁਰਦਿੱਤ ਸਿੰਘ, ਉਸਨੂੰ ਜ਼ਿੰਦਗੀ ਦੇ ਨਿਰਵਾਹ ਵਾਸਤੇ ਜਗੀਰ ਦਿੱਤੀ। ਜਾਣੀ ਬੜਾ ਸੌਫਟ ਚੱਲਦਾ ਸੀ, ਇਹਦੀ ਖਾਸੀਅਤ ਸੀਗੀ। ਅੰਮ੍ਰਿਤਸਰ ਦੀ ਜਿੱਤ ਨੇ ਉਸਦੀ ਧਾਂਕ ਨੂੰ ਹੋਰ ਸੁਧਾਰਿਆ, ਕਿਉਂਕਿ ਅੰਮ੍ਰਿਤਸਰ ਸਿੱਖਾਂ ਦੀ ਧਾਰਮਿਕ ਰਾਜਧਾਨੀ ਸੀ। ਅੰਮ੍ਰਿਤਸਰ 'ਤੇ ਉਹਨਾਂ ਦਾ ਕਾਬਜ਼ ਹੋਣਾ ਅਤੇ ਉਹਨਾਂ ਨੂੰ ਸਿੱਖ ਪੰਥ ਵੱਲੋਂ ਪ੍ਰਵਾਨਤਾ ਮਿਲੀ, ਇਸ ਤਰ੍ਹਾਂ ਫਿਰ ਕਿਤੇ ਨਾ ਕਿਤੇ ਅੱਗੇ ਚੱਲ ਕੇ ਬਾਬਾ ਫੂਲਾ ਸਿੰਘ ਦੇ 2-3 ਹਜ਼ਾਰ ਨਿਹੰਗ ਸਿੰਘ ਉਹਨਾਂ ਦੇ ਨਾਲ ਰਲ ਜਾਂਦੇ ਨੇ, ਕਿਉਂਕਿ ਇਹ ਜਿਹੜਾ ਤੀਰਥ ਸਥਾਨ ਸੀ ਇਹ ਸਿੱਖਾਂ ਦੀ ਸੈਨਿਕ ਸ਼ਕਤੀ ਦੀ ਇੱਕ ਕਿਰਪਾ ਸੀ।
ਕਿਲ੍ਹੇ ਤੋਂ ਇਲਾਵਾ ਉਸਨੂੰ ਤਾਂਬੇ ਅਤੇ ਪਿੱਤਲ ਦੀ ਬਣੀ ਹੋਈ ਜਿਹੜੀ ਵੱਡੀ ਜਮਜਮਾ ਤੋਪ ਸੀ, ਭੰਗੀਆਂ ਦੀ ਤੋਪ, ਇਹ ਮਿਲ ਗਈ, ਜਿਹੜੀ ਕਿ ਇੱਕ ਸ਼ਾਨੋ ਸ਼ੌਕਤ ਦਾ ਪ੍ਰਤੀਕ ਸੀਗਾ, ਜਿਵੇਂ ਅੱਜ ਕੱਲ੍ਹ ਪਰਮਾਣੂ ਸ਼ਕਤੀ ਆ, ਉਵੇਂ ਜਮਜਮਾ ਤੋਪ ਸੀਗੀ। ਖੈਰ, ਰਣਜੀਤ ਸਿੰਘ ਤੋਂ ਬਾਅਦ ਵਿਸ਼ੇਸ਼ ਹਮਲਿਆਂ 'ਚ ਇਸ ਦੀ ਤੋਪ ਦੀ ਵਰਤੋਂ ਹੋਈ। ਤੀਜਾ, ਕਿ ਕਿਲ੍ਹੇ ਦੀ ਲੋਹਗੜ੍ਹ ਦਾ ਕਿਲ੍ਹਾ ਅਤੇ ਤੋਪ ਦੀ ਪ੍ਰਾਪਤੀ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਨੂੰ ਪ੍ਰਸਿੱਧ ਸੈਨਿਕ ਅਕਾਲੀ ਬਾਬਾ ਫੂਲਾ ਸਿੰਘ ਸੀ, ਜੋ ਨਿਹੰਗ ਮੁਖੀ ਸੀ, ਉਹਦੇ 2 ਤੋਂ 3 ਹਜ਼ਾਰ ਨਿਹੰਗ ਸਿੰਘ ਸੀਗੇ। ਅੰਮ੍ਰਿਤਸਰ ਦੀ ਜਿੱਤ ਤੋਂ ਬਾਅਦ ਉਹ ਵੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸ਼ਾਮਿਲ ਹੋ ਗਏ। ਚੌਥਾ, ਅੰਮ੍ਰਿਤਸਰ ਦੀ ਜਿੱਤ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਆਰਥਿਕ ਲਾਭ ਵੀ ਹੋਇਆ, ਕਿਉਂਕਿ ਇੱਥੇ ਰੈਵਨਿਊ ਬਹੁਤ ਸੀ, ਬਿਜ਼ਨਸ ਬਹੁਤ ਸੀ, ਵਪਾਰਕ ਕੇਂਦਰ ਸੀਗਾ, ਇੱਕ ਲਾਹੌਰ ਹੋ ਗਿਆ ਵਪਾਰਕ ਕੇਂਦਰ ਅਤੇ ਦੂਸਰਾ ਅੰਮ੍ਰਿਤਸਰ, ਅਤੇ ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਦੀ ਮਸ਼ਹੂਰੀ ਦੂਰ ਦੂਰ ਤੱਕ ਫੈਲ ਗਈ। ਅਤੇ ਉਸਨੇ ਅੰਗਰੇਜ਼ਾਂ ਦੇ ਇਨ ਇਲਾਕਿਆਂ ਤੋਂ ਬਹੁਤ ਸਾਰੇ ਜਿਹੜੇ ਹਿੰਦੁਸਤਾਨੀ ਮੁਸਲਮਾਨ ਜਾਂ ਯੂਰਪੀਅਨ ਸੈਨਿਕ ਜਾਂ ਕੁਛ ਲੋਕ ਜਾਂ ਈਸਟ ਇੰਡੀਆ ਕੰਪਨੀ ਨੂੰ ਜੋ ਛੱਡ ਚੁੱਕੇ ਸੀ ਇੱਧਰ, ਜਿਹੜੀਆਂ ਰਾਜਿਆਂ ਦੇ ਅਧੀਨ ਜਾਂ ਬ੍ਰਿਟਿਸ਼ ਇੰਡੀਆ ਦੀਆਂ ਜਿਹੜੀਆਂ ਸਟੇਟਸ ਦੇ ਸੈਨਿਕ ਸੀਗੇ, ਵਪਾਰੀ ਸੀਗੇ, ਉਹ ਖੁੰਦੇ ਹੀ ਹੈ ਨਾ, ਕਿਉਂਕਿ ਕੁਦਰਤੀ ਕੋਈ ਸਟੇਟ ਜਿਵੇਂ ਅੱਜ ਕੱਲ੍ਹ ਲੋਕ ਕੈਨੇਡਾ ਤੋਂ ਦੁਬਈ ਵੱਲੋਂ ਆਕਰਸ਼ਿਤ ਹੁੰਦੇ ਨੇ, ਉਹਨਾਂ ਨੇ ਉੱਧਰ ਨੂੰ ਚਾਲੇ ਪਾ ਦਿੱਤੇ। ਇਸ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਸ਼ਾਨੋ ਸ਼ੌਕਤ ਹੋਰ ਵਧਿਆ। ਚੌਥੀ ਜਿਹੜੀ ਜਿੱਤ ਹੈ ਉਹਨਾਂ ਦੀ 1801 'ਚ ਹੁੰਦੀ ਹੈ। ਅਕਾਲਗੜ੍ਹ ਦੇ ਹਾਕਮ ਦਲ ਸਿੰਘ ਦੀ ਮੌਤ ਦੀ ਖਬਰ ਮਿਲਦਿਆਂ ਮਹਾਰਾਜਾ ਰਣਜੀਤ ਸਿੰਘ ਨੇ 1801 ਦੇ ਵਿੱਚ ਅਕਾਲਗੜ੍ਹ 'ਤੇ ਚੜ੍ਹਾਈ ਕੀਤੀ ਅਤੇ ਉਸਨੂੰ ਆਪਣੇ ਰਾਜ 'ਚ ਮਿਲਾ ਲਿਆ। ਦਲ ਸਿੰਘ ਦੀ ਵਿਧਵਾ ਪਤਨੀ ਨੂੰ ਗੁਜ਼ਾਰੇ ਲਈ 2 ਪਿੰਡਾਂ ਦੀ ਜਗੀਰ ਦਿੱਤੀ। 1802 ਦੇ ਵਿੱਚ 5ਵੀਂ ਜਿੱਤ ਉਹਦੀ ਹੈ ਚਨੋਟ ਦੀ। ਫਤਿਹ ਸਿੰਘ ਆਹਲੂਵਾਲੀ ਨਾਲ ਮਿਲ ਕੇ ਉਹਨਾਂ ਨੇ ਚਨੋਟ 'ਤੇ ਕਬਜ਼ਾ ਕੀਤਾ ਅਤੇ ਜੱਸਾ ਸਿੰਘ ਜੋ ਚਨੋਟ ਦਾ ਹਾਕਮ ਸੀ ਉਸਨੂੰ ਭਜਾਇਆ, ਅਤੇ ਇਸੇ ਦੌਰਾਨ ਉਸਨੇ ਉਸਦਾ ਖਾਸ ਹਿੱਸਾ ਸੀ ਜਿਹੜਾ ਪਿੰਡੀ ਭੱਟੀਆਂ ਅਤੇ ਧਾਨਾਂ ਦੇ ਇਲਾਕੇ ਸੀਗੇ ਉਹ ਵੀ ਜਿੱਤ ਲਏ। ਉਸ ਵਕਤ ਫਤਿਹ ਸਿੰਘ ਆਹਲੂਵਾਲੀਆ ਉਹਦਾ ਨਾਲ ਸੁਭਾਅ ਸਲਾਰ ਸੀ ਮਹਾਰਾਜੇ ਦਾ। ਫਿਰ ਉਸ ਤੋਂ ਬਾਅਦ ਉਹਨਾਂ ਦੀ ਚੜ੍ਹਾਈ ਹੁੰਦੀ ਹੈ ਸਤਲੁਜ ਤੋਂ ਪਾਰ ਮਾਲਵਾ ਪ੍ਰਦੇਸ਼ ਨੂੰ, ਜਿਸ ਦੇ ਵੱਡੇ ਹਿੱਸੇ 'ਤੇ ਫੂਲਕੀਆਂ ਮਿਸਲ ਦਾ, ਪਟਿਆਲਾ ਜਾਂ ਨਾਭਾ ਮਿਸਲਾਂ ਦਾ ਅਧਿਕਾਰ ਸੀਗਾ। ਇਹ ਅੰਗਰੇਜ਼ਾਂ ਦੇ ਅਧੀਨ ਸੀ, ਕਿਉਂਕਿ 19ਵੀਂ ਸਦੀ ਦੇ ਆਰੰਭ ਦੇ ਵਿੱਚ ਪਟਿਆਲਾ ਦਾ ਹਾਕਮ ਜੋ ਸਾਹਿਬ ਸਿੰਘ ਸੀਗਾ ਉਹ, ਅਤੇ ਨਾਭੇ ਦਾ ਹਾਕਮ ਸੀਗਾ ਜਸਵੰਤ ਸਿੰਘ, ਅਤੇ ਜਿਹੜੀ ਜੀਂਦ ਰਿਆਸਤ ਆ ਮਹਾਰਾਜਾ ਰਣਜੀਤ ਸਿੰਘ ਦੇ ਨਾਨਕਿਆਂ ਦੀ, ਉਹਦਾ ਹਾਕਮ ਸੀਗਾ ਭਾਗ ਸਿੰਘ। ਸੋ ਉਹਨਾਂ ਤਿੰਨਾਂ ਦੀ ਆਪਸੀ ਫੁੱਟ ਲੜਾਈ ਝਗੜਾ ਬਹੁਤ ਸੀਗਾ, ਤਿੰਨੇ ਆਪਸ 'ਚ ਲੜਦੇ ਸਨ। ਹੁਣ ਜੀਂਦ ਰਿਆਸਤ ਆ ਇਹਨਾਂ ਦਾ, ਕਿਉਂਕਿ ਨਾਨਕਾ ਘਰ ਸੀਗਾ ਮਹਾਰਾਜਾ ਰਣਜੀਤ ਸਿੰਘ ਦਾ, ਗਜਪਤ ਸਿੰਘ ਦੇ ਨਾਨਾ ਸੀਗੇ। ਸੋ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਦੀ ਕਮਜ਼ੋਰੀ ਅਤੇ ਆਪਸੀ ਮਤਭੇਦਾਂ ਦਾ ਲਾਭ ਉਠਾਉਂਦਿਆਂ ਮਾਲਵੇ 'ਤੇ ਆਪਣਾ ਸ਼ਕਤੀ ਪ੍ਰਦਰਸ਼ਨ ਦਾ ਸਿਲਸਿਲਾ ਵਿੱਢਿਆ। 18 ਕਿਉਂਕਿ ਸਾਹਿਬ ਸਿੰਘ ਸੀਗਾ ਉਹ ਬੜਾ ਕਮਜ਼ੋਰ ਸੀ, ਉਹਨੂੰ ਤਾਂ ਤੁਸੀਂ ਵੇਖੋ ਕਿ ਮੈਂ ਤੁਹਾਨੂੰ ਕਦੇ ਸੁਣਾਵਾਂਗਾ, ਰਾਣੀ ਸਾਹਿਬ ਕੌਰ ਦੀ ਵਾਰ ਹੈ, ਵਧਾਤਾ ਸਿੰਘ ਧੀਰ ਨੇ ਲਿਖੀ ਹੈ। ਉਹ ਬੜੀ ਦਲੇਰ ਔਰਤ ਸੀ, ਮਹਾਰਾਜਾ ਸਾਹਿਬ ਸਿੰਘ ਦੀ ਭੈਣ ਸੀ ਰਾਣੀ ਸਾਹਿਬ ਕੌਰ, ਇਹ ਥੋੜ੍ਹਾ ਜਿਹਾ ਨਿਕੰਮਾ ਸੀ। ਜਦੋਂ ਮਰਹੱਟਿਆਂ ਨੇ ਕਬਜ਼ਾ ਕੀਤਾ ਪਟਿਆਲੇ ਦੇ ਲਾਗੇ, ਮਰਦੈੜੀ ਪਿੰਡ ਆਉਂਦਾ ਨਾ ਜਿਹਨੂੰ ਮਰਦਾਂ ਹੇੜੀ ਕਹਿੰਦੀ, ਉੱਥੇ ਜੰਗ ਹੋਇਆ ਅਤੇ ਰਾਣੀ ਸਾਹਿਬ ਕੌਰ ਨੇ ਬਹੁਤ ਕਰਤੱਬ ਦਿਖਾਏ। ਕਦੇ ਰਾਣੀ ਸਾਹਿਬ ਕੌਰ ਦੀ ਜ਼ਿੰਦਗੀ ਸੁਣਾਵਾਂਗੇ, ਕਿਉਂਕਿ ਮਾਈ ਭਾਗੋ ਦੀ ਤਰ੍ਹਾਂ ਇਹਦੇ ਵਾਰਸ ਅੱਗੇ ਬਹੁਤ ਵੀ ਨੇ ਮਾਈ ਭਾਗੋ ਦੇ। ਸੋ ਜਿਹੜੀਆਂ ਰਣ ਤੱਤੇ ਦੇ ਵਿੱਚ ਮਤਲਬ ਕਮਾਲ ਕੀਤਾ ਇਹਨਾਂ ਔਰਤਾਂ ਨੇ, ਉਹ ਤੁਹਾਨੂੰ ਉਹਦਾ ਕਿੱਸਾ ਸੁਣਾਵਾਂਗੇ ਕਿ ਆਖਰੀ ਸਮੇਂ ਉਸਨੇ ਫਿਰ ਅਜਿਹੀ ਮਤਲਬ ਗੱਲ ਆਖੀ ਸਿੱਖ ਫੌਜਾਂ ਨੂੰ ਕਿ ਹਰਦੀਆਂ ਹੋਈਆਂ ਸਿੱਖ ਫੌਜਾਂ ਜਿੱਤੀਆਂ ਅਤੇ ਮਰਾਠਿਆਂ ਨੂੰ ਫਿਰ ਇੱਥੋਂ ਭੱਜਣਾ ਪਿਆ। ਅਤੇ ਫਿਰ ਉਹਦਾ ਭਰਾ ਐਡਾ ਬੇਵਕੂਫ ਸਾਹਿਬ ਸਿੰਘ, ਉਸਨੇ ਆਪਣੀ ਭੈਣ ਸਾਹਿਬ ਕੌਰ ਨੂੰ ਕੈਦ ਕਰ ਲਿਆ, ਜਿਹਨੇ ਪਟਿਆਲਾ ਦੀ ਸਟੇਟ ਬਚਾਈ ਸੀ। ਅਤੇ ਫਿਰ ਮਰਾਠਿਆਂ ਦੇ ਕਹਿਣ 'ਤੇ ਕਿ ਇਹ ਦਲੇਰ ਔਰਤ ਹੈ, ਤੂੰ ਇਹਦੇ ਨਾਲ ਇੱਦਾਂ ਨਾ ਕਰ, ਤਾਂ ਉਹਨੂੰ ਬਰੀ ਕੀਤਾ ਸੀ ਸਾਹਿਬ ਕੌਰ ਨੂੰ। ਪਟਿਆਲੇ ਦੀ ਮਤਲਬ ਧੀ ਸੀ ਇੱਥੋਂ ਦੀ, ਵਿਆਹੀ ਤਾਂ ਕਿਤੇ ਹੋਰ ਸੀਗੀ ਉਹ। ਸੋ ਇਸ ਕਰਕੇ ਇਹ ਜਿਹੜਾ ਉਸ ਵਕਤ ਸਾਹਿਬ ਸਿੰਘ ਪਟਿਆਲੇ ਦਾ ਹਾਕਮ ਸੀ, ਨਾਭਾ ਦਾ ਜਸਵੰਤ ਸਿੰਘ, ਜੀਂਦ ਦਾ ਭਾਗ ਸਿੰਘ, ਇਹ ਆਪਸ 'ਚ ਲੜਦੇ ਸੀ।
ਅਤੇ ਇਸ ਦਾ ਫਾਇਦਾ ਲੈਂਦਿਆਂ ਪਟਿਆਲੇ ਦੇ ਅਤੇ ਨਾਭੇ ਦੇ ਰਾਜਿਆਂ ਨੇ ਦਲੱਦੀ ਨਾਂ ਦੇ ਪਿੰਡ ਬਾਰੇ ਇੱਕ ਝਗੜਾ ਉੱਠਿਆ। ਨਾਭੇ ਦੇ ਨਾਲ ਹੀ ਦਲੱਦੀ ਪਿੰਡ ਹੈ, ਜਦੋਂ ਆਪਾਂ ਮਰੇਕੋਟਲਾ ਤੋਂ ਪਟਿਆਲੇ ਨੂੰ ਜਾਂਦਾ ਦਲੱਦੀ ਗੇਟ ਵੀ ਆਉਂਦਾ, ਉੱਥੇ ਉਹ ਪਿੰਡ ਸੀ। ਉਸ ਨੂੰ ਲੈ ਕੇ ਪਟਿਆਲਾ ਅਤੇ ਨਾਭਾ ਸਟੇਟ ਦੇ ਰਾਜੇ ਆਪਸ 'ਚ ਲੜੇ, ਅਤੇ ਜੀਂਦ ਦਾ ਜਿਹੜਾ ਰਾਜਾ ਸੀ ਉਹ ਜਸਵੰਤ ਸਿੰਘ ਦੇ ਨਾਭੇ ਵਾਲੇ ਦੇ ਹੱਕ ਸੀ, ਅਤੇ ਉਸਨੇ ਮਹਾਰਾਜੇ ਨੂੰ ਸਹਾਇਤਾ ਲਈ ਬੇਨਤੀ ਕਰ ਦਿੱਤੀ ਆਪਣੇ ਦੋਹਤੇ ਨੂੰ ਫਿਰ। ਅਤੇ ਮਹਾਰਾਜਾ ਰਣਜੀਤ ਸਿੰਘ 200 ਦੇ ਕਰੀਬ ਸੈਨਿਕ ਲੈ ਕੇ ਫਤਿਹ ਸਿੰਘ ਆਹਲੂਵਾਲੇ ਨੂੰ ਲੈ ਕੇ ਮਾਲਵੇ 'ਤੇ ਹੱਲਾ ਬੋਲਦਾ, ਅਤੇ ਦਲੱਦੀ ਨੂੰ ਆਪਣੇ ਅਧੀਨ ਕਰ ਲੈਂਦਾ, ਅਤੇ ਰਣਜੀਤ ਸਿੰਘ ਪਟਿਆਲੇ ਵੱਲ ਨੂੰ ਵੱਧਦਾ। ਫਿਰ ਪਟਿਆਲੇ ਦਾ ਰਾਜਾ ਸਾਹਿਬ ਸਿੰਘ ਦੇ ਕੁਝ ਵਿਰੋਧ ਪਿੱਛੋਂ ਮਹਾਰਾਜੇ ਦੀ ਅਧੀਨਤਾ ਉਸਨੇ ਸਵੀਕਾਰ ਕਰ ਲਈ, ਅਤੇ ਕੁਝ ਭੇਟਾ ਪੈਸੇ ਦੇ ਕੇ ਮਹਾਰਾਜੇ ਰਣਜੀਤ ਸਿੰਘ ਤੋਂ ਸਾਹਿਬ ਸਿੰਘ ਪਟਿਆਲੇ ਵਾਲੇ ਨੇ ਜਾਨ ਛੁਡਾਈ। ਅਤੇ ਨਾਭਾ ਅਤੇ ਜੀਂਦ ਦੇ ਰਾਜਿਆਂ ਨੇ ਵੀ ਮਹਾਰਾਜੇ ਨੂੰ ਨਜ਼ਰਾਨੇ ਦਿੱਤੇ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦੀ ਕਿਤਾਬ ਥੋੜ੍ਹਾ ਜਿਹਾ ਹੁੰਦਾ ਹੀ ਹੈ ਨਾ, ਲੇਖਕ ਦੇ ਉੱਤੋਂ ਕਿਤੇ ਨਾ ਕਿਤੇ ਆਪਣਾ ਜਾਤ ਧਰਮ ਵਿਸ਼ੇਸ਼ ਭਾਈਚਾਰਾ ਰਹਿੰਦਾ। ਇਹ ਏਸੀ ਅਰੋੜਾ ਦੇ ਹਵਾਲੇ ਨੇ, ਕੈਪਟਨ ਅਮਰਿੰਦਰ ਦੇ ਹਵਾਲੇ ਥੋੜ੍ਹੇ ਜਿਹੇ ਹੋਰ ਨੇ, ਫਰਕ ਹੈ ਮਾਮੂਲੀ, ਹਾਲਾਂਕਿ ਉਹਨੇ ਵੀ ਬਹੁਤ ਸਾਰੇ ਇਤਿਹਾਸਕਾਰ ਕੋਟ ਕੀਤੇ ਨੇ। ਸੋ ਨਾਭੇ ਅਤੇ ਜੀਂਦ ਦੇ ਰਾਜਿਆਂ ਨੇ ਵੀ ਫਿਰ ਮਹਾਰਾਜਾ ਰਣਜੀਤ ਸਿੰਘ ਨੂੰ ਨਜ਼ਰਾਨੇ ਦਿੱਤੇ, ਅਤੇ ਲਾਹੌਰ ਤੋਂ ਮੁੜਦੇ ਮਹਾਰਾਜਾ ਰਣਜੀਤ ਸਿੰਘ ਨੇ ਲੁਧਿਆਣਾ, ਰਾਏਕੋਟ ਅਤੇ ਜਗਰਾਉਂ ਆਦਿ ਪ੍ਰਦੇਸ਼ਾਂ ਨੂੰ ਵੀ ਜਿੱਤ ਲਿਆ। ਅਤੇ ਇਸ ਤਰ੍ਹਾਂ 1807 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮਾਲਵਾ ਪ੍ਰਦੇਸ਼ 'ਤੇ ਫਿਰ ਦੂਜਾ ਹਮਲਾ ਕੀਤਾ। ਇਸ ਵਾਰੀ ਪਟਿਆਲਾ ਦੀ ਰਾਣੀ ਆਸ ਕੌਰ ਨੇ ਸੱਦਾ ਉਸ ਨੂੰ ਭੇਜਿਆ ਸੀ ਕਿ ਉਸ ਦਾ ਆਪਣੇ ਪਤੀ ਸਾਹਿਬ ਸਿੰਘ ਨਾਲ ਝਗੜਾ ਹੋ ਗਿਆ ਸੀ। ਜਾਣੀ ਪਹਿਲਾਂ ਤਾਂ ਇਹਦੀ ਭੈਣ ਸਾਹਿਬ ਕੌਰ ਨੇ ਇਹਨੂੰ ਬਚਾਇਆ, ਅਤੇ ਫਿਰ ਇਹ ਕਿਉਂਕਿ ਵਧੀਆ ਕੋਈ ਕਾਮਯਾਬ ਰਾਜਾ ਨੇ ਸੀ, ਕਿਉਂਕਿ ਪਟਿਆਲੇ ਦੇ ਰਾਜਿਆਂ 'ਚ ਇਹ ਹੁੰਦਾ ਕਿ ਇੱਕ ਵਧੀਆ ਅਤੇ ਦੂਸਰਾ ਡੌਨ, ਇਹ ਚੱਲਦਾ ਇਹਨਾਂ ਦੇ ਖਾਨਦਾਨ 'ਚ। ਹਾਲਾਂਕਿ ਮਹਾਰਾਜਾ ਨਰਿੰਦਰ ਸਿੰਘ ਹੋਰਾਂ ਦਾ ਕੰਮ ਥੋੜ੍ਹਾ ਜਿਹਾ ਸੈੱਟ ਸੀਗਾ, ਵਧੀਆ ਸੀ, ਉਹ ਕਲਾ ਪ੍ਰੇਮੀ ਸੀ, ਡਿਵੈਲਪਮੈਂਟ ਉਹਨੇ ਬਹੁਤ ਕਰਾਈ। ਯਾਦਵਿੰਦਰ ਦਾ ਰੁੱਖ ਬੜਾ ਵਧੀਆ ਸੀ, ਭੁਪਿੰਦਰ ਦਾ ਰੁੱਖ ਤਾਂ ਤੁਸੀਂ ਜਾਣਦੇ ਹੀ ਹੋ। ਅਤੇ ਇਸ ਦੌਰਾਨ ਕਿਉਂਕਿ ਆਸ ਕੌਰ ਨਾਲ ਉਸਦਾ ਝਗੜਾ ਸੀ, ਜਾਣੀ ਮਹਾਰਾਜੇ ਦੀ ਮਹਾਰਾਣੀ ਨੇ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਸੱਦਾ ਦਿੱਤਾ। ਅਤੇ ਇਸ ਦੌਰਾਨ ਫਿਰ ਰਾਣੀ ਆਪਣੇ ਪੁੱਤਰ ਕੰਵਰ ਕਰਮ ਸਿੰਘ ਦੇ ਨਾਂ 'ਤੇ ਵੱਡੀ ਜਗੀਰ ਲਵਾਉਣਾ ਚਾਹੁੰਦੀ ਸੀ, ਪਰ ਸਾਹਿਬ ਸਿੰਘ ਉਸ ਦੀ ਇਹ ਮੰਗ ਨੂੰ ਮੰਨਦਾ ਨਹੀਂ ਸੀਗਾ। ਅਤੇ ਰਾਣੀ ਆਸ ਕੌਰ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਹਾਇਤਾ ਲਈ ਬੇਨਤੀ ਕੀਤੀ, ਅਤੇ ਬੜਾ ਅਨਮੁੱਲਾ ਸੋਨੇ ਦਾ ਹਾਰ ਅਤੇ ਕੜਾ ਖਾਂ ਨਾਮੀ ਤੋਪ ਦੇਣ ਦਾ ਉਸਨੂੰ ਵਚਨ ਦਿੱਤਾ ਰਣਜੀਤ ਸਿੰਘ ਨੂੰ, ਕਿ ਜੇ ਤੂੰ ਮੇਰੀ ਮਦਦ ਕਰੇਗਾ ਮੈਂ ਤੈਨੂੰ ਇਸ ਸੋਨੇ ਦੇ ਹਾਰ ਅਤੇ ਕੜਾ ਤੋਪ ਜਿਹੜੀ ਹੈ ਉਹ ਦੇਵਾਂਗੀ। ਇਸ ਲਈ ਰਣਜੀਤ ਸਿੰਘ ਮਹਾਰਾਜਾ ਫਤਿਹ ਸਿੰਘ ਆਹਲੂਵਾਲੇ ਅਤੇ ਮੋਹਕਮ ਚੰਦ ਨੂੰ ਨਾਲ ਲੈ ਕੇ ਫਿਰ 1807 'ਚ ਪਟਿਆਲੇ 'ਤੇ ਚੜ੍ਹਾਈ ਕਰਦਾ ਮਾਲਵੇ 'ਤੇ। ਅਤੇ ਜਿਸ ਦੌਰਾਨ ਪਟਿਆਲਾ ਪਹੁੰਚਣ ਤੋਂ ਪਹਿਲਾਂ ਹੀ ਪਟਿਆਲੇ ਦੇ ਰਾਜਾ ਅਤੇ ਰਾਣੀ 'ਚ ਸਮਝੌਤਾ ਹੋ ਗਿਆ ਆਸ ਕੌਰ ਅਤੇ ਸਾਹਿਬ ਸਿੰਘ 'ਚ, ਪਰ ਮਹਾਰਾਜੇ ਨੇ ਰਾਣੀ ਨੂੰ ਆਪਣੇ ਵਚਨ ਅਨੁਸਾਰ ਹਾਰ ਅਤੇ ਤੋਪ ਦੇਣ ਲਈ ਮਜਬੂਰ ਕੀਤਾ। ਉਸਨੇ ਸਾਹਿਬ ਸਿੰਘ ਕੋਲੋਂ ਵੀ ਨਜ਼ਰਾਨਾ ਲਿਆ, ਮਤਲਬ ਤੀਵੀਂ ਮਾਲਕ ਦੀ ਲੜਾਈ 'ਚ ਵੀ ਮਹਾਰਾਜਾ ਰਣਜੀਤ ਸਿੰਘ ਨੇ ਪੂਰਾ ਫਾਇਦਾ ਚੱਕਿਆ, ਕਹਿੰਦਾ ਮੈਂ ਤਾਂ ਹੁਣ ਆ ਗਿਆ, ਖਰਚਾ ਦਿਓ। ਸੋ ਨਜ਼ਰਾਨਾ ਵਸੂਲਿਆ। ਇਸ ਮੁਹਿੰਮ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਨਰਾਇਣਗੜ੍ਹ ਹੈ ਜਿਹੜਾ ਹਿਮਾਚਲ ਦਾ ਇਲਾਕਾ, ਬੰਧਨੀ, ਜੀਰਾ, ਕੋਟਕਪੂਰਾ ਆਦਿ ਇਲਾਕੇ ਜਿੱਤੇ। ਕੈਂਥਲ ਅਤੇ ਸ਼ਾਹਬਾਦ, ਅੰਬਾਲਾ, ਕਲਸੀਆਂ ਅਤੇ ਮਰੇਕੋਟਲੇ ਦੇ ਹਾਕਮਾਂ ਤੋਂ ਵੀ ਨਜ਼ਰਾਨੇ ਵਸੂਲ ਕੀਤੇ। ਮਹਾਰਾਜਾ ਰਣਜੀਤ ਸਿੰਘ ਦੇ ਇਹਨਾਂ ਦੋਨਾਂ ਹਮਲਿਆਂ ਤੋਂ ਭੈਭੀਤ ਹੋ ਕੇ ਮਾਲਵੇ ਦੇ ਸਰਦਾਰ ਇਕੱਠੇ ਹੋ ਕੇ ਫਿਰ ਅੰਗਰੇਜ਼ਾਂ ਦੇ ਚਰਨੀ ਲੱਗ ਗਏ, ਅਤੇ ਅੰਗਰੇਜ਼ ਰੈਜ਼ੀਡੈਂਟ ਮਿਸਟਰ ਸੇਟਨ ਦੇ ਅੱਗੇ ਇਹਨਾਂ ਨੇ ਪ੍ਰਾਰਥਨਾ ਕੀਤੀ ਕਿ ਸਾਨੂੰ ਬਚਾਓ। ਹਾਲਾਂਕਿ ਉੱਥੇ ਫਿਰ ਇਹ ਹੈ ਨਾ ਕਿ ਸਿੱਖ ਸੁੱਖ ਵਾਲੀ ਕੋਈ ਗੱਲ ਨਹੀਂ ਹੁੰਦੀ, ਇਹ ਜਿਵੇਂ ਹੁਣ ਚੱਲਦਾ ਉਵੇਂ ਪਹਿਲਾਂ ਸੀ। ਸੋ ਇਸ ਕਰਕੇ ਫਿਰ ਇਹ ਅੰਗਰੇਜ਼ਾਂ ਦੀ ਸ਼ਰਨ 'ਚ ਗਏ, ਪਰ ਅੰਗਰੇਜ਼ ਸਿੱਧਾ ਮਹਾਰਾਜਾ ਰਣਜੀਤ ਸਿੰਘ 'ਤੇ ਰੋਕ ਲਾਉਣ ਤੋਂ ਸਮਰੱਥ ਸੀ। 25 ਅਪ੍ਰੈਲ 1809 ਨੂੰ ਅੰਗਰੇਜ਼ਾਂ ਨੇ ਰਣਜੀਤ ਸਿੰਘ ਨੂੰ ਅੰਮ੍ਰਿਤਸਰ ਦੀ ਸੰਧੀ 'ਤੇ ਦਸਖਤ ਕਰਨ ਲਈ ਮਜਬੂਰ ਕਰ ਦਿੱਤਾ, ਜਿਸ ਅਨੁਸਾਰ ਉਹ ਬ੍ਰਿਟਿਸ਼ ਸਰਕਾਰ ਨੇ ਮਾਲਵਾ ਪ੍ਰਦੇਸ਼ ਦੇ ਜਿਹੜੇ ਰਾਜੇ ਸੀ ਉਹਨਾਂ ਦੀ ਰਾਖੀ ਆਪਣੇ ਹੱਥ 'ਚ ਲੈ ਲਈ। ਇਸ ਪਰ ਮਹਾਰਾਜਾ ਰਣਜੀਤ ਸਿੰਘ ਨੂੰ ਪਟਿਆਲਾ, ਜੀਂਦ, ਨਾਭਾ, ਮਰੇਕੋਟਲਾ, ਫਰੀਦਕੋਟ ਅਤੇ ਮਾਲਵਾ ਪ੍ਰਦੇਸ਼ ਦੇ ਵਿੱਚ ਨਾਂ ਜਿੱਤਣ ਲਈ ਆਖਿਆ।
ਉਹ ਇਹਨਾਂ ਰਾਜਾਂ ਨੂੰ ਫਿਰ ਇਸ ਕਰਕੇ ਜਿੱਤਣਾ ਗਿਆ ਕਿਉਂਕਿ ਇਹ ਫਿਰ ਰਾਜੇ ਸਾਰੇ ਸਿੱਧੇ ਅੰਗਰੇਜ਼ਾਂ ਦੇ ਅਧੀਨ ਹੋ ਗਏ। ਇਸੇ ਕਰਕੇ ਇਹਨਾਂ ਦਾ ਫਿਰ ਮਤਭੇਦ ਰਿਹਾ। ਅਗਲੀ ਜਿਹੜੀ ਹੈ ਫਿਰ ਡੱਲੇ ਵਾਲੀਆਂ ਮਿਸਲ ਅਤੇ ਇਲਾਕਿਆਂ 'ਤੇ ਕਬਜ਼ਾ, ਜਿਹੜੀ ਡੱਲੇ ਵਾਲੀਆਂ ਮਿਸਲ ਦੇ ਨੇਤਾ ਤਾਰਾ ਸਿੰਘ ਘੇਬਾ ਸੀ, ਉਹਨਾਂ ਦੀ ਮੌਤ ਦੀ ਖਬਰ ਸੁਣਦਿਆਂ ਹੀ ਮਹਾਰਾਜਾ ਰਣਜੀਤ ਸਿੰਘ ਨੇ ਡੱਲੇ ਵਾਲੀਆਂ ਮਿਸਲ ਦੇ ਸਾਰੇ ਇਲਾਕੇ ਨੂੰ ਆਪਣੇ ਕਬਜ਼ੇ 'ਚ ਕਰ ਲਿਆ। ਫਿਰ ਸਿਆਲਕੋਟ ਅਤੇ ਗੁਜਰਾਤ ਜਿੱਤਿਆ ਪਾਕਿਸਤਾਨ ਵਾਲਾ। ਗੁਜਰਾਤ 1808-09 ਦੇ ਵਿੱਚ ਸਿਆਲਕੋਟ ਦਾ ਹਾਕਮ ਜੀਵਨ ਸਿੰਘ ਅਤੇ 1809 ਦੇ ਵਿੱਚ ਗੁਜਰਾਤ ਦੇ ਸ਼ਾਸਕ ਸਾਹਿਬ ਸਿੰਘ ਨੂੰ ਹਰਾ ਕੇ ਉਹਨਾਂ ਦੇ ਇਲਾਕਿਆਂ ਨੂੰ ਆਪਣੇ ਕਬਜ਼ੇ 'ਚ ਲਿਆ। ਇਸੇ ਤਰ੍ਹਾਂ ਅਗਲੀ ਮਿਸਲ ਸੀ ਕਰੋੜ ਸਿੰਘੀ ਆ ਨਕਈ ਅਤੇ ਫੈਜ਼ਲਪੁਰੀ। ਹਾਲਾਂਕਿ ਨਕਈ ਮਿਸਲ 'ਚ ਵੀ ਵਿਆਹ ਹੋਇਆ ਸੀ ਮਹਾਰਾਜਾ ਰਣਜੀਤ ਸਿੰਘ। 1809 ਦੇ ਵਿੱਚ ਕਰੋੜ ਸਿੰਘੀ ਮਿਸਲ ਦਾ ਸਰਦਾਰ ਬਘੇਲ ਸਿੰਘ, ਉਸ ਦੀ ਮੌਤ ਦੀ ਖਬਰ ਹੋਈ, ਜਿਹਨੂੰ ਬਾਬਾ ਬਘੇਲ ਸਿੰਘ ਵੀ ਕਹਿੰਦੇ ਨੇ, ਦਿੱਲੀ ਜਿੱਤਣ ਵਾਲਾ। ਬਾਬਾ ਬਘੇਲ ਸਿੰਘ ਦੀਆਂ 3 ਪਤਨੀਆਂ ਸੀਗੀਆਂ, ਵਿਧਵਾ ਪਤਨੀਆਂ ਸੀ। ਉਹਨਾਂ ਨੇ ਥੋੜ੍ਹੀ ਦੇਰ ਲੜਾਈ ਲੜੀ ਅਤੇ ਆਪਾਂ ਉਹ ਸਮਰੂ ਬੇਗਮ ਵਾਲੇ ਤੁਹਾਨੂੰ ਕਹਾਣੀਆਂ ਸੁਣਾਈਆਂ ਸੀ ਨਾ ਮਨਮੋਹਨ ਬਾਬਾ ਦੀਆਂ, ਇਹ ਉਹੀ ਬਾਬਾ ਬਘੇਲ ਸਿੰਘ ਹੈ। ਇਹਦੀਆਂ 3 ਪਤਨੀਆਂ ਸੀ ਮੇਰਾ ਖਿਆਲ ਹੈ। ਉੱਦਾਂ ਬਹੁਤ ਨੋਵਲ ਬੰਦਾ ਸੀ ਬਾਬਾ ਬਘੇਲ ਸਿੰਘ। ਅਤੇ 1809 ਦੇ ਵਿੱਚ ਇਹ ਕਰੋੜ ਸਿੰਘ ਮਿਸਲ ਦਾ ਬਾਬਾ ਬਘੇਲ ਸਿੰਘ, ਕਿਉਂਕਿ ਤੁਸੀਂ ਵੇਖੋ ਕਿ ਜੱਸਾ ਸਿੰਘ ਰਾਮਗੜੀਆ, ਜੱਸਾ ਸਿੰਘ ਔਹਲੂਵਾਲੀਆ, ਬਾਬਾ ਬਘੇਲ ਸਿੰਘ 3 ਅਹਿਮ ਸਰਦਾਰ ਸੀ ਜਿਨ੍ਹਾਂ ਨੇ ਦਿੱਲੀ ਫਤਿਹ ਕੀਤੀ ਸੀ, 30 ਹਜ਼ਾਰੀ ਜਿਹਨੂੰ ਕਹਿੰਦੇ ਆ। ਪਰ ਉਸ ਦੌਰਾਨ ਮਹਾਰਾਜਾ ਰਣਜੀਤ ਸਿੰਘ ਨੇ ਇਹ ਵੀ ਨਹੀਂ ਬਖਸ਼ੇ, ਜਾਣੀ ਕਿ ਫਿਰ ਜਦੋਂ ਬਘੇਲ ਸਿੰਘ ਬਾਬੇ ਦੀ ਮੌਤ ਹੋਈ ਤਾਂ ਫਿਰ ਉਸਦੀਆਂ ਵਿਧਵਾ ਪਤਨੀਆਂ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਥੋੜ੍ਹੀ ਦੇਰ ਲੜਾਈ ਲੜੀ, ਫਿਰ ਉਹਨਾਂ ਨੇ ਹਥਿਆਰ ਸੁੱਟ ਦਿੱਤੇ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਇਸ ਮਿਸਲ ਦੇ ਪ੍ਰਦੇਸ਼ ਨੂੰ ਆਪਣੇ ਨਾਲ ਰਲਾ ਲਿਆ। ਜਾਣੀ ਉੱਥੇ ਫਿਰ ਪ੍ਰਸੰਗ ਆਉਂਦਾ ਕਿ ਉਹਦੇ ਘਰੋਂ ਬਲਦ ਘੋੜੇ ਵੀ ਖੋਲ੍ਹ ਕੇ ਲੈ ਗਿਆ ਸੀ ਮਹਾਰਾਜਾ। ਉਹ ਕਹਿੰਦੇ ਜੇ ਨਹੀਂ ਦੇਵਾਂਗੇ ਫਿਰ ਵੀ ਤਾਂ ਤੂੰ ਲੈ ਹੀ ਜਾਵੇਂਗਾ, ਇਹਦਾ ਸਲੂਕ ਸੀਗਾ। ਹਾਂ, ਉਹਨਾਂ ਨੂੰ ਗੁਜ਼ਾਰੇ ਜੋਗੀ ਪੈਨਸ਼ਨ ਥੋੜ੍ਹੀ ਜਿਹੀ ਦਿੱਤੀ ਤਾਂ ਜੋ ਬਸ ਉਹ ਅਧੀਨਗੀ ਜੀ ਸਵੀਕਾਰ ਕਰਦੇ ਰਹਿਣ। ਪਰ ਗੱਲ ਇਹ ਨਾ ਕਿ ਅਸੀਂ ਮਤਲਬ ਕਿੰਗ ਨੂੰ ਸਲੂਟ ਕਰਨਾ ਨਾ, ਜਿਹਨੂੰ ਕਹਿੰਦੇ ਸੀ ਖਾਲਸਾ ਰਾਜ, ਰਜਵਾੜਾ ਸ਼ਾਹੀ ਰਾਜ ਸੀ, ਇਸ ਤੋਂ ਬਾਅਦ ਕੁਛ ਨਹੀਂ ਸੀ। ਇਹ ਠੀਕ ਹੈ ਕਿ ਉਹਦਾ ਪ੍ਰਬੰਧ ਬਹੁਤ ਨੋਬਲ ਸੀ, ਉਹਨੇ ਦਰਬਾਰ ਸਾਹਿਬ ਜਾਂ ਉਹਨਾਂ ਚੀਜ਼ਾਂ ਲਈ ਕੰਮ ਬਹੁਤ ਕੀਤਾ, ਦਰਬਾਰ ਸਾਹਿਬ ਨੂੰ ਸੋਨਾ ਚੜ੍ਹਾਇਆ, ਉਹਦੇ ਪੈਰਲਰ ਹਿੰਦੂ ਮੰਦਰਾਂ ਜਾਂ ਮਸਜਿਦਾਂ ਨੂੰ ਵੀ ਉਨਾ ਹੀ ਸਨਮਾਨ ਦਿੱਤਾ, ਕਿਉਂਕਿ ਰਾਜਭਾਗ ਚਲਾਉਣ ਦੇ ਵਾਸਤੇ ਤੁਹਾਨੂੰ ਸਭ ਧਰਮਾਂ ਨੂੰ ਬਰਾਬਰ ਲੈ ਕੇ ਚੱਲਣਾ ਹੁੰਦਾ। ਸੋ ਇਸ ਕਰਕੇ ਬਰਾਬਰ ਦੀਆਂ ਰਸਮਾਂ ਹਿੰਦੂਆਂ ਦੀਆਂ ਸਾਰੀਆਂ ਉਹ ਕਰਦਾ ਸੀ। ਹਿੰਦੂ ਰਾਣੀਆਂ ਸੀ ਉਸਦੇ, ਮੁਸਲਿਮ ਰਾਣੀਆਂ ਸੀ ਅਤੇ ਸਿੱਖ ਤਾਂ ਆਲਰੇਡੀ ਸੀਗੀਆਂ। ਸੋ ਇਸ ਕਰਕੇ ਉਹ ਅਸੀਂ ਥੋੜ੍ਹੇ ਜਿਹੇ ਸਿੱਖ ਇਮੋਸ਼ਨਲ ਹੋ ਜਾਂਦੇ ਹਾਂ ਨਾ ਕਈ ਮਾਮਲਿਆਂ 'ਚ ਕਿ ਸਾਡਾ ਮਹਾਰਾਜਾ ਇੱਦਾਂ, ਸਾਡਾ ਇੱਦਾਂ। ਅਸਲ ਖਾਲਸਾਈ ਰਾਜ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦਾ ਕਹਿ ਸਕਦੇ ਹੋ, ਉਹਨਾਂ 'ਤੇ ਮਾਣ ਸਾਨੂੰ ਹੋਣਾ ਚਾਹੀਦਾ। ਅਸਲ ਸਿੱਖ ਰੂਲਰ, ਖਾਲਸਾਈ ਰੂਲਰ ਕਹਿ ਲਈਏ ਜੀ, ਸਿੱਖ ਰੂਲਰ ਤਾਂ ਚਲੋ ਇਹ ਵੀ ਹੈ ਮਹਾਰਾਜਾ ਰਣਜੀਤ ਸਿੰਘ ਵੀ। ਖੈਰ, ਇਸ ਦੌਰਾਨ ਬਾਬਾ ਬਘੇਲ ਸਿੰਘ ਦੀਆਂ ਪਤਨੀਆਂ ਨੇ ਜਦੋਂ ਸਰੈਂਡਰ ਕਰ ਦਿੱਤਾ ਅਤੇ ਉਹਨਾਂ ਨੂੰ ਆਪਣੇ ਅਧੀਨ ਕਰ ਲਿਆ। ਇਸੇ ਤਰ੍ਹਾਂ 1810 ਦੇ ਵਿੱਚ ਜਿਹੜੀ ਨਕਈ ਮਿਸਲ ਸੀ ਉਸ 'ਤੇ ਕਾਹਨ ਸਿੰਘ ਨੂੰ ਹਰਾ ਕੇ ਉਸ 'ਤੇ ਵੀ ਕਬਜ਼ਾ ਕੀਤਾ। 1811 ਦੇ ਵਿੱਚ ਫੈਜ਼ਲਪੁਰੀ ਮਿਸਲ ਦੇ ਸਰਦਾਰ ਬੁੱਧ ਸਿੰਘ ਨੂੰ ਹਰਾਇਆ ਅਤੇ ਉਸ ਨੂੰ ਵੀ ਆਪਣੇ ਕਬਜ਼ੇ 'ਚ ਕਰ ਲਿਆ, ਕਿਉਂਕਿ ਉਸ ਵਕਤ ਜਿਹੜਾ ਧਾਰਮਿਕ ਪ੍ਰੋਸੈਸ ਸੀਗਾ, ਕਿਉਂਕਿ ਨਿਹੰਗ ਸਿੰਘ ਜਿੰਨੇ ਸੀਗੇ ਉਹ ਬਾਬਾ ਫੂਲਾ ਸਿੰਘ ਦੇ ਰਾਹੀਂ ਉਹ ਮਹਾਰਾਜਾ ਰਣਜੀਤ ਸਿੰਘ ਦੇ ਸਪੋਰਟਰ ਸਨ। ਸੋ ਉਸ ਦੌਰਾਨ ਆਮ ਸਿੱਖਾਂ ਦੀ ਜਾਂ ਆਮ ਜਿਹੜੇ ਸਰਦਾਰ ਸੀ ਉਹਨਾਂ ਦੀ ਕੋਈ ਵੁਕਤ ਨਹੀਂ ਸੀ ਸਿੱਖ ਪੰਥ ਦੇ ਵਿੱਚ, ਕਿਉਂਕਿ ਨਿਹੰਗ ਸਿੰਘਾਂ ਨੂੰ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਨਾਲ ਰਲਾ ਲਿਆ, ਬਾਬਾ ਫੂਲਾ ਸਿੰਘ ਨੂੰ ਵੀ ਰਲਾ ਲਿਆ, ਅਤੇ ਇਸ ਦੌਰਾਨ ਇਹ ਸਿਲਸਿਲਾ ਅੱਗੇ ਚੱਲਦਾ ਰਿਹਾ। ਨਾਲ ਨਾਲ ਮੈਂ ਕਮੈਂਟ ਵੀ ਤੁਹਾਡੇ ਵੇਖ ਰਿਹਾ, ਅਗਰ ਤੁਸੀਂ ਕੋਈ ਕਮੈਂਟ ਕਰਨਾ ਹੋਵੇ ਤਾਂ। ਹਿਸਟੋਰਿਕ ਲੜੀ ਚੱਲ ਰਹੀ ਹੈ ਅੱਜ ਆਪਣੀ, ਮਹਾਰਾਜਾ ਰਣਜੀਤ ਸਿੰਘ ਦੀਆਂ ਜਿੱਤਾਂ
ਹਾਲਾਂਕਿ ਬੜਾ ਇੰਟਰਸਟਿੰਗ ਵਾਕਿਆਤ ਹੈ ਜੇ ਅਸੀਂ ਸਾਰੇ ਹਿਸਟੋਰੀਅਨਸ ਨੂੰ ਪੈਰਲਰ ਪੜ੍ਹੀਏ, ਇਕੱਲੇ ਸਿਰਫ ਆਪਣੇ ਸਿੱਖ ਪੰਥ ਦੇ ਢਾਡੀਆਂ ਨੂੰ ਜਾਂ ਇਮੋਸ਼ਨਲ ਨਾਵਲਕਾਰਾਂ ਨੂੰ ਨਾ ਸੁਣੀਏ, ਤਾਂ ਹੀ ਪਤਾ ਲੱਗਦਾ ਜਦੋਂ ਤੁਸੀਂ ਕੋਈ ਚੀਜ਼ ਕੰਪੈਰੇਟਿਵ ਸਟੱਡੀ ਕਰਦੇ ਹੋ। ਖੈਰ, ਇਸ ਦੌਰਾਨ ਕਰੋੜ ਸਿੰਘਿਆ ਨਕਈ ਅਤੇ ਫੈਜ਼ਲ ਪ੍ਰੀਆ ਮਿਸਲਾਂ ਆਪਣੇ ਅਧੀਨ ਕੀਤੀਆਂ। 1807 ਦੇ ਵਿੱਚ ਕਸੂਰ, ਬਾਬਾ ਬੁੱਲੇ ਸ਼ਾਹ ਵਾਲਾ ਪਾਕਿਸਤਾਨ ਦਾ ਕਸੂਰ ਇਲਾਕਾ, ਬੁੱਲੇ ਸ਼ਾਹ ਦਾ ਵਸਣ ਕਸੂਰ ਜਿੱਥੇ ਲੰਮੀ ਲੰਮੀ ਖਜੂਰ, ਸਿੱਖ ਮਿਸਲਾਂ ਦੇ ਪ੍ਰਦੇਸ਼ਾਂ ਨੂੰ ਜਿੱਤਣ ਦੇ ਨਾਲ ਨਾਲ ਫਿਰ ਮੁਸਲਮਾਨ ਹਾਕਮਾਂ ਦੇ ਇਲਾਕਿਆਂ ਨੂੰ ਵੀ ਮਹਾਰਾਜੇ ਨੇ ਜਿੱਤਿਆ ਅਤੇ ਕਸੂਰ ਦੀ ਜਿੱਤ ਇੱਕ ਮਹੱਤਵਪੂਰਨ ਸੀ। ਕਸੂਰ ਦਾ ਹਾਕਮ ਨਿਜ਼ਾਮੂਦੀਨ ਸੀ। ਭਸੀਨ ਦੀ ਲੜਾਈ ਪਿੱਛੋਂ ਨਿਜ਼ਾਮੂਦੀਨ ਮਹਾਰਾਜੇ ਦੀ ਅਧੀਨਤਾ ਸਵੀਕਾਰ ਕਰ ਲਈ ਸੀ, ਕਿਉਂਕਿ ਭਸੀਨ ਦੇ ਵਿੱਚ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਕਿ ਉੱਥੇ ਜੱਸਾ ਸਿੰਘ ਆਹਲੂਵਾਲੀਆ ਜਾਂ ਭੰਗੀ ਸਰਦਾਰ ਗੁਲਾਬ ਸਿੰਘ ਜਾਂ ਹੋਰ ਬਰਾਬਰ ਖੜ੍ਹੇ ਰਹੇ 2-3 ਮਹੀਨੇ, ਪਰ ਉਹ ਫਿਰ ਹੌਲੀ ਹੌਲੀ ਖਿਸਕਦੇ ਗਏ ਅਤੇ ਮਹਾਰਾਜਾ ਰਣਜੀਤ ਸਿੰਘ ਮੌਕੇ ਦੀ ਤਾਕ 'ਚ ਖੜ੍ਹਾ ਰਿਹਾ। ਅਤੇ ਉਸ ਵਕਤ ਇਹ ਜਿਹੜਾ ਕਸੂਰ ਦਾ ਹਾਕਮ ਨਿਜ਼ਾਮੂਦੀਨ ਸੀ, ਉਹ ਵੀ ਉਹਨਾਂ ਦੇ ਨਾਲ ਲੜਨ ਲਈ ਆਇਆ ਸੀ। ਯਾਨੀ ਸਿੱਖ ਰਲ ਕੇ ਜਿਹੜੇ ਸੀਗੇ ਜੱਸਾ ਸਿੰਘ ਆਹਲੂਵਾਲੀਆ ਨਿਜ਼ਾਮੂਦੀਨ ਹੋਰੀ ਸਾਰੇ ਮਹਾਰਾਜਾ ਰਣਜੀਤ ਸਿੰਘ ਦੇ ਵਿਰੁੱਧ ਇਕੱਠੇ ਹੋਏ ਸਨ। ਇਸ ਕਰਕੇ ਮਹਾਰਾਜ ਜੀ ਨੂੰ ਇਸ ਵਿਰੁੱਧ ਵੀ ਕਿਹੜ ਸੀਗੀ ਅਤੇ ਸਿੱਖ ਮਿਸਲਾਂ ਨੂੰ ਆਪਣੇ ਕਾਬੂ 'ਚ ਕਰਨ ਤੋਂ ਬਾਅਦ ਫਿਰ ਕਸੂਰ ਦਾ ਹਾਕਮ ਨਿਜ਼ਾਮੂਦੀਨ ਨੂੰ ਜਿੱਤਿਆ ਅਤੇ ਉਸਨੂੰ ਸਲਾਨਾ ਕਰ ਦੇਣ ਦਾ ਵਚਨ ਉਸਨੇ ਕੀਤਾ ਕਿ ਮੈਂ ਟੈਕਸ ਦਿਆਂਗਾ, ਅਧੀਨਗੀ ਸਵੀਕਾਰ ਕਰਾਂਗਾ। 1807 ਦੇ ਵਿੱਚ ਕਸੂਰ ਦੇ ਹਾਕਮ ਨਿਜ਼ਾਮੂਦੀਨ ਦੀ ਮੌਤ ਤੋਂ ਬਾਅਦ ਉਸਦਾ ਪੁੱਤਰ ਕੁਤਬੁੱਦੀਨ ਕਸੂਰ ਦਾ ਹਾਕਮ ਬਣਿਆ, ਜੋ ਮਹਾਰਾਜਾ ਰਣਜੀਤ ਸਿੰਘ ਦੀ ਅਧੀਨਤਾ ਤੋਂ ਮੁਨਕਰ ਹੋ ਗਿਆ, ਸੁਤੰਤਰ ਹੋ ਗਿਆ। ਮਹਾਰਾਜ ਨੇ ਵਿਸ਼ਾਲ ਸੈਨਾ ਲੈ ਕੇ ਫਿਰ ਕਸੂਰ 'ਤੇ ਚੜ੍ਹਾਈ ਕੀਤੀ ਅਤੇ ਕੁਤਬੁੱਦੀਨ 1 ਮਹੀਨਾ ਮਹਾਰਾਜ ਦੀ ਫੌਜ ਨਾਲ ਲੜਿਆ, ਪਰ ਰਸਦ ਪਾਣੀ ਅਤੇ ਸੈਨਿਕ ਸ਼ਕਤੀ ਦੀ ਘਾਟ ਕਾਰਨ ਆਖਰ ਫੇਲ ਹੋਇਆ ਅਤੇ ਉਸਨੇ ਮਜਬੂਰਨ ਫਿਰ ਕੁਤਬੁੱਦੀਨ ਨੇ ਮਹਾਰਾਜਾ ਰਣਜੀਤ ਸਿੰਘ ਦੇ ਅੱਗੇ ਗੋਡੇ ਟੇਕੇ ਅਤੇ ਇਸ ਕਰਕੇ ਕਸੂਰ ਦਾ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਅਧੀਨ ਕਰ ਲਿਆ ਅਤੇ ਕੁਤਬੁੱਦੀਨ ਨੂੰ ਗੁਜ਼ਾਰੇ ਲਈ ਜਗੀਰ ਦੇ ਦਿੱਤੀ। ਕਸੂਰ ਦੀ ਜਿੱਤ ਦੇ ਦੌਰਾਨ ਮਹਾਰਾਜੇ ਨੂੰ ਬਹੁਤ ਸਾਰੀ ਧਨ ਦੌਲਤ ਪ੍ਰਾਪਤ ਹੋਈ। ਇਸ ਤਰ੍ਹਾਂ ਝੰਗ ਸਿਆਲ ਵਾਲਾ, ਸਿਆਲ ਜਾਤੀ ਦਾ ਅਹਿਮਦ ਖਾਨ ਸੀਗਾ ਹੀਰ ਵਾਲਾ, ਜਿਹੜਾ ਝੰਗ ਸਿਆਲ 1807 ਦੇ ਵਿੱਚ ਝੰਗ ਸਿਆਲ ਦਾ ਅਹਿਮਦ ਖਾਨ ਜੋ ਸਿਆਲ ਜਾਤ ਦਾ ਸੀਗਾ, ਉਸ ਨੇ 1807 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਫਿਰ ਝੰਗ 'ਤੇ ਹਮਲਾ ਕੀਤਾ ਅਤੇ ਅਹਿਮਦ ਖਾਨ ਜੋ ਉਸਦਾ ਹਾਕਮ ਸੀਗਾ ਉਸਨੂੰ ਭਜਾਇਆ ਅਤੇ ਫਿਰ ਗੁਜ਼ਾਰੇ ਜੋਗੀ ਜਗੀਰ ਅਹਿਮਦ ਖਾਨ ਸਿਆਲ ਨੂੰ ਵੀ ਦੇ ਦਿੱਤੀ ਜੋ ਝੰਗ ਦਾ ਹਾਕਮ ਸੀ। ਜਾਣੀ ਮੁੜ ਕੇ ਬੰਦਾ ਮਤਲਬ ਮਲੰਗ ਹੋ ਕੇ ਫਿਰ, ਕਿਉਂਕਿ ਭੁੱਖਾ ਮਰਦਾ ਹੀ ਲੜਦਾ, ਅਤੇ ਗੁਜ਼ਾਰੇ ਜੋਗੀ ਜਗੀਰ ਦਿੱਤੀ ਕਿ ਬਸ ਸਾਰਾ ਬਦਾ ਨਾ ਜਪੀ ਜਾ। ਜਾਣੀ ਇਹ ਉਹਦਾ ਵੜੱਪਣ ਸੀਗਾ ਕਿ ਜਿਵੇਂ ਸਿਕੰਦਰ ਨੇ ਨਾ ਪੋਰਸ ਨੂੰ ਹਰਾਇਆ ਸੀ, ਵੀ ਰਾਜੇ ਨਾਲ ਰਾਜੇ ਦਾ ਸਲੂਕ ਕਿੱਦਾਂ ਹੋਵੇ, ਇਹ ਉਹਦੀ ਵਿਸ਼ਾਲਤਾ ਸੀ, ਦਲੇਰੀ ਸੀ, ਮਤਲਬ ਜ਼ਾਲਮ ਨਹੀਂ ਸੀ ਉਹ ਇਸ ਪੱਖੋਂ। ਇਸੇ ਤਰ੍ਹਾਂ ਬਹਾਵਲਪੁਰ ਇਲਾਕਾ ਪਾਕਿਸਤਾਨ ਦਾ ਅਖਨੂਰ ਕਸ਼ਮੀਰ ਦਾ ਇਲਾਕਾ, 1807 ਦੇ ਵਿੱਚ ਇਹਨਾਂ 'ਤੇ ਹਮਲੇ ਕੀਤੇ ਅਤੇ ਇਸ ਤੋਂ ਬਾਅਦ ਬਹਾਵਲਪੁਰ ਦਾ ਹਾਕਮ ਸੀ ਜਿਹੜਾ ਨਵਾਬ ਬਹਾਵਲ ਖਾਂ, ਉਸ ਨੂੰ ਪ੍ਰਤੀਨਿਧ ਭੇਜ ਕੇ ਆਪਣੀ ਅਧੀਨਤਾ ਸਵੀਕਾਰ ਕਰਨ ਲਈ ਕਿਹਾ ਅਤੇ ਸਲਾਨਾ ਕਰ ਭੇਜਣ ਦਾ ਵਚਨ ਕੀਤਾ। 1808 ਦੇ ਵਿੱਚ ਅਖਨੂਰ ਦਾ ਸ਼ਾਸਕ ਆਲਮ ਖਾਂ ਵੀ ਮਹਾਰਾਜ ਦੇ ਅਧੀਨ ਹੋ ਗਿਆ ਅਤੇ ਨਜ਼ਰਾਨਾ ਉਸ ਭੇਟ ਕੀਤਾ। ਇਸੇ ਤਰ੍ਹਾਂ ਖੁਸ਼ਾਬ ਦਾ ਇਲਾਕਾ ਹੈ, ਸਹੀਵਾਲ ਦੀ ਜਿੱਤ ਹੈ, ਜਿਹੜੀ ਗਾਵਾਂ ਦੀ ਨਸਲ ਆ ਨਾ ਸਹੀਵਾਲ, ਸਾਹੀਵਾਲ ਹੈ ਵੈਸੇ। 1810 ਦੇ ਵਿੱਚ ਖੁਸ਼ਾਬ ਅਤੇ ਧਾਵਾ ਬੋਲਿਆ, ਖੁਸ਼ਾਬ ਦਾ ਸ਼ਾਸਕ ਜਾਫਰ ਖਾਨ ਨੇ ਆਪਣੇ ਅਧੀਨ ਕੀਤਾ ਕੁਝ ਲੜਾਈ ਤੋਂ ਬਾਅਦ, ਫਿਰ ਉਸਨੂੰ ਵੀ ਜਗੀਰ ਦਿੱਤੀ ਗੁਜ਼ਾਰੇ ਜੋਗੀ ਅਤੇ ਆਪਣੇ ਅਧੀਨ ਕਰ ਲਿਆ ਖੁਸ਼ਾਬ ਦਾ ਇਲਾਕਾ। ਫਿਰ ਸਾਹੀਵਾਲ 'ਤੇ ਹਮਲਾ ਕੀਤਾ ਅਤੇ ਹਾਕਮ ਫਤਿਹ ਖਾਨ ਨੂੰ ਹਰਾਇਆ ਅਤੇ ਫਿਰ ਥੋੜ੍ਹੀ ਜਗੀਰ ਉਸਨੂੰ ਵੀ ਦਿੱਤੀ ਅਤੇ ਸਾਹੀਵਾਲ ਆਪਣੇ ਅਧੀਨ ਕੀਤਾ। ਇਸ ਤਰ੍ਹਾਂ ਜੰਮੂ ਜਿੱਤਦੇ 1809 ਦੇ ਵਿੱਚ, ਅਤੇ ਮੀਰੋਵਾਲ, ਨਾਰੋਵਾਲ, ਜੱਸੋਵਾਲ, ਜਸਰੋਟਾ, ਚੰਬਾ, ਬਸੌਲੀ, ਪਠਾਨਕੋਟ ਨੂੰ ਆਪਣੇ ਕਬਜ਼ੇ 'ਚ ਲਿਆ। 1809 ਦੇ ਵਿੱਚ ਜੰਮੂ ਦੇ ਰਾਜੇ ਜੈ ਚੰਦ ਦੀ ਮੌਤ ਤੋਂ ਬਾਅਦ ਫਿਰ ਮਹਾਰਾਜੇ ਨੇ ਦੀਵਾਨ ਭਵਾਨੀ ਦਾਸ ਦੀ ਅਗਵਾਈ ਦੇ ਵਿੱਚ ਜੰਮੂ 'ਤੇ ਫੌਜਾਂ ਚਾੜ੍ਹੀਆਂ।
ਸਿੱਖਾਂ ਦੇ ਆਉਣ ਦੀ ਖਬਰ ਮਿਲਦੇ ਹਾਂ। ਸਵਰਗੀ ਜੈਤ ਚੰਦ ਦਾ ਪਰਿਵਾਰ ਸਾਰੇ ਮੈਂਬਰ ਜੰਮੂ ਛੱਡ ਕੇ ਕਸ਼ਮੀਰ ਵੱਲੋਂ ਨੱਸ ਗਏ ਅਤੇ ਜੰਮੂ ਦੇ ਇਲਾਕੇ 'ਤੇ ਉਹਨਾਂ ਨੇ ਕਬਜ਼ਾ ਕੀਤਾ ਅਤੇ ਜਮਾਂਦਾਰ ਖੁਸ਼ਹਾਲ ਸਿੰਘ ਨੂੰ ਜੰਮੂ ਦਾ ਗਵਰਨਰ ਬਣਾਇਆ ਅਤੇ ਫਿਰ ਡੋਗਰਾ ਸਰਦਾਰ ਗੁਲਾਬ ਸਿੰਘ ਨੂੰ ਜੰਮੂ ਦਾ ਰਾਜਾ ਬਣਾ ਦਿੱਤਾ ਅਤੇ ਉਹ ਹਰ ਸਾਲ 4 ਲੱਖ ਰੁਪਈਏ ਦੀ ਵੱਡੀ ਰਕਮ ਰਾਜਾ ਗੁਲਾਬ ਸਿੰਘ ਮਹਾਰਾਜਾ ਰਣਜੀਤ ਸਿੰਘ ਨੂੰ ਦਿੰਦਾ ਸੀ ਕਿਉਂਕਿ ਰਾਜਾ ਬਣਾਤਾ ਉੱਥੋਂ ਦਾ। ਇਹੀ ਫਿਰ ਗੁਲਾਬ ਸਿੰਘ ਹੋਣੀ ਉਹ ਫਿਰ ਜੜੀ ਬੈਠੇ ਮਹਾਰਾਜੇ ਦੇ। ਫਿਰ ਹਿਮਾਚਲ ਦਾ ਕਾਂਗੜਾ ਜਿੱਤੇ 1809 ਦੇ ਵਿੱਚ ਸੰਸਾਰ ਚੰਦ ਕਟੋਚ ਸੀ ਜੋ ਵੱਡੇ ਮਨਸੂਬੇ ਵਾਲਾ ਹਾਕਮ ਸੀ। ਗੋਰਖਿਆਂ ਦੀ ਤਾਕਤ ਬਹੁਤ ਵੱਧ ਗਈ ਸੀ, ਨੇਪਾਲੀ ਗੋਰਖੇ ਹਮਲਾ ਕਰਦੇ ਸੀ, ਸੰਸਾਰ ਚੰਦ ਨੂੰ ਖਤਰਾ ਪੈਦਾ ਹੋ ਗਿਆ ਤਾਂ ਉਸਨੇ ਮਹਾਰਾਜਾ ਰਣਜੀਤ ਸਿੰਘ ਤੋਂ ਸਹਾਇਤਾ ਮੰਗੀ ਗੋਰਖਿਆਂ ਦੇ ਵਿਰੁੱਧ। ਮਹਾਰਾਜਾ ਰਣਜੀਤ ਸਿੰਘ ਕਾਂਗੜੇ ਦੇ ਹਾਕਮ ਸੰਸਾਰ ਚੰਦ ਨੂੰ ਸਹਾਇਤਾ ਦੇਣ ਲਈ ਮੰਨ ਗਿਆ ਪਰ ਬਦਲੇ 'ਚ ਕਾਂਗੜੇ ਦੇ ਕਿਲ੍ਹੇ ਦੀ ਮੰਗ ਕੀਤੀ ਅਤੇ ਸੰਸਾਰ ਚੰਦ ਨੇ ਉਹ ਸ਼ਰਤ ਮੰਗ ਲਈ ਅਤੇ ਸੰਸਾਰ ਚੰਦ ਦਾ ਪੁੱਤਰ ਅਨੁਰੋਧ ਚੰਦ ਨੂੰ ਮਹਾਰਾਜੇ ਦੇ ਦਰਬਾਰ ਭੇਜਿਆ। ਮਹਾਰਾਜੇ ਨੇ ਗੋਰਖਿਆਂ ਦੇ ਵਿਰੁੱਧ ਸੰਸਾਰ ਚੰਦ ਕਾਂਗੜੇ ਦੇ ਹਾਕਮ ਦੀ ਸਹਾਇਤਾ ਦੇ ਵਾਸਤੇ ਮੋਹਕਮ ਚੰਦ ਦੀ ਅਗਵਾਈ ਦੇ ਵਿੱਚ ਆਪਣੀ ਫੌਜ ਭੇਜੀ ਅਤੇ ਸਿੱਖਾਂ ਨੇ ਕਾਂਗੜੇ ਦੇ ਕਿਲ੍ਹੇ ਦੇ ਵਿੱਚ ਡਟ ਕੇ ਗੋਰਖਿਆਂ ਦਾ ਮੁਕਾਬਲਾ ਕੀਤਾ ਅਤੇ ਕਿਲ੍ਹੇ ਦਾ ਘੇਰਾ ਚੁੱਕਣ ਲਈ ਉਹਨਾਂ ਨੂੰ ਮਜਬੂਰ ਕੀਤਾ। ਸਿੱਖਾਂ ਨੇ ਫਿਰ ਗੋਰਖਿਆਂ ਦਾ ਪਿੱਛਾ ਕੀਤਾ, ਜਾਣੀ ਨੇਪਾਲੀ ਗੋਰਖਿਆਂ ਕੋਲ ਵੀ ਸੈਨਾ ਬਹੁਤ ਸੀਗੀ ਪਰ ਰਸਦ ਨਹੀਂ ਸੀ, ਉਹਨਾਂ 'ਚ ਬਿਮਾਰੀ ਫੈਲ ਗਈ। ਇਸ ਹਾਲਤ ਵਿੱਚ ਅਮਰ ਸਿੰਘ ਥਾਪਾ ਨੂੰ ਸਿੱਖਾਂ ਦੇ ਨਾਲ ਸਮਝੌਤਾ ਕਰਨਾ ਪਿਆ। ਇਹ ਅਮਰ ਸਿੰਘ ਥਾਪਾ ਗੋਰਖਾ ਸੀ ਕਿਉਂਕਿ ਉਹਨਾਂ 'ਚ ਵੀ ਸਿੰਘ ਨਾ ਆਉਂਦਾ ਗੋਰਖਿਆਂ 'ਚ। ਉਸਨੇ 1 ਲੱਖ ਰੁਪਏ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤਾ ਅਤੇ ਫਿਰ ਮਹਾਰਾਜੇ ਨੇ ਆਪਣੇ ਸੈਨਿਕਾਂ ਨੂੰ ਹੁਕਮ ਦਿੱਤਾ ਕਿ ਗੋਰਖਿਆਂ ਨੂੰ ਸ਼ਾਂਤੀ ਨਾਲ ਨਿਕਲਣ ਦਿੱਤਾ ਜਾਵੇ। 14 ਅਗਸਤ 1809 ਨੂੰ ਮਹਾਰਾਜਾ ਰਣਜੀਤ ਸਿੰਘ ਫਿਰ ਕਾਂਗੜੇ 'ਤੇ ਆਪਣਾ ਝੰਡਾ ਲਹਿਰਾ ਦਿੰਦਾ। ਦੇਸਾ ਸਿੰਘ ਮਜੀਠੀਆ ਨੂੰ ਕਾਂਗੜੇ ਦਾ ਗਵਰਨਰ ਬਣਾਉਂਦਾ। ਸੰਸਾਰ ਚੰਦ ਜੋ ਕਾਂਗੜੇ ਦਾ ਹਾਕਮ ਸੀ ਉਸਨੇ ਮਹਾਰਾਜੇ ਦੀ ਇਨ ਮੰਨ ਲਈ ਅਤੇ ਕਾਂਗੜੇ ਦੇ ਕਿਲ੍ਹੇ ਨੂੰ ਛੱਡ ਕੇ ਫਿਰ ਉਸਨੂੰ 2 ਲੱਖ ਰੁਪਏ ਸਲਾਨਾ ਮਹਾਰਾਜੇ ਨੂੰ ਭੇਜਣ ਦਾ ਇਨਕਾਰ ਕੀਤਾ ਅਤੇ ਇਸ ਦੌਰਾਨ ਅਨੁਰੋਧ ਚੰਦ ਨੂੰ ਰਿਹਾ ਕੀਤਾ। ਕਾਂਗੜੇ ਦੀ ਜਿੱਤ ਮਹਾਰਾਜੇ ਦੀ ਸ਼ਕਤੀ ਦਾ ਉਭਾਰ ਸੀ ਅਤੇ ਇਸੇ ਸੰਸਾਰ ਚੰਦ ਦੀਆਂ 2 ਬੇਟੀਆਂ ਮਹਿਤਾਬ ਦੇਵੀ ਅਤੇ ਦੂਸਰੀ ਸੀਗੀ ਰਾਜਬੰਸੋ। ਮਹਿਤਾਬ ਦੇਵੀ ਦੇ ਨਾਂ ਗੁੱਡੋ ਸੀਗਾ, ਮਹਿਤਾਬ ਦੇਵੀ ਤਾਂ ਸਤੀ ਹੋ ਕੇ ਨਾਲ ਹੀ ਸੜੀ ਸੀਗੀ ਮਹਾਰਾਜੇ ਦੇ, ਅਤੇ ਇਹ 2 ਰਾਣੀਆਂ ਸੀ, 2 ਕੁੜੀਆਂ ਸੀ ਜਿਨ੍ਹਾਂ ਦੇ ਨਾਲ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਵਿਆਹ ਕਰਾਇਆ ਸੀਗਾ ਸੰਸਾਰ ਚੰਦ ਕਾਂਗੜੇ ਵਾਲੇ ਦੀਆਂ। ਇਸੇ ਤਰ੍ਹਾਂ ਅਟਕ ਦੀ ਜਿੱਤ, ਇਹ ਬੜੀ ਮਸ਼ਹੂਰ ਹੈ ਜਦੋਂ ਕਹਿੰਦੇ ਪਾਣੀ ਅਟਕਦਾ। 1803 ਦੇ ਵਿੱਚ ਸਿੱਖ ਮਿਸਲਦਾਰਾਂ ਅਤੇ ਆਲੇ ਦੁਆਲੇ ਦੇ ਛੋਟੇ ਛੋਟੇ ਰਾਜਾਂ ਨੂੰ ਜਿੱਤਣ ਉਪਰੰਤ 1813 ਦੇ ਵਿੱਚ ਮਹਾਰਾਜਾ ਫਿਰ ਆਪਣੇ ਯੋਗ ਵਿਦੇਸ਼ ਮੰਤਰੀ ਫਕੀਰ ਅਜੀਜ਼ੂਦੀਨ, ਬੜਾ ਕਮਾਲ ਦਾ ਇਨਸਾਨ ਸੀਗਾ, ਉਸ ਨੂੰ ਅਟਕ ਭੇਜਿਆ। ਅਟਕ ਦਾ ਹਾਕਮ ਸੀ ਜਹਾਂ ਦਾਦ ਖਾਨ, ਬੜਾ ਉਹ ਵੀ ਜ਼ੁਰਤ ਵਾਲਾ ਬੰਦਾ ਸੀ। ਉਸ 'ਤੇ ਡਰੇ ਹੋਣ ਦਾ ਲਾਭ ਉਠਾਉਂਦਿਆਂ ਫਕੀਰ ਅਜੀਜ਼ੂਦੀਨ ਨੇ ਉਸ ਤੋਂ ਅਟਕ ਲੈ ਲਿਆ ਅਤੇ ਉਸਨੂੰ 1 ਲੱਖ ਰੁਪਏ ਸਲਾਨਾ ਆਮਦਨੀ ਦੀ ਜਗੀਰ ਦੇ ਦਿੱਤੀ। ਜਾਣੀ ਅਟਕ ਫਿਰ ਬਿਨਾਂ ਯੁੱਧ ਜਿੱਤਿਆਂ ਹੀ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਆਇਆ। ਕਾਬਲ ਦਾ ਵਜ਼ੀਰ ਖਾਂ ਮਹਾਰਾਜਾ ਰਣਜੀਤ ਸਿੰਘ ਦੀ ਜਿੱਤ ਨੂੰ ਸਹਾਰ ਨਾ ਸਕਿਆ, ਵੱਡੀ ਸਹਾਇਤਾ ਲੈ ਕੇ ਫਿਰ ਅਟਕ ਵੱਲ ਚੜ੍ਹਿਆ ਅਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਵੀ ਦੀਵਾਨ ਮੋਹਕਮ ਚੰਦ ਦੀ ਕਮਾਨ ਹੇਠ ਤਿਆਰ ਸੀ। ਸੋ ਅਟਕ ਦੇ ਨੇੜੇ ਹਜ਼ਰੋ ਦੇ ਸਥਾਨ 'ਤੇ ਸਿੱਖਾਂ ਅਤੇ ਅਫਗਾਨਾਂ ਦੇ ਵਿੱਚ ਭਿਆਨਕ ਯੁੱਧ ਹੋਇਆ ਜਿਸ ਦੇ ਵਿੱਚ ਸਿੱਖ ਜਿੱਤੇ ਅਤੇ ਫਤਿਹ ਖਾਂ ਹਾਰ ਕੇ ਭੱਜ ਗਿਆ ਜਿਸ ਨਾਲ ਅਫਗਾਨ ਸ਼ਕਤੀ ਨੂੰ ਧੱਕਾ ਲੱਗਾ। ਇਸੇ ਤਰ੍ਹਾਂ ਫਿਰ ਮੁਲਤਾਨ ਦੀ ਜਿੱਤ 1818 ਦੇ ਵਿੱਚ। ਸੋ ਮੁਲਤਾਨ 1802 ਈਸਵੀ 'ਚ ਮੁਲਤਾਨ 'ਤੇ ਨਜ਼ਰ ਟਿਕਾਈ ਕਿਉਂਕਿ ਮੁਲਤਾਨ ਵਪਾਰਕ ਅਤੇ ਸੈਨਿਕ ਦ੍ਰਿਸ਼ੀ ਤੋਂ ਬੜਾ ਮਹੱਤਵਪੂਰਨ ਸੀ। 1818 ਈਸਵੀ ਦੇ ਵਿੱਚ ਉਸਨੂੰ ਮੁਲਤਾਨ ਦੇ ਵਿੱਚ 6 ਵਾਰੀ ਹਮਲਾ ਕੀਤਾ ਪਰ ਮੁਲਤਾਨ ਦਾ ਹਾਕਮ ਮੁਜ਼ੱਫਰ ਖਾਂ ਹਰ ਵਾਰੀ ਨਜ਼ਰਾਨਾ ਦੇ ਕੇ ਮਹਾਰਾਜ ਤੋਂ ਖਿਹੜਾ ਛੁਡਾ ਲੈਂਦਾ। 1818 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਫਿਰ ਮੁਲਤਾਨ ਨੂੰ ਆਪਣੇ ਰਾਜ 'ਚ ਸ਼ਾਮਲ ਕਰਨ ਦਾ ਪੱਕਾ ਇਰਾਦਾ ਧਾਰ ਲਿਆ ਅਤੇ ਫਿਰ ਉਸਨੇ ਦੀਵਾਨ ਚੰਦ ਅਤੇ ਆਪਣੇ ਪੁੱਤਰ ਖੜਕ ਸਿੰਘ ਜਿਸ ਨੂੰ ਪਹਿਲਾਂ ਮਹਾਰਾਜਾ ਬਣਾਇਆ ਸੀ ਉਸ ਦੀ ਕਮਾਂਡ ਹੇਠ 25,000 ਸੈਨਿਕ ਭੇਜੇ
ਅਤੇ ਖੜਕ ਸਿੰਘ ਨੇ ਬਹੁਤ ਵਧੀਆ ਰੋਲ ਨਿਭਾਇਆ, ਹਾਲਾਂਕਿ ਪਿੱਛੋਂ ਉਸਨੂੰ ਕਿਹਾ ਜਾਂਦਾ ਕਿ ਉਹ ਫੀਮੀ ਹੋ ਗਿਆ, ਮੰਦਬੁੱਧੀ ਹੋ ਗਿਆ, ਅਤੇ ਫਿਰ ਉਸਦਾ ਬੇਟਾ ਨੌਂ ਨਿਹਾਲ ਹੀ ਉਸਨੂੰ ਬੰਦੀ ਬਣਾ ਦਿੰਦਾ ਅਤੇ ਸਲੋ ਪੋਇਜ਼ਨਿੰਗ ਦੇ ਨਾਲ 13 ਮਹੀਨਿਆਂ ਬਾਅਦ ਖੜਕ ਸਿੰਘ ਦੀ ਮੌਤ ਹੁੰਦੀ ਹੈ, ਪਹਿਲੇ ਮਹਾਰਾਜੇ ਦੀ। ਸੋ ਜਾਣੀ ਇਸ ਮੁਲਤਾਨ ਦੀ ਜਿੱਤ ਦੇ ਵਿੱਚ ਖੜਕ ਸਿੰਘ ਦਾ ਬਹੁਤ ਵੱਡਾ ਰੋਲ ਸੀਗਾ। ਅਤੇ ਜਿਸ ਦੌਰਾਨ ਅਮਰਦੀਪ ਜੀ ਤੁਹਾਡੀ ਕਾਲ ਆ ਰਹੀ ਹੈ, ਮੈਂ ਬਾਅਦ 'ਚ ਲੈ ਲਵਾਂਗਾ ਤੁਹਾਡਿਆਂ ਤੋਂ, ਥੋੜ੍ਹਾ ਹਿਸਟੋਰਿਕ ਪੱਖ ਸੁਣਾ ਦੀ ਤੁਹਾਨੂੰ। ਅਤੇ ਜਿਸ ਦੌਰਾਨ ਫਿਰ ਮੁਲਤਾਨ ਦਾ ਘੇਰਾ ਪਾ ਲਿਆ ਸਿੱਖ ਸੈਨਿਕਾਂ ਨੇ, ਸੋ ਮੁਜ਼ੱਫਰ ਖਾਨ ਆਪਣੇ 5 ਪੁੱਤਰਾਂ ਨਾਲ ਲੜਦਾ ਹੋਇਆ ਮਾਰਿਆ ਗਿਆ ਅਤੇ 5 ਪੁੱਤਰ ਅਤੇ 6ਵਾਂ ਆਪ ਮੁਲਤਾਨ ਦਾ ਹਾਕਮ ਮੁਜ਼ੱਫਰ ਇਸ ਜੰਗ ਦੇ ਵਿੱਚ ਮਾਰਿਆ ਗਿਆ। ਮੁਲਤਾਨ 'ਤੇ ਸਿੱਖਾਂ ਦਾ ਕਬਜ਼ਾ ਹੋ ਗਿਆ। ਦੀਵਾਨ ਚੰਦ ਨੂੰ ਬਹੁਮੁੱਲੇ ਤੋਹਫ਼ੇ ਦਿੱਤੇ ਅਤੇ ਉਸਨੂੰ ਜ਼ਫਰ ਜੰਗ ਦੀ ਉਪਾਧੀ ਨਾਲ ਸ਼ਿੰਗਾਰਿਆ ਗਿਆ। ਇਹ ਮਹਾਰਾਜਾ ਖੜਕ ਸਿੰਘ ਦੇ ਪੁੱਤਰ ਜਿਹੜਾ ਮੁੜ ਕੇ ਮਹਾਰਾਜਾ ਬਣਿਆ, ਸੋਰੀ, ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਖੜਕ ਸਿੰਘ ਦੀ ਇੱਕ ਕਮਾਲ ਦੀ ਜਿੱਤ ਸੀ, ਪਹਿਲੀ ਜਿੱਤ ਸੀ ਵੱਡੀ ਉਸਦੀ ਪ੍ਰਾਪਤੀ ਸੀ। ਉਸ ਤੋਂ ਬਾਅਦ ਫਿਰ 1809 ਦੇ ਵਿੱਚ ਫਿਰ 1813 ਅਤੇ ਫਿਰ 1814 ਦੇ ਵਿੱਚ ਕਸ਼ਮੀਰ ਉਸਨੇ ਸੈਨਾਵਾਂ ਭੇਜੀਆਂ ਪਰ ਸਫਲ ਨਹੀਂ ਹੋ ਸਕਿਆ। ਫਿਰ ਮੁਲਤਾਨ ਜਿੱਤਣ ਤੋਂ ਬਾਅਦ 1819 ਦੇ ਵਿੱਚ, ਕਿਉਂਕਿ 18 'ਚ ਮੁਲਤਾਨ ਜਿੱਤਿਆ, ਪਹਿਲਾਂ 1813 ਅਤੇ 1814 ਦੇ ਵਿੱਚ ਕਸ਼ਮੀਰ ਜਿੱਤ ਨਹੀਂ ਸਕਿਆ ਮਹਾਰਾਜਾ। ਫਿਰ ਮੁਲਤਾਨ ਜਿੱਤਣ ਤੋਂ ਬਾਅਦ, ਕਿਉਂਕਿ ਬੈਕਅਪ ਮਿਲਦਾ ਸੀ ਮੁਲਤਾਨ ਤੋਂ, ਇਸ ਸਿਲਸਿਲੇ ਦੇ ਵਿੱਚ 1819 ਦੇ ਵਿੱਚ ਫਿਰ ਦੀਵਾਨ ਮੋਹਕਮ ਚੰਦ ਅਤੇ ਆਪਣੇ ਪੁੱਤਰ ਖੜਕ ਸਿੰਘ ਦੀ ਕਮਾਨ ਹੇਠ 3 ਵਾਰੀ ਮਹਿਮ ਫਿਰ ਕਸ਼ਮੀਰ ਭੇਜੀ। ਕਸ਼ਮੀਰ ਦਾ ਗਵਰਨਰ ਜ਼ਬਰ ਖਾਂ ਬਹੁਤ ਦਲੇਰ ਸੀ, ਜੋ ਦੁਸ਼ਮਣਾਂ ਦਾ ਮੁਕਾਬਲਾ ਕਰਨ ਲਈ ਅਗਾਂਹ ਵਧਿਆ, ਪਰ ਸੁਪੀਨ ਨਾਂ ਦੇ ਸਥਾਨ 'ਤੇ ਉਹ ਬੁਰੀ ਤਰ੍ਹਾਂ ਹਾਰ ਗਿਆ। ਸਿੱਖ ਫੌਜਾਂ ਨੇ 1819 ਜੁਲਾਈ ਮਹੀਨੇ ਕਸ਼ਮੀਰ 'ਤੇ ਜਿੱਤ ਹਾਸਲ ਕੀਤੀ ਅਤੇ ਦੀਵਾਨ ਚੰਦ ਨੂੰ ਫਿਰ ਫਤਿਹ ਜੰਗ ਦੀ ਉਪਾਧੀ ਮਿਲੀ। ਇਸੇ ਤਰ੍ਹਾਂ ਡੇਰਾਜਾਤ ਦੀ ਜਿੱਤ 1820-21 ਦੇ ਵਿੱਚ ਹੁੰਦੀ ਹੈ, ਅਤੇ ਡੇਰਾਜਾਤ ਦੀ ਜਿਹੜੀ ਲੜਾਈ ਹੈ 1820 ਅਤੇ 21 ਦੇ ਵਿੱਚ ਹੁੰਦੀ ਹੈ, ਅਤੇ ਡੇਰਾ ਗਾਜ਼ੀ ਖਾਨ ਅਤੇ ਡੇਰਾ ਇਸਮਾਇਲ ਖਾਨ ਦੇ ਨਵਾਬਾਂ ਨੂੰ ਅਧੀਨ ਕੀਤਾ, ਮਨਕੇਰਾ ਦੇ ਇਲਾਕੇ 'ਤੇ ਆਪਣੇ ਰਾਜ ਭਾਗ ਦੇ ਵਿੱਚ ਮਿਲਾ ਲਿਆ। ਇਸੇ ਤਰ੍ਹਾਂ ਪਿਸ਼ੌਰ ਦੀ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਵੱਡੀ ਅਤੇ ਮਹੱਤਵਪੂਰਨ ਜਿੱਤ ਸੀ 1834 ਦੀ। ਪਿਸ਼ੌਰ ਨੂੰ ਆਪਣੇ ਰਾਜ ਵਿੱਚ ਮਿਲਾਉਣ ਤੋਂ ਪਹਿਲਾਂ ਉਸ ਉੱਪਰ ਕਈ ਸਾਰੀਆਂ ਮੁਹਿੰਮਾਂ ਭੇਜਣੀਆਂ ਪਈਆਂ, ਜਿਸ ਦੌਰਾਨ ਫਿਰ ਕਿਤੇ ਨਾ ਕਿਤੇ ਜਿਹੜਾ ਪਹਿਲਾ ਹਮਲਾ 1818 ਦੇ ਵਿੱਚ ਉਹ ਪਿਸ਼ੌਰ 'ਤੇ ਕਰਦਾ, ਹਾਲਾਂਕਿ ਆਪਣੇ ਪੁੱਤਰ ਦਾ ਨਾਂ ਵੀ ਉਹਨੇ ਪਿਸ਼ੌਰਾ ਸਿੰਘ ਰੱਖਿਆ ਸੀਗਾ। ਇੱਕ ਜਦੋਂ ਮੁਲਤਾਨ ਜਿੱਤਿਆ, ਜਿਹੜਾ ਮੁੰਡਾ ਪੈਦਾ ਹੋਇਆ ਉਹਦਾ ਨਾਂ ਮੁਲਤਾਨਾ, ਅਤੇ ਜਦੋਂ ਕਸ਼ਮੀਰ ਜਿੱਤਿਆ ਅਤੇ ਫਿਰ ਉਹਦਾ ਨਾਂ ਕਸ਼ਮੀਰਾ, ਅਤੇ ਜਦੋਂ 1834 'ਚ ਪਿਸ਼ੌਰ ਜਿੱਤਿਆ ਅਤੇ ਫਿਰ ਆਪਣੇ ਉਸ ਪੁੱਤਰ ਦਾ ਨਾਂ ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ੌਰਾ ਸਿੰਘ ਰੱਖਿਆ ਸੀ। ਜਾਣੀ 3 ਜਿੱਤਾਂ ਦੇ ਬਦਲ ਦੇ ਰੂਪ ਦੇ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ 3 ਪੁੱਤਰਾਂ ਦੇ ਨਾਂ ਇਹਨਾਂ ਸਥਾਨਾਂ ਦੇ ਨਾਂ 'ਤੇ ਰੱਖੇ ਸੀ, ਪਿਸ਼ੌਰ, ਕਸ਼ਮੀਰ ਅਤੇ ਮੁਲਤਾਨ। ਅਤੇ ਇਸੇ ਤਰ੍ਹਾਂ ਪਿਸ਼ੌਰ ਦੀ ਜਿੱਤ ਦੇ ਵਿੱਚ 1818 ਦੇ ਵਿੱਚ ਇਹ ਜਦੋਂ ਪਹਿਲਾ ਹਮਲਾ ਕੀਤਾ ਸੀ, ਇਸ ਨਤੀਜੇ ਵਜੋਂ ਪਿਸ਼ੌਰ ਦੇ ਸੂਬੇਦਾਰ ਦੋਸਤ ਮੁਹੰਮਦ ਖਾਨ ਅਤੇ ਯਾਰ ਮੁਹੰਮਦ ਖਾਨ ਨੂੰ ਹਰਾ ਕੇ ਫਿਰ ਮਹਾਰਾਜਾ ਰਣਜੀਤ ਸਿੰਘ ਅੱਗੇ ਵੱਧਦਾ। ਹਾਲਾਂਕਿ ਇਸ ਦੌਰਾਨ ਬਾਬਾ ਫੂਲਾ ਸਿੰਘ ਦਾ ਵੀ ਜ਼ਿਕਰ ਆਉਂਦਾ। ਬਾਬਾ ਫੂਲਾ ਸਿੰਘ, ਮੇਰਾ ਖਿਆਲ ਹੈ ਇਹ ਡੇਰਾ ਜਾਤ ਦੀ ਜਿੱਤ ਦੇ ਵਿੱਚ ਬਾਬਾ ਫੂਲਾ ਸਿੰਘ ਦੀ ਸ਼ਹੀਦੀ ਹੋਈ ਸੀ। ਇਹ ਮੇਰਾ ਖਿਆਲ ਹੈ ਬਾਬਾ ਫੂਲਾ ਸਿੰਘ ਦੇ ਬਾਰੇ ਵੱਖਰਾ ਚੈਪਟਰ ਕਰਾਂਗੇ, ਉਹਨਾਂ ਦੀ ਜ਼ਿੰਦਗੀ ਤੋਂ ਲੈ ਕੇ ਉਹਨਾਂ ਦੀ ਸ਼ਹਾਦਤ ਤੱਕ। ਪਰ ਉਹ ਮੇਰਾ ਜੋ ਮੰਨਣਾ ਕਿ ਸ਼ਾਇਦ ਡੇਰਾ ਜਾਤ ਦੀ 1800
22 23 ਦੀ ਲੜਾਈ ਦੇ ਦੌਰਾਨ ਉਹਨਾਂ ਦੀ ਮੌਤ ਹੋਈ ਸੀ ਇੱਕ ਝੜਪ ਦੇ ਦੌਰਾਨ। ਇਹ ਮੈਂ ਅੱਗੇ ਪੂਰੀ ਡਿਟੇਲ 'ਚ ਜਾਵਾਂਗੇ ਤਾਂ ਆਪਾਂ ਅਲੱਗ ਐਪੀਸੋਡ ਬਣਾਵਾਂਗੇ, ਕਿਉਂਕਿ ਬਹੁਤ ਮਹਾਨ ਸ਼ਹਿਰ ਸੀਗੇ ਜਥੇਦਾਰ ਬਾਬਾ ਫੂਲਾ ਸਿੰਘ, ਕਿ ਉਹਨਾਂ ਦਾ ਕੀ ਰੋਲ ਰਿਹਾ ਮਹਾਰਾਜਾ ਰਣਜੀਤ ਸਿੰਘ ਦੀਆਂ ਜਿੱਤਾਂ 'ਚ, ਕਿਉਂਕਿ ਨਹੀਂ ਤਾਂ ਫਿਰ ਬਹੁਤ ਵੱਡਾ ਹੋ ਜਾਣਾ ਚੈਪਟਰ। ਅਤੇ ਹਰੀ ਸਿੰਘ ਨਲੂਆ ਦਾ ਅਲੱਗ ਬਣਾਵਾਂਗੇ ਆਪਾਂ। ਸੋ ਪਿਸ਼ੌਰ ਦੀ ਜਿਹੜੀ ਜਿੱਤ ਸੀ ਇਹ ਸਭ ਤੋਂ ਵੱਡੀ ਅਤੇ ਮਹੱਤਵਪੂਰਨ ਜਿੱਤ ਸੀ 1834 ਦੀ। ਹਾਲਾਂਕਿ ਪਹਿਲਾ ਹਮਲਾ ਮਹਾਰਾਜਾ ਰਣਜੀਤ ਸਿੰਘ ਨੇ 1818 'ਚ ਵੀ ਕੀਤਾ ਸੀ, ਜਿਸ ਦੇ ਨਤੀਜੇ ਵਜੋਂ ਪਿਸ਼ੌਰ ਦੇ ਸੂਬੇਦਾਰ ਦੋਸਤ ਮੁਹੰਮਦ ਖਾਨ ਅਤੇ ਯਾਰ ਮੁਹੰਮਦ ਖਾਨ ਨੂੰ ਹਰਾ ਕੇ ਭਜਾ ਦਿੱਤਾ ਸੀ ਅਤੇ ਉਸ ਦੀ ਥਾਂ ਜਹਾਦਾਦ ਖਾਨ ਨੂੰ ਪਿਸ਼ੌਰ ਦਾ ਸੂਬੇਦਾਰ ਬਣਾਇਆ ਸੀ ਮਹਾਰਾਜਾ ਨੇ। ਪਰੰਤੂ ਸਿੱਖ ਫੌਜਾਂ ਦੇ ਵਾਪਸ ਆਉਂਦੇ ਦੋਸਤ ਮੁਹੰਮਦ ਅਤੇ ਯਾਰ ਮੁਹੰਮਦ ਫਿਰ ਆ ਗਏ। ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੁਆਰਾ ਬਣਾਏ ਗਏ ਸੂਬੇਦਾਰ ਜਹਾਂਦਾਰ ਖਾਨ ਨੂੰ ਉੱਥੋਂ ਪਿਸ਼ੌਰ ਤੋਂ ਕੱਢ ਦਿੱਤਾ ਅਤੇ ਫਿਰ ਆਪਣਾ ਕਬਜ਼ਾ ਕਰ ਲਿਆ। ਰਣਜੀਤ ਸਿੰਘ ਨੇ ਦੂਸਰੀ ਵਾਰੀ ਆਪਣੀ ਸੈਨਾ ਪਿਸ਼ੌਰ ਭੇਜੀ, ਪਰ ਇਸ ਵਾਰ ਅਫਗਾਨ ਸਰਦਾਰਾਂ ਨੇ ਸਿੱਖਾਂ ਦਾ ਵਿਰੋਧ ਕਰਨ ਦੀ ਬਜਾਏ ਮਹਾਰਾਜਾ ਰਣਜੀਤ ਸਿੰਘ ਦੀ ਅਧੀਨਤਾ ਸਵੀਕਾਰ ਕਰ ਲਈ ਕਿ ਅਸੀਂ ਤੁਹਾਨੂੰ ਨਜ਼ਰਾਨਾ ਦਿੰਦੇ ਰਹਾਂਗੇ। ਚਲੋ ਉਹ ਵਾਪਸ ਆ ਗਿਆ। 1822 ਦੇ ਵਿੱਚ ਫਿਰ ਕਾਬਲ ਦੇ ਨਵੇਂ ਵਜ਼ੀਰ ਜੋ ਸੀਗੇ ਆਜ਼ਮ ਖਾਂ, ਉਹ ਇੱਕ ਵੱਡੀ ਸੈਨਾ ਲੈ ਕੇ ਪਿਸ਼ੌਰ 'ਤੇ ਚੜ੍ਹਾਈ ਕਰਦੇ ਨੇ ਅਤੇ ਉਹ ਇਸ ਨਗਰ 'ਤੇ ਜਿੱਤ ਪ੍ਰਾਪਤ ਕਰਨ ਦੇ ਵਿੱਚ ਸਫਲ ਹੋ ਗਏ। ਯਾਰ ਮੁਹੰਮਦ ਖਾਂ ਪਿਸ਼ੌਰ ਛੱਡ ਕੇ ਭੱਜ ਗਿਆ ਅਤੇ ਦੋਸਤ ਮੁਹੰਮਦ ਖਾਂ ਨੂੰ ਫਿਰ ਆਜ਼ਮ ਖਾਂ ਨੇ ਆਪਣੇ ਨਾਲ ਗੰਢ ਲਿਆ ਅਤੇ ਇਸ ਤਰ੍ਹਾਂ ਚਾਰ ਚੁਫੇਰੇ ਦੇ ਸਭ ਅਫਗਾਨਾਂ ਨੂੰ ਸਿੱਖਾਂ ਦੇ ਵਿਰੁੱਧ ਜਹਾਦ ਅਥਵਾ ਧਰਮ ਯੁੱਧ ਲੜਨ ਵਾਸਤੇ ਤਿਆਰ ਕੀਤਾ। ਅਤੇ ਇੱਧਰੋਂ ਮੇਰੇ ਖਿਆਲ ਇਸੇ ਜੰਗ ਦੇ ਵਿੱਚ ਹੀ ਮਹਾਰਾਜਾ ਬਾਬਾ ਫੂਲਾ ਸਿੰਘ ਦੀ ਮੌਤ ਹੁੰਦੀ ਹੈ, 21 ਵਾਲੇ 'ਚ ਨਹੀਂ, ਪਿਸ਼ੌਰ ਦੀ ਜਿੱਤ ਉਹਦੇ 'ਚ ਹੁੰਦੀ ਹੈ। ਅਤੇ ਮਹਾਰਾਜਾ ਰਣਜੀਤ ਸਿੰਘ ਦੇ ਖੇਮੇ ਦੇ ਵਿੱਚ ਸਨ ਮਿਸਰ ਦਾ ਦੀਵਾਨ ਚੰਦ, ਹਰੀ ਸਿੰਘ ਨਲਵਾ, ਅੰਗਰੇਜ਼ ਕੈਪਟਨ ਵੰਤੂਰਾ, ਅਕਾਲੀ ਬਾਬਾ ਫੂਲਾ ਸਿੰਘ, ਇਹ ਪ੍ਰਸਿੱਧ ਜਰਨੈਲ ਸੀ। ਇਹ ਭਾਰੀ ਸੈਨਾ ਤਹਿਤ ਫਿਰ ਇਹ ਪਿਸ਼ੌਰ ਭੇਜੇ ਗਏ ਆਖਰ ਦੇ ਵਿੱਚ 1822-23 ਦੇ ਵਿੱਚ। ਇਹ ਮਤਲਬ ਡੇਰਾ ਜਾਤ ਦੀ ਨਹੀਂ, ਇਹ ਪਿਸ਼ੌਰ ਦੀ ਲੜਾਈ ਸੀਗੀ। ਅਤੇ ਨੌਸ਼ਹਿਰਾ ਜਾਂ ਨੌਸ਼ਹਿਰੇ 'ਚ ਹੋਇਆ ਸੀ ਬਾਬਾ ਫੂਲਾ ਸਿੰਘ ਹੋਰਾਂ ਦਾ ਮੁਕਾਬਲਾ। ਨੌਸ਼ਹਿਰਾ ਜਾਂ ਟਿੱਬਾ ਠੇਰੀ ਨਾਂ ਦੇ ਸਥਾਨ 'ਤੇ 14 ਮਾਰਚ 1823 ਨੂੰ ਬੜਾ ਘਮਸਾਨ ਦਾ ਜੰਗ ਹੋਇਆ, ਕਿਉਂਕਿ ਅਫਗਾਨ ਅਸਲ ਦੇ ਵਿੱਚ ਉਸ ਵਕਤ ਫਿਰ ਧਰਮ ਯੁੱਧ ਲੜਨ ਦੇ ਲਈ ਆ ਗਏ ਸੀ, ਕਿਉਂਕਿ ਯਾਰ ਮੁਹੰਮਦ ਤਾਂ ਛੱਡ ਗਿਆ ਸੀ ਪਰ ਦੋਸਤ ਮੁਹੰਮਦ ਖਾਨ ਜਿਹੜਾ ਸੀਗਾ ਉਹ ਉਸਨੇ ਜਹਾਦ ਦਾ ਐਲਾਨ ਕਰ ਦਿੱਤਾ। ਹਾਲਾਂਕਿ ਦੋਸਤ ਮੁਹੰਮਦ ਖਾਨ ਅਤੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਜਿਹੜਾ ਨਿਯੁਕਤ ਕੀਤਾ ਗਿਆ ਆਜ਼ਮ ਖਾਨ ਸੀ ਉਹ ਆਪਣੇ ਨਾਲ ਰਲ ਗਏ, ਸਾਰੇ ਮੁਗਲ ਇਕੱਠੇ ਹੋ ਗਏ। ਹਾਲਾਂਕਿ ਦੋਨੇ ਭਰਾ ਸੀਗੇ ਯਾਰ ਮੁਹੰਮਦ ਅਤੇ ਦੋਸਤ ਮੁਹੰਮਦ, ਪਰ ਯਾਰ ਮੁਹੰਮਦ ਭੱਜ ਗਿਆ ਪਿਸ਼ੌਰ ਛੱਡ ਕੇ। ਫਿਰ ਦੋਸਤ ਮੁਹੰਮਦ ਨੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਹੀ ਚੱਲਣ ਵਾਲੇ ਆਜ਼ਮ ਖਾਨ ਨੂੰ ਆਪਣੇ ਨਾਲ ਗੰਢ ਲਿਆ ਅਤੇ ਇਹਨਾਂ ਅਫਗਾਨਾਂ ਨੇ ਸਿੱਖਾਂ ਦੇ ਵਿਰੁੱਧ ਫਿਰ ਜਹਾਦ ਸ਼ੁਰੂ ਕਰ ਦਿੱਤਾ, ਕਿਉਂਕਿ ਜਦੋਂ ਹੈਦਰੀ ਝੰਡਾ ਝੁੱਲੇ ਜਹਾਦ ਹੋ ਜਾਏ ਉਹ ਵੀ ਫਿਰ ਕਰੋ ਜਾਂ ਮਰੋ 'ਤੇ ਆ ਜਾਂਦੇ ਨੇ। ਅਤੇ ਨੌਸ਼ਹਿਰਾ ਦੇ ਵਿੱਚ ਇਹ ਟਿੱਬਾ ਟੇਰੀ ਦੇ ਵਿੱਚ ਬਹੁਤ ਭਿਆਨਕ ਯੁੱਧ ਹੋਇਆ 14 ਮਾਰਚ 1823 ਨੂੰ, ਜਿਸ ਦੌਰਾਨ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਨੂੰ ਵੀ ਬਹੁਤ ਦਿੱਕਤਾਂ ਆਈਆਂ। ਇਹਨਾਂ ਦੇ ਕਾਫੀ ਸਿੱਖ ਸੈਨਿਕ ਮਾਰੇ ਗਏ, ਜਰਨੈਲ ਮਾਰੇ ਗਏ। ਸਿੱਖ ਸੈਨਿਕ ਨਿਰਾਲੀ ਵੀਰਤਾ ਅਤੇ ਜੋਸ਼ ਨਾਲ ਲੜੇ, ਉਹਨਾਂ ਨੇ ਦੁਸ਼ਮਣ ਦੇ ਸ਼ੱਕੇ ਵੀ ਛਡਾਏ ਅਤੇ ਬਹੁਤ ਸਾਰੇ ਅਫਗਾਨ ਵੀ ਇਸ ਲੜਾਈ 'ਚ ਮਾਰੇ ਗਏ ਅਤੇ ਬਾਕੀ ਭੇਟ ਦਿਖਾ ਗਏ। ਇਸ ਲੜਾਈ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਸ਼ਾਨਦਾਰ ਜਿੱਤ ਵੀ ਪ੍ਰਾਪਤ ਹੋਈ। ਜਿੱਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ੌਰ ਦੇ ਵਿੱਚ ਭਾਰੀ ਰਕਮ ਦੇ ਬਦਲੇ ਯਾਰ ਮੁਹੰਮਦ ਦੇ ਹਵਾਲੇ ਇਸ ਨੂੰ ਦੁਆਰਾ ਕਰ ਦਿੱਤਾ, ਜਿੱਤਣ ਤੋਂ ਬਾਅਦ ਜਾਣੀ ਕਿ ਕਾਫੀ ਪੈਸਾ ਲੈ ਕੇ। 1827 ਦੇ ਵਿੱਚ ਜਦੋਂ ਸੈਯਦ ਅਹਿਮਦ ਨੇ ਫਿਰ ਪਿਸ਼ੌਰ ਦੇ ਵਿੱਚ ਗੜਬੜ ਮਚਾ ਦਿੱਤੀ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨਲਵਾ ਨੂੰ ਉੱਥੇ ਸ਼ਾਂਤੀ ਸਥਾਪਿਤ ਕਰਨ ਲਈ ਭੇਜਿਆ। ਹਰੀ ਸਿੰਘ ਨਲਵੇ ਨੇ ਸੈਦੂ ਨਾਂ ਦੇ ਸਥਾਨ 'ਤੇ ਸੈਯਦ ਅਹਿਮਦ ਖਾਨ ਅਤੇ ਉਸਦੇ ਸਾਥੀਆਂ ਨੂੰ ਬੁਰੀ ਤਰ੍ਹਾਂ ਹਰਾਇਆ। 1833-34 ਦੇ ਵਿੱਚ
ਜਦੋਂ ਕਾਬਲ ਦੇ ਵਿੱਚ ਘਰੇਲੂ ਯੁੱਧ ਦੇ ਕਾਰਨ ਗੜਬੜ ਮੱਚੀ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਮੌਕੇ ਦੀ ਨਜ਼ਾਕਤ ਸਮਝਦਿਆਂ ਪਿਸ਼ੌਰ ਨੂੰ ਫਿਰ ਆਪਣੇ ਰਾਜ 'ਚ ਮਿਲਾ ਲਿਆ ਅਤੇ ਹਰੀ ਸਿੰਘ ਨਲਵੇ ਨੂੰ ਉੱਥੋਂ ਦਾ ਸੂਬੇਦਾਰ ਬਣਾ ਦਿੱਤਾ। ਅਤੇ ਕਾਬਲ ਦੇ ਅਮੀਰ ਦੋਸਤ ਮੁਹੰਮਦ ਨੇ ਫਿਰ ਪਿਸ਼ੌਰ ਵਾਪਸ ਲੈਣ ਲਈ ਮੁਹਿੰਮਾਂ ਭੇਜੀਆਂ, ਪਰ ਉਹ ਆਪਣੇ ਆਦੇਸ਼ ਦੇ ਵਿੱਚ ਸਫਲ ਨਾ ਹੋਇਆ ਅਤੇ ਫਿਰ ਪਿਸ਼ੌਰ ਸਦਾ ਲਈ ਅਫਗਾਨਿਸਤਾਨ ਤੋਂ ਅਲੱਗ ਹੋ ਗਿਆ ਅਤੇ ਪਿਸ਼ੌਰ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਹੀ ਵਿਚਰਦਾ ਰਿਹਾ। ਹੁਣ ਇਹ ਜਿਹੜਾ ਅਟਕ ਤੋਂ 19 ਕੋਹ ਦੀ ਦੂਰੀ 'ਤੇ ਇਹ ਜਿਹੜੀ ਜੰਗ ਹੋਈ ਨੁਸ਼ਹਿਰਾ ਜਾਂ ਟਿੱਬੇ ਟੇਰੀ ਦੇ ਸਥਾਨ 'ਤੇ, ਇਹ ਬਹੁਤ ਭਿਆਨਕ ਯੁੱਧ ਸੀ ਕਿਉਂਕਿ ਪਠਾਣਾਂ ਨੇ ਜਹਾਦ ਦੇ ਨਾਂ 'ਤੇ ਇੰਨਾ ਜਾਨ ਲੇਵਾ ਹੱਲਾ ਕੀਤਾ, ਇੱਕ ਵਾਰੀ ਤਾਂ ਸਿੱਖ ਫੌਜਾਂ ਦੇ ਪੈਰ ਹਿੱਲ ਗਏ ਅਤੇ ਮਹਾਰਾਜਾ ਰਣਜੀਤ ਸਿੰਘ ਵੀ ਆਪਣੀਆਂ ਫੌਜਾਂ ਨੂੰ ਕਹਿ ਰਿਹਾ ਸੀ ਕਿ ਡਿਫੈਂਸ 'ਤੇ ਆ ਜਾਓ, ਬਚਾਅ 'ਤੇ ਆ ਜਾਓ, ਪਰ ਖਾਲਸਾਈ ਸੈਨਾ ਪਠਾਣਾਂ ਦੇ ਚੌਥੇ ਹੱਲੇ 'ਤੇ ਕੁਝ ਕਾਬੂ ਪਾਉਂਦੀ ਆ। ਪਹਿਲਾਂ ਤਾਂ ਇਹ ਵਿਖਾਈ ਦਿੰਦਾ ਸੀ ਕਿ ਖਾਲਸਾ ਸੈਨਾ ਬੁਰੀ ਤਰ੍ਹਾਂ ਹਾਰੀ ਰਿਹਾ। ਜਦੋਂ ਸਿੱਖਾਂ ਨੇ ਫਿਰ ਚੌਥੇ ਹੱਲੇ ਦਾ ਜਿਹੜਾ ਨਾਇਕ ਸੀ ਬਾਬਾ ਫੂਲਾ ਸਿੰਘ, ਕਿਉਂਕਿ ਉਹਨੇ ਕਹਿ ਦਿੱਤਾ ਸੀ ਅਸੀਂ ਅਰਦਾਸ ਕਰਕੇ ਚੱਲੇ ਹਾਂ, ਜਾਂ ਤਾਂ ਫਿਰ ਸਾਡੀਆਂ ਲਾਸ਼ਾਂ ਜਾਣਗੀਆਂ ਜਾਂ ਅਸੀਂ ਫਿਰ ਜਿੱਤ ਦਾ ਝੰਡਾ ਲਹਿਰਾ ਕੇ ਜਾਵਾਂਗੇ। ਇਸ ਲੜਾਈ ਦੇ ਦੌਰਾਨ ਮਹਾਰਾਜਾ ਰਣਜੀਤ ਸਿੰਘ ਬੈਕਫੁੱਟ 'ਤੇ ਸੀਗਾ, ਪਰ ਸਿੱਖ ਨਹੀਂ ਹਟੇ, ਜਿਸ ਦੌਰਾਨ ਬਾਬਾ ਫੂਲਾ ਸਿੰਘ ਫਿਰ ਇਸ ਚੌਥੇ ਹੱਲੇ ਦੇ ਵਿੱਚ ਪਠਾਣਾਂ ਨੂੰ ਖਦੇੜ ਦਿੰਦਾ, ਪਰ ਬਾਬਾ ਫੂਲਾ ਸਿੰਘ ਜ਼ਖਮੀ ਬਹੁਤ ਹੋਇਆ ਅਤੇ ਅਫਗਾਨਾਂ ਨਾਲ ਲੜਦਾ ਹੋਇਆ ਬਾਬਾ ਫੂਲਾ ਸਿੰਘ ਮਾਰਿਆ ਗਿਆ, ਜਿਸ ਤੋਂ ਅਫਗਾਨ ਬਹੁਤ ਡਰਦੇ ਸੀ। ਉਸ ਦੀ ਮੌਤ ਨਾਲ ਫਿਰ ਪਠਾਨ ਖੁਸ਼ ਵੀ ਬਹੁਤ ਹੋਏ ਅਤੇ ਬਾਬਾ ਫੂਲਾ ਸਿੰਘ ਦੀ ਮੌਤ ਦੇ ਨਾਲ ਫਿਰ ਸਿੱਖਾਂ ਦੇ ਅੰਦਰ ਰੋਸ ਬਹੁਤ ਭਰ ਗਿਆ ਅਤੇ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਗੋਬਿੰਦ ਸਿੰਘ ਅੱਗੇ ਅਰਦਾਸ ਕਰਕੇ ਅਤੇ ਸਿੱਖਾਂ ਨੂੰ ਇੱਕ ਵੰਗਾਰ ਦਿੱਤੀ ਕਿ ਸਾਡੇ ਜਥੇਦਾਰ ਸ਼ਹੀਦ ਹੋ ਗਏ ਨੇ। ਸੋ ਆਪ ਮਹਾਰਾਜਾ ਰਣਜੀਤ ਸਿੰਘ ਨੇ ਸਤਿ ਸ਼੍ਰੀ ਅਕਾਲ ਦੇ ਨਾਅਰੇ ਜਗਾਏ ਅਤੇ ਇਸ ਦੌਰਾਨ ਫਿਰ ਉਹਨਾਂ ਦੀ ਆਵਾਜ਼ ਨੂੰ ਸੁਣ ਕੇ ਸਿੱਖਾਂ ਨੂੰ ਲੱਗਿਆ ਕਿ ਜਿਵੇਂ ਸ਼ਾਇਦ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਉਹਨਾਂ ਦੀ ਸਹਾਇਤਾ 'ਤੇ ਆ ਗਏ ਨੇ, ਕਿਉਂਕਿ ਉਹਨਾਂ ਦੇ ਜਥੇਦਾਰ ਦੀ ਮੌਤ ਸ਼ਾਇਦ ਉਹਨਾਂ ਲਈ ਵੱਡਾ ਜ਼ਖਮ ਸੀਗਾ। ਅਤੇ ਫਿਰ ਸਿੰਘਾਂ ਨੇ ਜ਼ੋਰਦਾਰ ਹਮਲਾ ਕੀਤਾ ਚੌਥਾ, ਜਿਸ ਦੌਰਾਨ ਪਠਾਣਾਂ ਦੇ ਪੈਰ ਉਖੜ ਗਏ ਅਤੇ ਮੈਦਾਨ ਛੱਡ ਕੇ ਦੌੜ ਗਏ ਅਤੇ ਆਜ਼ਮ ਖਾਨ ਬਚ ਕੇ ਨਿਕਲਣ 'ਚ ਸਫਲ ਹੋਇਆ। ਅੰਗਰੇਜ਼ ਹਿਸਟੋਰੀਅਨ ਵੇੜ ਲਿਖਦਾ ਕਿ ਇਸ ਲੜਾਈ ਦੇ ਵਿੱਚ 200 ਦੇ ਕਰੀਬ ਸਿੱਖ ਅਤੇ 3000 ਅਫਗਾਨ ਮਾਰੇ ਗਏ। ਇਸ ਦੇ ਵਿੱਚ ਸਿੱਖਾਂ ਦੇ ਬਹੁਤ ਬਹਾਦਰ ਜਰਨੈਲ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਵੀ ਸ਼ਹਾਦਤ ਪ੍ਰਾਪਤ ਕਰ ਗਏ। ਇਸੇ ਤਰ੍ਹਾਂ ਸਰਦਾਰ ਗਰਬਾ ਸਿੰਘ ਅਤੇ ਹੋਰ ਸਿੱਖ ਸਰਦਾਰਾਂ ਦਾ ਵੀ ਵੱਡਾ ਨੁਕਸਾਨ ਹੋਇਆ। ਗੋਰਖਾ ਸੈਨਾਪਤੀ ਬਾਲੂ ਬਹਾਦਰ ਵੀ ਮਾਰਿਆ ਗਿਆ। ਮੁਹੰਮਦ ਲਤੀਫ ਲਿਖਦਾ ਹੈ, ਜਿਸ ਦੀ ਪ੍ਰੋੜਤਾ ਪਿੱਛੋਂ ਹਿਸਟੋਰੀਅਨ ਐਮ ਗ੍ਰੈਗਰ ਵੀ ਕਰਦਾ ਹੈ ਕਿ ਅਜ਼ੀਮ ਖਾਨ ਦਾ ਕਾਬਲ ਪਹੁੰਚਣ ਤੋਂ ਪਹਿਲਾਂ ਹੀ ਦਿਲ ਦਾ ਦੌਰਾ ਬੰਦ ਹੋਣ ਨਾਲ ਮੌਤ ਹੋਈ ਸੀ। ਮਹਾਰਾਜਾ ਰਣਜੀਤ ਸਿੰਘ ਜੇਤੂ ਦੇ ਰੂਪ ਦੇ ਵਿੱਚ 17 ਮਈ 1824 ਨੂੰ ਫਿਰ ਪਿਸ਼ੌਰ 'ਚ ਦਾਖਲ ਹੁੰਦਾ ਹੈ ਅਤੇ ਪਿਸ਼ੌਰੀਆਂ ਨੇ ਫਿਰ ਉਸਦਾ ਸਵਾਗਤ ਖੂਬ ਕੀਤਾ ਅਤੇ ਯਾਰ ਮੁਹੰਮਦ ਖਾਨ ਜੋ ਦੋਹਾਂ ਪਾਸਿਆਂ ਦੀਆਂ ਫੌਜਾਂ ਦੇਖ ਕੇ ਦੌੜ ਗਿਆ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਵਿਜਈ ਦੇਖ ਕੇ ਫਿਰ ਪਿਸ਼ੌਰ ਆ ਗਿਆ ਅਤੇ ਰਣਜੀਤ ਸਿੰਘ ਨੇ ਫਿਰ ਪਿਸ਼ਾਵਰ ਅਜੇ ਸਿੱਖਾਂ ਦੇ ਅਧੀਨ ਕਰਨਾ ਯੋਗ ਨਾ ਸਮਝਿਆ। ਇਸ ਲਈ 1,00,000 ਰੁਪਏ ਦੇ ਬਦਲੇ ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ੌਰ ਫਿਰ ਉਸੇ ਯਾਰ ਮੁਹੰਮਦ ਖਾਨ ਦੇ ਹਵਾਲੇ ਕਰ ਦਿੱਤਾ। ਸੋ ਇਹ ਜਿਹੜੀ ਮਤਲਬ ਇੱਕ ਪਾਸੇ ਹੁਣ ਇਹ ਵੀ ਹੈ ਕਿ ਦੇਖੋ ਇਸ ਲੜਾਈ ਦੇ ਵਿੱਚ ਬਾਬਾ ਫੂਲਾ ਸਿੰਘ ਵਰਗੇ ਜਾਂ ਗਰਬਾ ਸਿੰਘ ਵਰਗੇ ਜਾਂ ਬਾਲੂ ਬਹਾਦਰ ਵਰਗੇ ਮਹਾਨ ਸੈਨਾਪਤੀ ਆਪਣੀ ਜਾਨ ਗੁਆ ਗਏ, ਪਰ ਹਾਲਾਂਕਿ ਜਿਹੜਾ ਯਾਰ ਮੁਹੰਮਦ ਖਾਨ ਸੀ ਉਹ ਭੱਜ ਵੀ ਗਿਆ। ਦੋਸਤ ਮੁਹੰਮਦ ਲੜਦਾ ਰਿਹਾ, ਆਜ਼ਮ ਖਾਨ ਲੜਦਾ ਰਿਹਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਵੱਲੋਂ ਅਪੁਆਇੰਟ ਹੋਇਆ ਸੀ, ਪਰ ਫਿਰ ਵੀ ਮਹਾਰਾਜੇ ਨੇ ਸਮਝੌਤਾ 1,00,000 ਰੁਪਏ ਲੈ ਕੇ ਕਰ ਲਿਆ ਕਿ ਆਪਣੇ ਕਬਜ਼ੇ 'ਚ ਜੇ ਆਪਾਂ ਕੀਤਾ ਆਪਣੇ ਤੋਂ ਬਚਣਾ ਨਹੀਂ, ਇਹਨਾਂ ਨੇ ਫਿਰ ਕਾਬਜ਼ ਹੋ ਜਾਣਾ, ਕਿਉਂਕਿ ਦੋਸਤ ਮੁਹੰਮਦ ਫਿਰ ਵਾਪਸ ਆ ਗਿਆ ਸੀਗਾ। ਸੋ ਇਸ ਕਰਕੇ ਯਾਰ ਮੁਹੰਮਦ ਵਾਪਸ ਆ ਗਿਆ, ਦੋਸਤ ਮੁਹੰਮਦ ਦਾ ਮਾਰਿਆ ਗਿਆ ਸੀ। ਸੋ ਯਾਰ ਮੁਹੰਮਦ ਵਾਪਸ ਆ ਗਿਆ ਅਤੇ 1,00,000 ਰੁਪਏ ਯਾਰ ਮੁਹੰਮਦ ਖਾਨ ਤੋਂ ਲੈ ਕੇ ਫਿਰ ਪਿਸ਼ੌਰ
ਯਾਰ ਮੁਹੰਮਦ ਖਾਨ ਦੇ ਹਵਾਲੇ ਕਰ ਦਿੱਤਾ ਪਹਿਲੇ ਹਾਕਮ ਦੇ। ਸੋ ਨੁਸ਼ਹਿਰੇ ਦੀ ਜਿਹੜੀ ਲੜਾਈ ਹੈ ਉਸਦਾ ਜਿਹੜਾ ਮਹੱਤਵ ਸੀਗਾ ਇਸ ਸਿਲਸਿਲੇ ਵਿੱਚ ਬਹੁਤ ਵੱਡਾ ਰਿਹਾ। ਹਾਲਾਂਕਿ ਇੱਕ ਵਾਰੀ ਜਿੱਤ ਪ੍ਰਾਪਤ ਹੋਈ, ਇੱਕ ਵਾਰੀ ਸਿੱਖਾਂ ਦੇ ਅਧੀਨ ਆਇਆ। ਸੋ ਨੁਸ਼ਹਿਰੇ ਦੀ ਲੜਾਈ ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਉਥਾਨ ਵਾਸਤੇ ਬਹੁਤ ਮਹੱਤਵਪੂਰਨ ਸੀ। ਅਜ਼ੀਮ ਖਾਂ ਇਹ ਹਾਰ ਨਾ ਸਹਾਰ ਸਕਿਆ, ਦਿਲ ਦੇ ਦੌਰੇ ਨਾਲ ਉਸਦੀ ਮੌਤ ਹੋਈ ਹੈ ਅਤੇ ਉਹ ਕਹਿੰਦੇ ਆਪਣੇ ਵਾਲ ਪੁੱਟਣ ਲੱਗ ਪੈਂਦਾ ਸੀ, ਇੰਨਾ ਡਿਪਰੈਸ਼ਨ 'ਚ ਆ ਗਿਆ ਸੀਗਾ। ਅਤੇ ਮਰਨ ਤੋਂ ਪਹਿਲਾਂ ਉਸਨੇ ਆਪਣੇ ਪੁੱਤਰਾਂ ਤੋਂ ਇਹ ਵਚਨ ਲਿਆ ਸੀ ਕਿ ਉਹ ਸਿੱਖਾਂ ਤੋਂ ਇਸ ਹਾਰ ਦਾ ਬਦਲਾ ਜ਼ਰੂਰ ਲੈਣ। ਅਤੇ ਇਸ ਤਰ੍ਹਾਂ ਅਫਗਾਨਾਂ ਅਤੇ ਸਿੱਖਾਂ ਦੇ ਵੈਰ ਦੀ ਸਦਾ ਲਈ ਨਹੀਂ ਰੱਖੀ ਗਈ ਇਸ ਨੁਸ਼ਹਿਰੇ ਦੀ ਲੜਾਈ ਤੋਂ ਬਾਅਦ। ਇਹ ਹਜਰੋ ਦੀ ਲੜਾਈ ਦੇ ਪਿੱਛੋਂ ਨੁਸ਼ਹਿਰੇ ਦੀ ਇਹ ਦੂਜੀ ਲੜਾਈ ਸੀ ਜਿਸ ਦੇ ਵਿੱਚ ਅਫਗਾਨਾਂ ਨੂੰ ਸਿੱਖਾਂ ਨੇ ਬੁਰੀ ਤਰ੍ਹਾਂ ਹਰਾਇਆ ਸੀ ਅਤੇ ਸਿੱਖਾਂ ਦੇ ਅੰਦਰ ਆਤਮ ਵਿਸ਼ਵਾਸ ਵੱਧ ਗਿਆ ਸੀ ਕਿਉਂਕਿ ਅਫਗਾਨਾਂ ਨੂੰ ਹਰਾਉਣਾ ਵੱਡੀ ਗੱਲ ਹੈ। ਇਸ ਜਿੱਤ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਆਦਰ ਮਾਨ ਦੂਰ ਦੂਰ ਤੱਕ ਫੈਲਿਆ। ਇਹ ਦੂਜੀ ਲੜਾਈ ਸੀ ਜਿਸ ਦੇ ਵਿੱਚ ਸਿੱਖਾਂ ਨੇ ਅਫਗਾਨਾਂ ਨੂੰ ਦੂਜੀ ਵਾਰ ਹਰਾਇਆ ਸੀ। ਇਸ ਜਿੱਤ ਦੇ ਕਾਰਨ ਸਿੰਧ ਅਤੇ ਪਿਸ਼ੌਰ ਦੇ ਵਿੱਚ ਸਥਿਤ ਜਿਹੜੇ ਅਫਗਾਨ ਕਬੀਲੇ ਸੀ ਉਹਨਾਂ 'ਤੇ ਮਹਾਰਾਜਾ ਰਣਜੀਤ ਸਿੰਘ ਦੀ ਸੱਤਾ ਦ੍ਰਿੜ ਹੋ ਗਈ। ਅਤੇ ਇਸ ਦੇ ਵਿੱਚ ਕਿਉਂਕਿ ਅਜ਼ੀਮ ਖਾਨ ਨੇ ਜਾਂ ਦੋਸਤ ਮੁਹੰਮਦ ਖਾਨ ਨੇ ਤਾਂ ਗਾਜ਼ੀਆਂ ਨੂੰ ਧਰਮ ਦੇ ਜੋਸ਼ ਨਾਲ ਲੜਾਇਆ ਅਤੇ ਦੂਸਰੇ ਪਾਸੇ ਅਕਾਲੀਆਂ ਨੇ ਵੀ ਜਾਂ ਬਾਬਾ ਫੂਲਾ ਸਿੰਘ ਨੇ ਵੀ ਇਸ ਨੂੰ ਧਰਮ ਦੀ ਲੜਾਈ ਬਣਾਇਆ। ਸੋ ਇਸ ਕਰਕੇ ਇਹ ਬਹੁਤ ਜਾਨ ਹੇਲਵੀ ਜੰਗ ਸੀ। ਅਤੇ ਹਿਸਟੋਰੀਅਨ ਵਿਲੀਅਮ ਕੇ ਦਾ ਵਿਚਾਰ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਜਿੱਤ ਦਾ ਕਾਰਨ ਰਿਸ਼ਵਤ ਦੀ ਵਰਤੋਂ ਵੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਸੁਲਤਾਨ ਮਹਿਮੂਦ ਅਤੇ ਉਸਦੇ ਭਰਾ ਦੋਸਤ ਮੁਹੰਮਦ ਨੂੰ ਅੰਦਰ ਖਾਤੇ ਵੱਢੀ ਦੇ ਕੇ ਆਪਣੇ ਵੱਲ ਕਰ ਲਿਆ। ਹਾਲਾਂਕਿ ਹਿਸਟੋਰੀਅਨ ਗਣੇਸ਼ ਦਾਸ ਦਾ ਕਹਿਣਾ ਕਿ ਲੜਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਹਾਜ਼ਰੀ ਜਿੱਤ ਦਾ ਕਾਰਨ ਬਣੀ ਕਿਉਂਕਿ ਆਪ ਨਿਤਰਿਆ, ਕਿਉਂਕਿ ਬਾਬਾ ਫੂਲਾ ਸਿੰਘ ਦੀ ਮੌਤ ਤੋਂ ਪਿੱਛੋਂ ਸਿੱਖ ਫੌਜਾਂ ਦਿਲ ਛੱਡ ਗਈਆਂ ਸੀ। ਜੇ ਮਹਾਰਾਜਾ ਰਣਜੀਤ ਸਿੰਘ ਆਪ ਉੱਥੇ ਜਕਾਰੇ ਨਾ ਛੱਡਦੇ ਤਾਂ ਇਹ ਜਿੱਤਣਾ ਨਹੀਂ ਸੀ, ਉਹ ਨਵਾਂ ਜੋਸ਼ ਸੀ, ਇਹ ਗਣੇਸ਼ ਦਾਸ ਕਹਿੰਦਾ। ਹਾਲਾਂਕਿ ਹਿਸਟੋਰੀਅਨ ਅੰਗਰੇਜ਼ ਹਿਸਟੋਰੀਅਨ ਬਰਨ ਦਾ ਕਹਿਣਾ ਕਿ ਸਤਿ ਸ਼੍ਰੀ ਅਕਾਲ ਦੇ ਨਾਅਰਿਆਂ ਨਾਲ ਉਹਨਾਂ ਦੀ ਜਿੱਤ ਹੋਈ ਕਿਉਂਕਿ ਉਹਨਾਂ 'ਚ ਵੀ ਫਿਰ ਧਾਰਮਿਕ ਜੋਸ਼ ਭਰਿਆ। ਉਹਨਾਂ ਦੇ ਜਕਾਰੇ ਸੁਣ ਕੇ ਅਫਗਾਨ ਸੈਨਾ ਨੂੰ ਭੁਲੇਖਾ ਪੈਂਦਾ ਸੀ ਕਿ ਹੋਰ ਸੈਨਾ ਆ ਗਈ ਹੈ। ਸੋ ਇਸ ਕਰਕੇ ਉਹਨਾਂ ਦਾ ਦਿਲ ਟੁੱਟਣ ਲੱਗਾ ਅਤੇ ਅਫਗਾਨ ਸੈਨਾਪਤੀ ਵੀ ਮਹਾਰਾਜਾ ਰਣਜੀਤ ਸਿੰਘ ਦੇ ਅੱਗੇ ਨਿਹੱਥੇ ਹੋਣ ਲੱਗੇ। ਅਤੇ ਮਹਾਰਾਜਾ ਰਣਜੀਤ ਸਿੰਘ ਨੇ ਚਲਾਕੀ ਦੇ ਨਾਲ ਅਫਗਾਨ ਸੈਨਾ ਨੂੰ ਪਹਾੜੀ ਕਿਲਿਆਂ 'ਚੋਂ ਕੱਢ ਕੇ ਮੈਦਾਨਾਂ ਦੇ ਵਿੱਚ ਆ ਕੇ ਲੜਾਈ ਕੀਤੀ। ਮੈਦਾਨਾਂ ਦੇ ਵਿੱਚ ਲੜਨ ਦਾ ਅਫਗਾਨਾਂ ਨੂੰ ਕੋਈ ਅਭਿਆਸ ਨਹੀਂ ਸੀ, ਇਸ ਲਈ ਉਹ ਹਾਰ ਗਏ, ਇਹ ਵੀ ਇਸਦਾ ਇੱਕ ਕਾਰਨ ਹੈ। ਅਤੇ ਜਿਹੜੇ ਅਫਗਾਨ ਗਾਜ਼ੀ ਸੀ ਉਹਨਾਂ ਦੀ ਗਿਣਤੀ ਤਾਂ ਭਾਵੇਂ ਬਹੁਤ ਇਕੱਠੀ ਸੀ ਪਰ ਉਹਨਾਂ ਕੋਲ ਵਧੀਆ ਹਥਿਆਰ ਨਹੀਂ ਸੀ, ਨਾ ਉਹਨਾਂ ਨੂੰ ਤਨਖਾਹ ਨਹੀਂ ਸੀ, ਉਹ ਸਿਰਫ ਧਰਮ ਦੇ ਜੋਸ਼ ਦੇ ਵਿੱਚ ਲੜਦੇ ਸੀ। ਸੋ ਜਿਸ ਕਰਕੇ ਉਹਨਾਂ ਕੋਲ ਤਕਨੀਕ ਨਹੀਂ ਸੀ, ਭੀੜ ਬਹੁਤ ਸੀ ਉਹਨਾਂ ਦੀ ਪਰ ਉਹਨਾਂ ਕੋਲ ਬਿਹਤਰੀਨ ਹਥਿਆਰ ਅਤੇ ਬਿਹਤਰੀਨ ਯੁੱਧ ਕਲਾ ਨਹੀਂ ਸੀ। ਸੋ ਜਿਸ ਕਰਕੇ ਇਹ ਨੁਸ਼ਹਿਰੇ ਦੀ ਲੜਾਈ ਬਹੁਤ ਖਾਸ ਰਹੀ ਹੈ। ਸੋ ਇਸ ਤਰ੍ਹਾਂ ਇਹ ਮਹਾਰਾਜਾ ਰਣਜੀਤ ਸਿੰਘ ਦੀਆਂ ਜਿਹੜਾ ਜਿੱਤਾਂ ਦਾ ਸਿਲਸਿਲਾ ਸੀ ਇਹ ਆਪਣੇ ਆਪ ਦੇ ਵਿੱਚ ਬੜਾ ਕਮਾਲ ਸੀ ਕਿਉਂਕਿ ਦੇਖੋ ਰਾਜਿਆਂ ਮਹਾਰਾਜਿਆਂ ਨੂੰ ਵੀ ਖੁਦ ਜੰਗ ਦੇ ਮੈਦਾਨ 'ਚ ਉਤਰਨਾ ਪੈਂਦਾ। ਜਿਸ ਤਰ੍ਹਾਂ ਅਜ਼ੀਮ ਖਾਂ ਜਾਂ ਉਸ ਤੋਂ ਪਹਿਲਾਂ ਜਿਹੜੇ ਇੱਕ ਮਹਾਰਾਜਾ ਰਣਜੀਤ ਸਿੰਘ ਲੜਨ ਵਾਲਾ ਜਿਹੜਾ ਅਫਗਾਨ ਜਰਨੈਲ ਸੀ ਉਹ ਆਪਣੇ 5 ਪੁੱਤਰਾਂ ਸਮੇਤ ਮਾਰਿਆ ਗਿਆ। ਸੋ ਇਹ ਮਤਲਬ ਰਾਜਾ ਸ਼ਾਹੀਆਂ ਸਖਾਲੀਆਂ ਨਹੀਂ ਮਿਲਦੀਆਂ, ਬੜਾ ਕੁਝ ਇਹਦੇ ਵਿੱਚ ਗੁਆਉਣਾ ਪੈਂਦਾ। ਸੋ ਇਸ ਕਰਕੇ ਇਹ ਜਿਹੜੀ ਜਿੱਤ ਸੀ ਇਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਨੂੰ ਹੋਰ ਵਿਸਤਾਰ ਕਰਦੀ ਹੈ ਕਿਉਂਕਿ ਪਿਸ਼ੌਰ 'ਤੇ ਫਿਰ ਭਾਵੇਂ 1,00,000 ਰੁਪਇਆ ਲੈ ਕੇ ਵਕਤੀ ਤੌਰ 'ਤੇ ਉਸ ਨੂੰ ਵਾਪਸ ਕਰ ਦਿੱਤਾ ਸੀਗਾ ਅਤੇ ਹਰੀ ਸਿੰਘ ਨਲਵੇ ਨੇ ਸੈਦੂ ਨਾਂ ਦੇ ਸਥਾਨ 'ਤੇ ਫਿਰ ਸੱਯਦ ਅਹਿਮਦ ਅਤੇ ਉਸਦੇ ਸਾਥੀਆਂ ਨੂੰ ਹਰਾਈ। ਸੋ ਇਹ ਦੂਸਰੀ ਲੜਾਈ ਸੀ ਜਿਹੜੀ ਅਫਗਾਨਾਂ ਵਿਰੁੱਧ ਜਿੱਤੇ। ਇਸੇ ਤਰ੍ਹਾਂ 1833-34 ਦੇ ਵਿੱਚ ਜਦੋਂ ਕਾਬਲ ਦੇ ਵਿੱਚ ਘਰੇਲੂ ਯੁੱਧ ਦੀ ਗੜਬੜ ਹੋਈ ਤਾਂ ਰਣਜੀਤ ਸਿੰਘ ਨੇ ਇਸ ਮੌਕੇ ਨੂੰ ਠੀਕ ਸਮਝਦੇ ਹੋਏ ਫਿਰ ਪਿਸ਼ੌਰ ਨੂੰ ਆਪਣੇ ਨਾਲ ਸ਼ਾਮਲ ਕੀਤਾ
ਅਤੇ ਹਰੀ ਸਿੰਘ ਨਲਵੇ ਨੂੰ ਪਿਸ਼ੌਰ ਦਾ ਸੂਬੇਦਾਰ ਨਿਯੁਕਤ ਕੀਤਾ। ਹਾਲਾਂਕਿ ਕਾਬਲ ਦੇ ਅਮੀਰ ਦੋਸਤ ਮੁਹੰਮਦ ਨੇ ਫਿਰ ਪਿਸ਼ੌਰ ਹਾਕਮ ਪਿਸ਼ੌਰ ਇਲਾਕਾ ਸੀ ਜਿਹੜਾ ਵਾਪਸ ਲੈਣ ਲਈ ਆਪਣੀਆਂ ਫੌਜਾਂ ਭੇਜੀਆਂ, ਪਰ ਉਹ ਸਫਲ ਨਾ ਹੋਏ ਅਤੇ ਪਿਸ਼ੌਰ ਸਦਾ ਲਈ ਅਫਗਾਨਾਂ ਤੋਂ ਖੁੱਸ ਕੇ ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਰਾਜ ਜਾਂ ਸਿੱਖ ਰਾਜ ਦਾ ਹਿੱਸਾ ਬਣਿਆ। ਸੋ ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਦੀਆਂ ਇਹ ਜਿੱਤਾਂ 'ਤੇ ਥੋੜ੍ਹੀ ਸੰਖੇਪ ਚਰਚਾ ਸੀ। ਵੈਸੇ ਤਾਂ ਇਸ ਵਿਸਤਾਰ 'ਚ ਜਾਈਏ ਤਾਂ ਬਹੁਤ ਵੱਡਾ ਹੈ। ਬਾਕੀ ਜਿਸ ਤਰ੍ਹਾਂ ਬਾਬਾ ਫੂਲਾ ਸਿੰਘ ਹੈ, ਬਾਬਾ ਜਾਂ ਹਰੀ ਸਿੰਘ ਨਲੂਆ ਹੈ, ਇਹਨਾਂ ਮਹਾਨ ਜਰਨੈਲਾਂ ਦੇ ਬਾਰੇ ਆਪਾਂ ਅੱਗੇ ਚੱਲ ਕੇ ਗੱਲ ਕਰ ਲਾਂਗੇ। ਪਰ ਇਸ ਸਿਲਸਿਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕਿਤਾਬ ਜਿਹੜੀ ਹੈ ਆਖਰੀ ਲਮਹੇ ਦੀ ਦਾਸਤਾਂ, ਉਹ ਕੁਝ ਹੋਰ ਹਵਾਲੇ ਦਿੰਦੀ ਹੈ। ਇਸ ਤੋਂ ਬਾਅਦ ਫਿਰ ਅੰਗਰੇਜ਼ਾਂ ਨਾਲ ਸਿੱਖਾਂ ਦੀ ਜਿਹੜੀ ਪਹਿਲੀ ਜੰਗ ਸ਼ੁਰੂ ਹੁੰਦੀ ਹੈ ਉਸ ਦੇ ਵੇਰਵੇ ਨੇ। ਇਹ ਮੇਰਾ ਖਿਆਲ ਆਪਾਂ ਕੱਲ੍ਹ ਕਰ ਲਈ, ਕਿਉਂਕਿ ਚੈਪਟਰ ਅਲੱਗ ਹੈ। ਇਹ ਆਪਾਂ ਕੱਲ੍ਹ ਵਾਲੇ ਚੈਪਟਰ 'ਚ ਕਰ ਲਾਂਗੇ ਕਿ ਕਿਵੇਂ ਸਿੱਖ ਗਦਾਰਾਂ ਜਾਂ ਮਹਾਰਾਣੀ ਚੰਦ ਕੌਰ ਦਾ, ਮਹਾਰਾਣੀ ਜਿੰਦਾਂ ਦਾ ਸੋਰੀ ਕੀ ਰੋਲ ਰਿਹਾ, ਅਤੇ ਕਿਵੇਂ ਫਿਰ ਇਹ ਬ੍ਰਿਟਿਸ਼ ਰਾਜ ਦੇ ਅਧੀਨ ਆਉਂਦਾ 10 ਸਾਲ ਦਾ ਜਿਹੜਾ ਰਾਜ ਭਾਗ ਮਹਾਰਾਜਾ ਦਲੀਪ ਸਿੰਘ ਜਾਂ ਉਸ ਤੋਂ ਪਹਿਲੇ ਮਹਾਰਾਜਿਆਂ ਦਾ ਰਿਹਾ ਕਿਸ ਤਰ੍ਹਾਂ ਸੀ। ਵੈਸੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਆਪਣੀ ਕਿਤਾਬ ਜਿਹੜੀ ਹੈ ਆਖਰੀ ਲਮਹੇ ਦੀ ਦਾਸਤਾਂ ਕਾਫੀ ਵੇਖੀ ਹੈ ਵੀ, ਕਿਤਾਬ ਪਹਿਲਾਂ ਅੰਗਰੇਜ਼ੀ 'ਚ ਆਈ ਸੀ ਫਿਰ ਪੰਜਾਬੀ 'ਚ ਆਈ ਸੀ, ਅਤੇ 300 ਪੰਨਿਆਂ ਦੀ ਇਹ ਕਿਤਾਬ ਹੈ। ਪਰ ਇਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਖਾਸ ਕਰਕੇ ਜਿਹੜੇ ਜੰਗ ਯੁੱਧ ਸੀ, ਕਿਉਂਕਿ ਕੈਪਟਨ ਆਫ ਫੌਜੀ ਸੀਗੇ, ਉਸ 'ਤੇ ਜ਼ਿਆਦਾ ਮਤਲਬ ਦਿੱਤਾ। ਕਿਉਂਕਿ ਇਸ ਕਿਤਾਬ ਦਾ ਤਕਰੀਬਨ ਤੁਸੀਂ ਵੇਖੋ ਕਿ ਹਿਸਟੋਰਿਕ ਪੱਖ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਜਨਮ, ਉਸ 'ਤੇ ਵਿਆਹ, ਉਸ ਦੀ ਮੌਤ ਦਾ ਦ੍ਰਿਸ਼ ਜਾਂ ਉਸ ਤੋਂ ਬਾਅਦ 10 ਸਾਲ ਦਾ ਰਾਜ ਭਾਗ ਅਤੇ ਐਂਗਲੋ ਸਿੱਖ ਵਾਰ, ਉਹ ਸੰਖੇਪ 'ਚ ਹੈ। ਇਹ ਮੇਰੇ ਖਿਆਲ 30 ਕੁ ਪੰਨੇ ਹੋਣੇ ਆ ਜਾਂ 50 ਹੋਣਗੇ ਵੱਧ ਤੋਂ ਵੱਧ। ਪਰ ਜਿਹੜਾ 250 ਪੰਨਾ ਹੈ ਉਹ ਜਿਹੜਾ ਸਾਰਾ ਨਾ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਵਧੀਆ ਲਿਖਿਆ, ਉਹ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਯੁੱਧ ਨੀਤੀ ਸੀ ਉਸ 'ਤੇ ਹੈ ਕਿ ਉਹ ਹੁਣ ਇੱਕ ਫੌਜੀ ਹੀ ਸਮਝ ਸਕਦਾ ਜਾਂ ਸਮਝਾ ਸਕਦਾ ਕਿ ਕਿਸ ਤਰ੍ਹਾਂ ਪੈਦਲ ਫੌਜ ਜਾਂ ਜਿਹੜੇ ਦੂਸਰੇ ਦਸਤੇ ਸੀ, ਆਰਟਿਲਰੀਜ਼ ਹੈ ਜਾਂ ਜਿਹੜੇ ਘੋੜ ਚੜ੍ਹੇ ਹੈ, ਹਾਥੀਆਂ ਵਾਲੇ ਹੈ, ਉਹਨਾਂ ਦਾ ਕੀ ਪੱਖ ਸੀਗਾ ਉਦੋਂ। ਕਿਉਂਕਿ ਚਲੋ ਨੇਵੀ ਅਤੇ ਏਅਰਫੋਰਸ ਤਾਂ ਨਹੀਂ ਸੀ ਹੁੰਦੀ, ਜਾਣੀ ਉਹਦੀ ਯੁੱਧ ਨੀਤੀ ਦਾ ਮੁਗਲਾਂ ਦੀ ਕੀ ਸੀ, ਹਿੰਦੂ ਰਾਜਿਆਂ ਦੀ ਕੀ ਸੀ, ਬ੍ਰਿਟਿਸ਼ ਦੀ ਕੀ ਸੀ, ਅਤੇ ਉਸ ਦਾ ਇਹ ਸੁਮੇਲ ਸੀਗਾ। ਉਹਦੇ ਬਾਰੇ ਬਹੁਤ ਡਿਟੇਲ 'ਚ ਲਿਖਿਆ ਕਿ ਕਿਵੇਂ ਕਿਵੇਂ ਉਹਨਾਂ ਨੇ ਆਪਣੇ ਬ੍ਰਿਗੇਡ ਬਣਾਏ ਹੋਏ ਸਨ। ਸੋ ਇਹ ਮਹਾਰਾਜਾ ਰਣਜੀਤ ਸਿੰਘ ਦੀ ਯੁੱਧ ਨੀਤੀ ਦੇ ਖਾਸ ਸੀ। ਬਾਕੀ ਜਿਸ ਤਰ੍ਹਾਂ ਦਾ ਉਹਨਾਂ ਦਾ ਐਜੂਕੇਸ਼ਨ ਸਿਸਟਮ ਸੀ ਜਾਂ ਜਿਸ ਤਰ੍ਹਾਂ ਉਹਨਾਂ ਦਾ ਨਿਆਂ ਪ੍ਰਬੰਧ ਸੀ, ਉਹਦੇ 'ਚ ਵੀ ਆਪਾਂ ਕੋਸ਼ਿਸ਼ ਕਰਾਂਗੇ ਕਿ ਕੱਲ੍ਹ ਜਾਂ ਪਰਸੋਂ ਦੇ ਚੈਪਟਰਾਂ 'ਚ ਆਪਾਂ ਡਿਟੇਲ 'ਚ ਇਹ ਗੱਲ ਕਰ ਲਈਏ। ਸੋ ਅੱਜ ਦੇ ਚੈਪਟਰ ਦੇ ਵਿੱਚ ਦੋਸਤੋ ਸਿਰਫ ਇੰਨਾ ਹੀ। ਇਹ ਸੀ ਮਹਾਰਾਜਾ ਰਣਜੀਤ ਸਿੰਘ ਦੀਆਂ ਜਿੱਤਾਂ ਦੇ ਵੇਰਵੇ, ਜਿਸ ਦੇ ਵਿੱਚ ਬਾਬਾ ਫੂਲਾ ਸਿੰਘ ਹੋਰਾਂ ਦੀ ਸ਼ਹਾਦਤ ਹੋ ਜਾਂਦੀ ਹੈ ਨਿਸ਼ਹਿਰਾ ਜਾਂ ਟਿੱਬਾ ਟੇਰੀ ਦੇ ਸਥਾਨ 'ਤੇ, ਅਤੇ ਕਿਉਂਕਿ ਉਹਨਾਂ ਦੀ ਮੌਤ ਵੀ ਕਿਤੇ ਨਾ ਕਿਤੇ ਸਿੱਖਾਂ ਦੇ ਵਿੱਚ ਨਵੀਂ ਰੂਹ ਫੂਕ ਜਾਂਦੀ ਹੈ। ਆਪਣੇ ਨਾਲ ਇਸ ਵਕਤ ਡਾਕਟਰ ਮਲਕੀਤ ਸਿੰਘ ਪੱਟੀ ਜੁੜੇ ਨੇ। ਪੱਟੀ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਭਾਜੀ। ਟੋਣਾ ਸਾਹਿਬ, ਸਤਿ ਸ਼੍ਰੀ ਅਕਾਲ। ਟੋਣਾ ਸਾਹਿਬ, ਜੇ ਸਿੱਖ ਇਤਿਹਾਸ ਨੂੰ, ਚਾਹੇ ਉਹ ਸਾਡੇ ਗੁਰੂਆਂ ਦੇ ਟਾਈਮ ਸੀ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਸੀ ਜੀ, ਜੇ ਅਸੀਂ ਉਹਨੂੰ ਸਟੱਡੀ ਕਰਨਾ ਹੋਵੇ ਨਾ, ਤਾਂ ਸਾਨੂੰ ਇੰਗਲਿਸ਼ ਦੇ ਨਾਲੋਂ ਫਾਰਸੀ ਤੇ ਉਰਦੂ ਦੀ ਜਿਹੜਾ ਬੰਦਾ ਅੰਡਰਸਟੈਂਡ ਕਰਕੇ ਪੜ੍ਹ ਸਕਦਾ ਨਾ, ਉਹ ਸਟੱਡੀ ਕਰ ਸਕਦਾ। ਕਿਉਂਕਿ ਸਾਡੇ ਜਿਹਨਾਂ ਲੋਕਾਂ ਨਾਲ ਸਾਡੇ ਯੁੱਧ ਹੁੰਦੇ ਰਹੇ ਉਹ ਉਰਦੂ ਫਾਰਸੀ ਵਾਲੇ ਸੀ। ਹਾਂ, ਉਹਦੇ 'ਚ ਦੇਖੋ ਜਿਵੇਂ ਖੈਫੀ ਖਾਨ ਹੈ ਜਾਂ ਦੂਸਰੇ ਹਿਸਟੋਰੀਅਨ ਨੇ ਜਿਹਨਾਂ ਦਾ ਮੈਂ ਜ਼ਿਕਰ ਵੀ ਕੀਤਾ ਸੀ, ਹਿਸਟਰੀ ਆਫ ਪੰਜਾਬ ਹੈ ਜਾਂ ਹੋਰ ਹੈ, ਮੁਹੰਮਦ ਲਤੀਫ ਦਾ,
ਇਹਨਾਂ ਕਿਤਾਬਾਂ ਵੈਸੇ ਪੰਜਾਬੀ 'ਚ ਟ੍ਰਾਂਸਲੇਟ ਵੀ ਹੋ ਕੇ ਆ ਗਈਆਂ, ਅਸੀਂ ਤਾਂ ਚਲੋ ਬੀ ਏ 'ਚ ਪੜ੍ਹੀ ਹੈ ਇਹ। ਹਾਂ, ਉਹ ਐਜ਼ ਇਟ ਇਜ਼ ਉਹਦੇ 'ਚ ਜਿਹੜੀ ਟ੍ਰਾਂਸਲੇਟ ਹੋਈ ਹੈ ਨਾ, ਡਾਕਟਰ ਗੰਡਾ ਸਿੰਘ, ਡਾਕਟਰ ਫੌਜਾ ਸਿੰਘ, ਇਹਨਾਂ ਲੋਕਾਂ ਨੇ ਉਹ ਟ੍ਰਾਂਸਲੇਸ਼ਨ ਸਾਰੀਆਂ ਉਹਨਾਂ ਦੇ ਸਮਿਆਂ 'ਤੇ ਹੋ ਗਈਆਂ ਸੀ। ਸੋ ਇਹ ਜਿਹੜੇ ਹਿਸਟੋਰੀਅਨ ਰਹੇ ਨੇ ਨਾ, ਇਹਨਾਂ ਨੇ ਕਾਫ਼ੀ ਉਹਨਾਂ ਨੂੰ ਟ੍ਰਾਂਸਲੇਟ ਵੀ ਕਰ ਲਿਆ ਅੰਗਰੇਜ਼ੀ ਕਿਤਾਬਾਂ ਨੂੰ, ਹੁਣ ਇਹ ਸੁਵਿਧਾ ਹੈਗੀ ਹੈ ਜਾਣੀ ਟ੍ਰਾਂਸਲੇਸ਼ਨ। ਹਾਂ, ਹੁਣ ਨਹੀਂ ਹੈਗਾ ਹੁਣ, ਤੁਸੀਂ ਕਿਉਂਕਿ ਉਹਨਾਂ ਦੀ ਟ੍ਰਾਂਸਲੇਟ 'ਚ ਇਮਾਨਦਾਰੀ ਵੀ ਸੀਗੀ, ਮਾਫ ਕਰਨਾ। ਨੈਣਾ ਦੇ ਵੀ ਮਰਿਆ ਕਰਾਰ ਦਿੱਤਾ, 100 ਕਿੱਸੇ ਜਿਉਣੇ ਮੌੜ ਤੇ ਆਏ, ਜਿਹਨਾਂ 'ਚ ਇੱਕ ਵੀ ਕਿੱਸੇ 'ਚ ਇਹ ਜ਼ਿਕਰ ਨਹੀਂ ਕਿ ਜਿਉਣੇ ਮੌੜ ਦੀ ਮੌਤ ਮਤਲਬ ਹਿਸਾਰ ਜੇਲ੍ਹ 'ਚ ਫਾਂਸੀ ਲੱਗ ਕੇ ਨਹੀਂ ਹੋਈ ਦਿਖਾਈ। 1893 'ਚ ਉਹਨੂੰ ਫਾਂਸੀ ਲਾਈ ਗਈ। 100 ਦੇ ਕਰੀਬ ਜਾਂ 100 ਤੋਂ ਵੱਧ ਕਿੱਸੇ ਜਿਉਣੇ ਮੌੜ ਤੇ ਆਏ, ਪਰ ਉਹਦੀ ਮੌਤ ਨੈਣਾ ਦੇ ਵਿੱਚ ਹੀ ਦਿਖਾਈ ਗਈ, ਦੋ ਤਿੰਨ ਫਿਲਮਾਂ। ਸੁਣ ਸੁਣਾ ਕੇ ਵਨ ਸਾਈਡਰ ਜਾਂ ਮਤਲਬ ਗੋਦੀ ਮੀਡੀਆ ਕਹਿ ਲਈ ਉਸ ਵਕਤ ਦਾ। ਗਿਆਨੀ ਗੁਰਮੁਖ ਸਿੰਘ ਮੁਸਾਫਰ ਲਾਇਬ੍ਰੇਰੀ ਹੈ, ਉਹ ਪੰਜਾਬ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਹੈ ਜੀ, ਪਰ ਅਫਸੋਸ ਕਿ ਉੱਥੇ ਜਾਂਦਾ ਕੋਈ ਨਹੀਂ, ਪੜ੍ਹਦਾ ਕੋਈ ਨਹੀਂ, ਸਟਾਫ ਕੋਈ ਨਹੀਂ ਹੈਗਾ। ਹਾਂ, ਬਹੁਤ ਵੱਡੀ, ਬਿਲਕੁਲ ਜਾਣਾ ਚਾਹੀਦਾ ਜੀ। ਉਹ ਤਾਂ ਫਿਰ ਕਹੀ ਹੋ ਜਾਂਦੇ ਨੇ ਕਿ ਦਿੱਲੀ 19 ਵਾਰ ਜਿੱਤ ਲਈ, ਉਹਨਾਂ ਦਾ ਕੀ ਕਰੋਗੇ। ਸਾਡੇ ਇੱਕ ਸੱਜਣ ਇੱਕ ਦਿਨ ਆਖਣ ਡਿਆ ਮੇਰੇ ਨਾਲ ਬੈਠੀ ਜਾਵੇ, ਕਹਿੰਦਾ ਨਹੀਂ ਜਦੋਂ ਪੱਟੀ ਤੇ ਲੜਾਈ, ਪੱਟੀ ਦੀ ਜੰਗ ਲੱਗੀ ਕਸੂਰ ਤੋਂ ਬਾਅਦ, ਸਿੱਖਾਂ ਨੇ ਸਾਰੀ ਫੌਜ ਭਗਾ ਦਿੱਤੀ, ਮੈਂ ਸ਼ੁਕਰ ਹੈ ਬਈ ਚੰਗਾ ਪਰ ਵਧੀਆ ਕੰਮ। ਬਿਲਕੁਲ, ਨਲਵਾ ਸਾਹਿਬ ਦਾ ਤੇ ਆਪਣਾ ਬਾਬਾ ਫੂਲਾ ਸਿੰਘ ਹੋਰਾਂ ਦਾ, ਹਾਲਾਂਕਿ ਗੋਰਖਾ ਕਮਾਂਡਰ ਵੀ ਸੀ ਜਿਹੜਾ ਮਾਰਿਆ ਗਿਆ ਸੀ ਆਖਰੀ ਲੜਾਈ ਦੇ ਵਿੱਚ, ਉਹਦਾ ਵੀ ਵੱਡਾ ਰੋਲ ਰਿਹਾ। ਸੋ ਇਹ ਜਿਹੜੀ ਲਾਹੌਰ ਦੇ ਵਿੱਚ ਰਾਜ ਸਥਾਪਿਤ ਰਿਹਾ ਨਾ, ਜਿਹਨੂੰ ਆਪਾਂ ਉਹਦੇ ਵਿੱਚ ਜਿਹੜੇ ਸੂਫੀ ਲੋਕ ਸਨ ਨਾ ਜਾਂ ਹਿੰਦੂ ਲੋਕ ਸਨ, ਇਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਸਿੱਖਾਂ ਦੇ ਨਾਲ, ਕਿਉਂਕਿ ਜਿਹੜੇ ਦੁਰਾਨੀਆਂ ਦਾ ਪਰਿਆਉਂਦਾ ਸੀ ਕਿ ਸਿਲਸਿਲਾ, ਉਹ ਸੂਫੀਆਂ ਨੂੰ ਵੀ ਮਾਰਦੇ ਸੀ। ਹਾਂ, ਸੂਫੀਆਂ ਦੇ ਉਹ ਕੱਟੜ ਸੀ ਨਾ ਉਹ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਲਿਬਰਲ ਸੀ, ਇਸ ਕਰਕੇ ਤੁਸੀਂ ਵੇਖੋਗੇ ਜਦੋਂ ਪਹਿਲਾ ਸੱਦਾ ਆਉਂਦਾ, ਹਾਲਾਂਕਿ ਉੱਥੇ ਭੰਗੀ ਸਰਦਾਰਾਂ ਦਾ ਕਬਜ਼ਾ ਸੀ, ਪਰ ਉਹ ਮਤਲਬ ਦੁਰਾਚਾਰੀ ਸਨ ਉਹ ਲੋਕ। ਹਿੰਦੂ ਕਮਿਊਨਿਟੀ ਜਿਹੜੀ ਵਾਰ ਕੇ ਵੈਸੇ ਸ਼ਾਂਤੀ ਚਾਹੁੰਦੀ ਹੈ ਤੇ ਲੜਾਈਆਂ ਚਾਹੁੰਦੀ ਨੀ। ਬਿਲਕੁਲ, ਦੇਖੋ ਬੜਾ ਨੋਵਲ ਰਾਜਾ ਸੀ। ਚਲੋ ਇਹ ਰਾਜਿਆਂ ਚ ਇਹ ਚੀਜ਼ ਹੁੰਦੀ ਆ ਕਿ ਬਹੁਤ ਵਿਆਹ ਆ, ਕਿਉਂਕਿ ਮਾਰਸ਼ਲ ਲੋਕ ਹੁੰਦੇ ਨੇ ਇਹ, ਸੋ ਇਸ ਕਰਕੇ ਮਤਲਬ ਅੱਧੀ ਸਦੀ ਉਹ ਰਾਜ ਕਰ ਗਿਆ, 40-45 ਸਾਲ, ਅਤੇ ਜਿਸ ਦੌਰਾਨ ਮਤਲਬ ਠੀਕ ਹੈ, ਕਿਉਂਕਿ ਇਹ ਨਾਲ ਜਿਹੜੇ ਰਾਜ ਭਾਗ ਦੇ ਸੰਬੰਧਿਤ ਲੋਕ ਹੁੰਦੇ ਨੇ ਉਹਨਾਂ ਨੂੰ ਵੀ ਆਪਣੇ ਅਧੀਨ ਕਰਨਾ ਹੁੰਦਾ,
ਅਤੇ ਇਹ ਸੀ ਦੋਸਤੋ ਇਤਿਹਾਸਿਕ ਲੜੀ। ਸੋ ਇਸ ਨੂੰ ਆਪਾਂ ਆਪਣੇ ਵਿਰਾਸਤ ਵਾਲਾ ਜਿਹੜਾ ਭਾਗ ਹੈ ਉਸ ਦੇ ਵਿੱਚ ਪਾਇਆ ਹੁੰਦਾ, ਅਤੇ ਉੱਥੋਂ ਤੁਸੀਂ ਇਹਨਾਂ ਦੇ ਲਿੰਕ ਹਾਸਿਲ ਕਰ ਸਕਦੇ ਹੋ। ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਅਤੇ ਸ਼ਾਮੀ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ। ਅਤੇ ਧੰਨਵਾਦ ਸਭ ਸੱਜਣਾਂ ਦਾ, ਬਾਈ ਜੀ ਮੁਖਤਿਆਰ ਸਿੰਘ ਟਵਾਣਾ, ਜਿਮੀ ਕਾਟਰ ਜੀ ਸਾਹਿਬ ਵੀਰ ਪਸੰਦ ਕਰ ਰਹੇ ਨੇ, ਜਗਤਾਰ ਸਿੰਘ ਮੱਲੀ ਦੌਦਰ, ਬਹੁਤ ਸਾਰੇ ਵੀਰਾਂ ਦੇ ਕਮੈਂਟ ਆਏ ਨੇ। ਸੋ ਬਿਲਕੁਲ ਜੇ ਤੁਹਾਡਾ ਇਸ ਤਰ੍ਹਾਂ ਸਹਿਯੋਗ ਰਿਹਾ, ਮੈਨੂੰ ਤਾਂ ਆਪ ਬਹੁਤ ਅੱਛਾ ਲੱਗਦਾ ਕਿ ਇਸ ਇਤਿਹਾਸਕ ਚੀਜ਼ਾਂ ਨੂੰ ਆਪਾਂ ਹਾਈਲਾਈਟ ਕਰੀਏ ਕਿ ਕੀ ਸੱਚਾਈ ਹੈ ਅਤੇ ਕੀ ਨਹੀਂ। ਨਹੀਂ ਤਾਂ ਫਿਰ ਗੱਲ ਇਹ ਹੈ ਕਿ ਸਾਡੇ ਕੋਲ ਐਡਾ ਸੁਨਹਿਰੀ ਇਤਿਹਾਸ ਹੈ, ਸਾਨੂੰ ਗੱਪਾਂ ਦੀ ਜ਼ਰੂਰਤ ਨਹੀਂ ਹੈ, ਵਧਾ ਚੜ੍ਹਾ ਕੇ ਪੇਸ਼ ਕਰਨ ਦੀ ਜ਼ਰੂਰਤ ਨਹੀਂ ਹੈ, ਜੋ ਫੈਕਟ ਹੈ ਫੈਕਟ 'ਤੇ ਫਿਗਰ ਨਾਲ ਚੱਲੀਏ। ਸੋ ਇਤਿਹਾਸਿਕ ਲੜੀ ਤੁਹਾਡਾ ਸਹਿਯੋਗ ਰਿਹਾ, ਸਿਹਤ 'ਤੇ ਸਾਂਝਾ ਕਰਦੇ ਰਹੋ ਅਤੇ ਆਪਾਂ ਇਸੇ ਤਰ੍ਹਾਂ ਅੱਗੇ ਵਧਾਵਾਂਗੇ।